ਫਤਿਹ। ਜਿਵੇਂ ਭੈਣ ਜੀ ਦੱਸ ਰਹੇ ਸਨ ਇਸ ਉਦੇਸ਼ ਦੇ ਬਾਰੇ ਕਿ ਸਮੱਸਿਆਵਾਂ ਬਹੁਤ ਨੇ ਅਤੇ ਕਈ ਵਾਰੀ ਇੰਨੀਆਂ ਵੱਡੀਆਂ ਲੱਗਦੀਆਂ ਨੇ ਕਿ ਲੱਗਦਾ ਕਿ ਇਹਨਾਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਇਹ ਸੋਚਦੇ ਹੁੰਦੇ ਹਾਂ ਕਿ ਜਦੋਂ ਸਮੱਸਿਆਵਾਂ ਆਉਣ ਅਤੇ ਉਹ ਦਸੰਬਰ ਦੀਆਂ ਰਾਤਾਂ ਨੂੰ ਯਾਦ ਕਰਕੇ ਦੇਖਿਆ ਕਰੀਏ। ਜਿਹੜਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦੇ ਕਿਲ੍ਹੇ ਦੇ ਵਿੱਚ 7 ਮਹੀਨੇ ਅਤੇ ਉਸ ਤੋਂ ਬਾਅਦ ਜੋ ਸਮਾਂ ਬਤੀਤ ਕੀਤਾ, ਜਾਂ ਉਹ ਛੋਟਾ ਘੱਲੂਘਾਰਾ ਅਤੇ ਵੱਡਾ ਘੱਲੂਘਾਰਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਪੱਤਾ ਪੱਤਾ ਸਿੰਘਾਂ ਦਾ ਵੈਰੀ, ਕੀ ਸਾਡੀਆਂ ਸਮੱਸਿਆਵਾਂ ਉਹਨਾਂ ਤੋਂ ਵੱਡੀਆਂ ਨੇ? ਤਾਂ ਸਾਨੂੰ ਸਹਿਜੇ ਹੀ ਲੱਗੇਗਾ ਕਿ ਨਹੀਂ, ਮੇਰੀ ਸਮੱਸਿਆ ਤਾਂ ਕਿਤੇ ਵੀ ਨਹੀਂ ਉਹਦੇ ਮੁਕਾਬਲੇ ਦੇ ਵਿੱਚ। ਹੁਣ ਸਾਨੂੰ ਜੇ ਉਹਨਾਂ ਹਾਲਾਤਾਂ ਨੂੰ ਯਾਦ ਕਰਕੇ ਦੇਖੀਏ ਤਾਂ ਕੌਮ ਨੇ ਇੱਕ ਸ਼ਬਦ ਚੁਣਿਆ ਸੀ, ਚੜ੍ਹਦੀ ਕਲਾ। ਕਿਸੇ ਨੂੰ ਵੀ ਪੁੱਛਿਆ ਜਾਂਦਾ ਸੀ ਕਿ ਤੇਰਾ ਹਾਲ ਕੀ ਹੈ। ਹੁਣ ਤੁਸੀਂ ਦੇਖੀਏ, ਆਪਾਂ ਸਿੰਪਲ ਜਿਹਾ ਦੇਖੀਏ, ਇੱਕ ਬੰਦਾ ਉਹਦੇ ਫ੍ਰੈਕਚਰ ਹੋਇਆ, ਬੈੱਡ 'ਤੇ ਪਿਆ ਹੋਇਆ ਵਾ, ਉਹਨੂੰ ਆਪਾਂ ਜਾ ਕੇ ਪੁੱਛਦੇ ਹਾਂ ਹਾਂਜੀ ਭਾਈ ਸਾਹਿਬ ਕੀ ਹਾਲ ਚਾਲ ਨੇ, ਉਹ ਕਹਿਣਾ ਚਾਹੁੰਦਾ ਠੀਕ ਹੈ। ਥੋੜ੍ਹਾ ਜਿਹਾ ਹੌਸਲਾ ਜਿਹਾ ਕਰਕੇ ਸਿੱਧਾ ਜਿਹਾ ਹੋ ਕੇ ਕੋਸ਼ਿਸ਼ ਜੀ ਕਰੇਗਾ ਢੋ ਜੀ ਲਾਉਣ ਦੀ, ਅਤੇ ਨਾਲ ਥੋੜ੍ਹੀ ਜਿਹੀ ਦਰਦ ਨਿਕਲੇਗੀ ਅਤੇ ਬੋਲੇਗਾ ਠੀਕ ਹੈ ਜੀ ਬਸ। ਹੁਣ ਜੇ ਇਸੇ ਸ਼ਬਦਾਵਲੀ ਦਾ ਅੰਦਰੋਂ ਨਿਕਲਣਾ ਹੋਵੇ, ਚੜ੍ਹਦੀ ਕਲਾ ਜੀ ਹੋਣਾ, ਸ਼ਬਦ ਇੱਕ ਹਾਲਾਤ ਉਹਨੇ ਦਰਦ ਉਹੀ ਜੀ ਹੈ, ਦੋਵਾਂ ਥਾਵਾਂ 'ਚ ਹੀ ਲੇਟਿਆ ਵਾ, ਦੋਵਾਂ 'ਚ ਸਵਾਲ ਇੱਕੋ ਹੀ ਹੈ, ਉਹਨੇ ਜਵਾਬ ਦੇਣਾ। ਜਦੋਂ ਜਵਾਬ ਹੋਏਗਾ ਠੀਕ ਹੈ ਜੀ, ਉਹਦੇ ਵਿੱਚ ਦਰਦ ਲੁਕੀ ਹੋਏਗੀ, ਅਤੇ ਜਦੋਂ ਜਵਾਬ ਦੇ ਵਿੱਚ ਹੋਏਗਾ ਚੜ੍ਹਦੀ ਕਲਾ ਜੀ, ਉਹਦੀ ਦਰਦ ਜਿਹੜੀ ਆ ਉਹ ਚੜ੍ਹਦੀ ਕਲਾ ਦੇ ਥੱਲੇ ਲੁਕ ਜਾਏਗੀ। ਹੁਣ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਆਨੰਦਮਈ ਪਰਿਵਾਰਕ ਜੀਵਨ, ਇੱਕ ਫਿਲੋਸਫਰ ਹੋਏ ਨੇ ਸੁਕਰਾਂਤ, ਉਹਨਾਂ ਦੀ ਵਾਈਫ ਲੜਾਕੀ ਬਹੁਤ ਸੀ, ਉਹ ਬੰਦਾ ਬਹੁਤ ਫਿਲੋਸਫਰ ਸੀ। ਇੱਕ ਦਿਨ ਮੈਂ ਇੱਕ ਬੇਨਤੀ ਕਰ ਦੇਵਾਂਗਾ, ਜੇ ਥੋੜ੍ਹੀ ਜਿਹੀ ਆਵਾਜ਼ ਪਿੱਛੋਂ ਬੱਚਿਆਂ ਬੰਦ ਹੋ ਜਾਵੇ ਤਾਂ ਜ਼ਿਆਦਾ ਵਧੀਆ ਰਹੇਗਾ। ਸੁਕਰਾਂਤ ਕਿਤਾਬ ਪੜ੍ਹ ਰਿਹਾ ਸੀ, ਬੜਾ ਮਗਨ ਸੀ ਕਿਤਾਬ ਪੜ੍ਹਨ ਦੇ ਵਿੱਚ। ਉਹਦੀ ਵਾਈਫ ਭਾਂਡੇ ਧੋ ਰਹੀ ਹੈ, ਤਾਂ ਉਹਨੇ ਭਾਂਡੇ ਧੋਂਦਿਆਂ ਧੋਂਦਿਆਂ ਆਪਣੇ ਪਤੀ ਨੂੰ ਆਵਾਜ਼ ਮਾਰੀ, ਕੋਈ ਸਵਾਲ ਕੀਤਾ ਹੈ ਜਾਂ ਗੱਲ ਕਹੀ ਹੋਏਗੀ। ਉਹ ਕਿਤਾਬ ਪੜ੍ਹਨ 'ਚ ਇੰਨਾ ਮਗਨ ਸੀ ਕਿ ਉਹਨੂੰ ਸੁਣਾਈ ਨਹੀਂ ਦਿੱਤਾ। ਦੂਜੀ ਵਾਰੀ ਉਹਨੇ ਫਿਰ ਆਵਾਜ਼ ਮਾਰੀ, ਉਹਨੂੰ ਫਿਰ ਸੁਣਾਈ ਨਹੀਂ ਦਿੱਤਾ। ਵਾਈਫ ਨੂੰ ਗੁੱਸਾ ਚੜ੍ਹ ਗਿਆ ਕਿ ਜਦੋਂ ਜਿਨ੍ਹਾਂ ਨੂੰ ਕਿਤਾਬ ਪੜ੍ਹਨ ਦਾ ਸ਼ੌਂਕ ਨਹੀਂ ਹੁੰਦਾ ਅਤੇ ਉਹਨਾਂ ਦੇ ਸਾਹਮਣੇ ਕੋਈ ਕਿਤਾਬ ਪੜ੍ਹ ਰਿਹਾ ਹੋਵੇ ਤਾਂ ਅਕਸਰ ਸ਼ਬਦਾਵਲੀ ਦੀਆਂ ਮੁੰਨੀ ਜੀ ਲੈ ਕੇ ਬੈਠੇ ਰਹਿੰਦੇ ਆ, ਕੋਈ ਆਸੇ ਪਾਸੇ ਵੀ ਧਿਆਨ ਦੇ ਲਿਆ ਕਰੋ। ਉਹਨੂੰ ਗੁੱਸਾ ਚੜ੍ਹਿਆ ਵੀ ਆ ਮੁੰਨੀ ਜੀ ਲੈ ਕੇ ਬੈਠਾ ਹੋਇਆ ਵਾ, ਮੇਰੀ ਗੱਲ ਨਹੀਂ ਸੁਣ ਰਿਹਾ। ਉਹ ਕਿਤੇ ਕੋਈ ਪਰਾਤ ਜਾਂ ਪਤੀਲਾ ਧੋ ਰਹੀ ਸੀ, ਉਹਦੇ ਵਿੱਚ ਪਾਣੀ ਸੀ, ਅਤੇ ਉਹ ਉੱਠੀ ਅਤੇ ਜਾ ਕੇ ਸੁਕਰਾਂਤ ਦੇ ਸਿਰ 'ਤੇ ਉਹ ਪਾਣੀ ਡੋਲਤਾ। ਸੁਕਰਾਂਤ ਉੱਚੀ ਉੱਚੀ ਹੱਸਣ ਲੱਗ ਪਿਆ। ਹੁਣ ਬੰਦਾ ਕਿਤਾਬ ਪੜ੍ਹ ਰਿਹਾ ਹੋਵੇ ਤਾਂ ਉਹਦੇ ਸਿਰ 'ਤੇ ਆ ਕੇ ਕੋਈ ਜੂਠਾ ਪਾਣੀ ਜਾਂ ਗੰਦਾ ਪਾਣੀ ਡੋਲ ਦੇਵੇ ਤਾਂ ਉਹਦਾ ਰਿਐਕਸ਼ਨ ਕੀ ਹੋਣਾ ਚਾਹੀਦਾ ਹੈ? ਪਰ ਸੁਕਰਾਂਤ ਉੱਚੀ ਉੱਚੀ ਹੱਸ ਪਿਆ ਅਤੇ ਹੱਸ ਕੇ ਕਹਿੰਦਾ ਹੈ ਕਿ ਮੈਂ ਹੁਣ ਤੱਕ ਸੁਣਿਆ ਸੀ ਜੋ ਗਰਜਤੇ ਹੈ ਵੋ ਬਰਸਤੇ ਨਹੀਂ ਹੈ, ਪਰ ਅੱਜ ਤੱਕ ਨਵੀਂ ਗੱਲ ਦਾ ਤਜਰਬਾ ਹੋ ਗਿਆ ਕਿ ਗਰਜਣ ਵਾਲੇ ਬਰਸ ਵੀ ਪੈਂਦੇ ਨੇ। ਉਹਦਾ ਇੱਕ ਸ਼ਗਿਰਦ ਬੈਠਾ ਹੋਇਆ ਸੀ ਕੋਲ, ਉਹ ਜਦੋਂ ਵਾਈਫ ਆਪਣਾ ਗੁੱਸਾ ਕੱਢ ਕੇ ਚਲੇ ਗਈ, ਕਹਿੰਦਾ ਉਸਤਾਦ ਜੀ ਇੱਕ ਗੱਲ ਕਹਾਂ। ਕਹਿੰਦਾ ਦੱਸੋ। ਕਹਿੰਦਾ ਤੁਸੀਂ ਆਪਣੀ ਪਤਨੀ ਤੋਂ ਤਲਾਕ ਦੇ ਦਿਓ।
ਕਹਿੰਦਾ ਕਿਉਂ? ਕਹਿੰਦਾ ਵੈਸੇ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਮੈਂ ਕਹਿ ਦਿੰਦਾ ਵਾਂ, ਬੜੀ ਬਦਤਮੀਜ਼ ਔਰਤ ਹੈ, ਇਹਨੂੰ ਪਤਾ ਹੀ ਨਹੀਂ ਹੈ ਮੇਰਾ ਪਤੀ ਕੀ ਹੈ, ਅਤੇ ਇਹਨੇ ਇੱਜ਼ਤ ਕਰਨੀ ਤਾਂ ਦੂਰ ਦੀ ਗੱਲ, ਕਿੱਡੀ ਬਦਤਮੀਜ਼ੀ ਕਰਦੀ ਤੇਰੇ ਨਾਲ। ਸੁਕਰਾਂਤ ਕਹਿੰਦਾ ਨਹੀਂ, ਇਹਨੂੰ ਛੱਡਿਆ ਨਹੀਂ ਜਾ ਸਕਦਾ। ਕਹਿੰਦਾ ਕਿਉਂ? ਕਹਿੰਦਾ ਇਹ ਤਾਂ ਰੱਬ ਨੇ ਮੈਨੂੰ ਇੱਕ ਕਸਵੱਟੀ ਭੇਜੀ ਹੋਈ ਹੈ। ਕਾਹਦੀ ਕਸਵੱਟੀ? ਕਹਿੰਦਾ ਸ਼ਾਂਤੀ ਦੀ ਕਸਵੱਟੀ ਭੇਜੀ ਹੋਈ ਹੈ। ਜਦੋਂ ਮੈਂ ਇਹਦੇ ਨਾਲ ਰਹਿੰਦਾ ਵਾਂ ਤਾਂ ਮੈਨੂੰ ਪਤਾ ਲੱਗ ਜਾਂਦਾ ਵਾ ਕਿ ਮੈਂ ਕਿੰਨਾ ਕੁ ਅੰਦਰੋਂ ਸ਼ਾਂਤ ਹੋ ਗਿਆ ਵਾਂ। ਹੁਣ ਇੱਕ ਚੀਜ਼ ਹੈ, ਅਸੀਂ ਗੱਲ ਕਰ ਰਹੇ ਹਾਂ ਆਨੰਦ ਭਾਈ ਪਰਿਵਾਰਕ ਜੀਵਨ ਦੀ। ਜਿੰਨਾ ਚਿਰ ਮਨੁੱਖ ਅੰਦਰੋਂ ਸ਼ਾਂਤ ਨਹੀਂ ਹੁੰਦਾ, ਉਹਨਾਂ ਚਿਰ ਪਰਿਵਾਰ ਦੇ ਵਿੱਚ ਸ਼ਾਂਤੀ ਨਹੀਂ ਆ ਸਕਦੀ। ਜਾਂ ਮੈਂ ਦੂਜੇ ਪਾਸੇ ਜਾਵਾਂ, ਜਿੰਨਾ ਚਿਰ ਮਨੁੱਖ ਅੰਦਰੋਂ ਤਣਾਅ ਦੇ ਨਾਲ ਭਰਿਆ ਹੋਇਆ ਵਾ, ਅਤੇ ਉਹਨਾਂ ਚਿਰ ਪਰਿਵਾਰ ਦੇ ਵਿੱਚੋਂ ਤਣਾਅ ਵੀ ਖਤਮ ਨਹੀਂ ਹੋ ਸਕਦਾ। ਮੈਂ ਇੱਕ ਵੀਰਾਂ ਨੇ ਤੁਹਾਨੂੰ ਇੱਕ ਪੇਪਰ ਦਿੱਤਾ ਹੋਏਗਾ, ਉਹਦੇ ਉੱਤੇ ਹਰ ਇੱਕ 20 ਕੁਐਸਚਨਸ ਨੇ, ਹਰ ਇੱਕ ਦੇ 2 ਆਂਸਰ ਨੇ, ਯੈਸ ਜਾਂ ਨੋ। ਤੁਸੀਂ ਜਦੋਂ ਘਰ ਜਾਓਗੇ, ਜਾ ਕੇ ਉਹਨਾਂ ਦੇ ਆਂਸਰ ਲੱਭਿਓ, ਆਪਣੇ ਆਪ ਇਮਾਨਦਾਰੀ ਦੇ ਨਾਲ ਅੰਦਰ ਆਂਸਰ ਲੱਭਿਓ। ਜੇ ਤਾਂ ਸਾਡੇ ਯੈਸ ਜਿਹੜੇ ਆਂਸਰ ਨੇ 2 ਜਾਂ 2 ਤੋਂ ਘੱਟ ਨੇ, ਇਹਦਾ ਮਤਲਬ ਅਸੀਂ ਸ਼ਾਂਤ ਹੈ। ਜੇ 3 ਤੋਂ 5 ਨੇ, ਇਹਦਾ ਮਤਲਬ ਅਸ਼ਾਂਤ ਹੋ ਰਹੇ ਹਾਂ। ਅਤੇ ਜੇ 6 ਤਾਂ 6 ਤੋਂ ਜ਼ਿਆਦਾ ਨੇ, ਇਹਦਾ ਮਤਲਬ ਅਸੀਂ ਬੁਰੀ ਤਰ੍ਹਾਂ ਤਣਾਅ ਦੇ ਨਾਲ ਭਰੇ ਹੋਏ ਹਾਂ। ਜਿੰਨੇ ਜ਼ਿਆਦਾ ਯੈਸ ਆ ਰਹੇ ਨੇ, ਉਨਾ ਤਣਾਅ ਜਿਹੜਾ ਵਾ ਉਹਦੇ ਵਿੱਚ ਜ਼ਿਆਦਾ ਵਾ। ਹੁਣ ਤਣਾਅ ਜਿਹੜਾ ਹੈ ਇਹ ਸਰੀਰ ਦੇ ਵਿੱਚ ਆਉਂਦਾ ਕਿਉਂ ਵਾ? ਕਿਉਂਕਿ ਆਪਾਂ ਪਹਿਲਾਂ ਨਿੱਜੀ ਤੌਰ 'ਤੇ ਵੇਖਾਂਗੇ ਕਿ ਅੰਦਰੋਂ ਆਪਣੇ ਅੰਦਰੋਂ ਤਣਾਅ ਕਿਵੇਂ ਖਤਮ ਕਰੀਏ, ਆਪਣੇ ਅੰਦਰੋਂ ਸਟ੍ਰੈਸ ਕਿਵੇਂ ਖਤਮ ਕਰੀਏ। ਉਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਆਵੇਗਾ ਕਿ ਪਰਿਵਾਰਾਂ ਦੇ ਵਿੱਚੋਂ ਤਣਾਅ ਜਿਹੜਾ ਵਾ ਉਹਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਵਾ। ਇੱਕ ਜੰਗਲ ਦੇ ਵਿੱਚ ਇੱਕ ਵੀਡੀਓ ਸ਼ੂਟ ਕੀਤੀ ਗਈ ਹੈ। ਹਿਰਨ ਦੇ ਮਗਰ 3 ਚੀਤੇ ਲੱਗੇ ਹੋਏ ਨੇ, ਅਤੇ ਇਸ ਵੇਲੇ ਜੇ ਉਹ ਅਰਦਾਸ ਕਰਦੇ ਕਰ ਸਕਦੇ ਹੋਣ, ਤਾਂ ਹਿਰਨ ਦੀ ਅਰਦਾਸ ਹੋਏਗੀ ਕਿ ਪਰਮਾਤਮਾ ਸ਼ਕਤੀ ਬਖਸ਼, ਮੈਂ ਇਹਦੇ ਤੋਂ ਬਚ ਕੇ ਨਿਕਲ ਜਾਵਾਂ। ਅਤੇ ਜਿਹੜੇ ਚੀਤੇ ਨੇ ਉਹਨਾਂ ਦੀ ਅਰਦਾਸ ਹੋਏਗੀ ਕਿ ਬੜੇ ਦਿਨਾਂ ਦੇ ਭੁੱਖੇ ਬੈਠੇ ਹਾਂ, ਮਸਾਂ ਹੱਥ 'ਚ ਆਇਆ, ਕਿਤੇ ਨਿਕਲ ਕੇ ਨਾ ਚਲਾ ਜਾਵੇ। ਹੁਣ ਜਿੱਤਣਾ ਕਿੰਨੇ ਇਹ ਆਪਾਂ ਇੱਕ ਵਾਰੀ ਦੇਖਾਂਗੇ। ਇਸ ਹਾਲਾਤ ਦੇ ਵਿੱਚ ਹਿਰਨ ਦਾ ਬਚ ਕੇ ਨਿਕਲਣਾ ਆਮ ਤੌਰ 'ਤੇ ਅਸੰਭਵ ਜਿਹਾ ਹੁੰਦਾ ਹੈ। ਮਨੁੱਖ ਦੇ ਉੱਤੇ ਜਾਂ ਕਿਸੇ ਜਾਨਵਰ ਦੇ ਉੱਤੇ ਜਦੋਂ ਵੀ ਕੋਈ ਵਿਪਤਾ ਆਉਂਦੀ ਹੈ,
ਉਹਦੇ ਸਰੀਰ 'ਚੋਂ ਇੱਕ ਹਾਰਮੋਨ ਰਿਲੀਜ਼ ਹੁੰਦਾ ਜਿਹਨੂੰ ਸਟ੍ਰੈੱਸ ਹਾਰਮੋਨ ਕਹਿੰਦੇ ਨੇ। ਉਹ ਸਟ੍ਰੈੱਸ ਹਾਰਮੋਨ ਕੀ ਕਰਦਾ ਕਿ ਦੋ ਸਿਗਨਲ ਦਿੰਦਾ, ਕਹਿੰਦੇ ਜਾਂ ਫਾਈਟ ਜਾਂ ਫਲਾਈਟ, ਜਾਂ ਲੜਪਾ ਜਾਂ ਭੱਜ ਜਾ। ਹੁਣ ਲੜਨ ਦੇ ਲਈ ਸ਼ਕਤੀ ਵੀ ਚਾਹੀਦੀ ਹੈ ਅਤੇ ਭੱਜਣ ਦੇ ਲਈ ਸ਼ਕਤੀ ਵੀ ਚਾਹੀਦੀ ਹੈ। ਹੁਣ ਸਾਨੂੰ ਸ਼ਕਤੀ ਚਾਹੀਦੀ ਹੈ, ਉਹਦੇ ਲਈ ਕੀ ਕਰਦਾ ਹਾਰਮੋਨ ਕਿ ਸਾਡੇ ਮਸਲਸ ਜਿੱਦਾਂ ਨੇ ਵਰਤੋਂ 'ਚ ਆਉਣਾ ਵਾ, ਉਹਨਾਂ ਨੂੰ ਜ਼ਿਆਦਾ ਤਾਕਤ ਦੀ ਜ਼ਰੂਰਤ ਹੈ। ਫਿਰ ਉਹ ਕੀ ਕਰਦਾ ਕਿ ਜੇ ਜ਼ਿਆਦਾ ਤਾਕਤ ਮਿਲੇਗੀ ਖੂਨ ਦੇ ਰਾਹੀਂ, ਤੁਸੀਂ ਵੇਖੋ ਜਦੋਂ ਵੀ ਅਸੀਂ ਸਟ੍ਰੈੱਸ ਦੇ ਵਿੱਚ ਹੋਵਾਂਗੇ, ਤਣਾਅ ਦੇ ਵਿੱਚ ਹੋਵਾਂਗੇ, ਸਾਡੇ ਦਿਲ ਦੀ ਧੜਕਣ ਜਿਹੜੀ ਆ ਉਹ ਤੇਜ਼ ਹੋ ਜਾਏਗੀ। ਜਦੋਂ ਦਿਲ ਦੀ ਧੜਕਣ ਤੇਜ਼ ਹੋ ਗਈ ਤਾਂ ਮਤਲਬ ਖੂਨ ਦੀ ਸਪਲਾਈ ਵੱਧ ਗਈ। ਹੁਣ ਖੂਨ ਜਾ ਰਿਹਾ ਵਾ, ਉਹਨੂੰ ਆਕਸੀਜਨ ਵੀ ਚਾਹੀਦੀ ਹੈ ਮਸਲਸ ਨੂੰ, ਉਹਦੇ ਲਈ ਸਾਹ ਦੀ ਗਤੀ ਜਿਹੜੀ ਆ ਉਹ ਵੀ ਵੱਧ ਜਾਏਗੀ। ਬਾਡੀ ਦੇ ਵਿੱਚੋਂ ਜਿਹੜਾ ਗਲੂਕੋਜ਼ ਹੈ ਉਹਦੀ ਸਪਲਾਈ ਜਿਹੜੀ ਹੈ ਉਹ ਵੱਧ ਜਾਂਦੀ ਹੈ ਬਲੱਡ ਦੇ ਵਿੱਚ, ਅਤੇ ਇਸ ਤਰੀਕੇ ਦੇ ਨਾਲ ਮਸਲਸ ਨੂੰ ਐਕਸਟਰਾ ਪਾਵਰ ਮਿਲਦੀ ਹੈ। ਜਿਹਦੇ ਤੁਸੀਂ ਇੱਕ ਚੀਜ਼ ਆਪਾਂ ਵੇਖੀ ਹੋਏਗੀ, ਆਮ ਤੌਰ 'ਤੇ ਮੈਂ ਲੇਡੀਜ਼ ਦੀ ਗੱਲ ਕਰਾਂਗਾ, ਘਰੇ ਕੋਈ ਚੀਜ਼ ਪਈ ਹੋਈ ਹੈ, ਰਸੋਈ 'ਚ ਲਿਆ ਕੇ ਆਟਾ ਪਿਆ ਕੇ ਲਿਆਂਦਾ ਤਾਂ ਰਸੋਈ 'ਚ ਰੱਖਤਾ, ਸਿਲੰਡਰ ਲਿਆਂਦਾ ਉਹ ਲਿਆ ਕੇ ਰੱਖਤਾ। ਆਮ ਤੌਰ 'ਤੇ ਲੇਡੀਜ਼ ਇਹੋ ਜਿਹੇ ਕੰਮ ਕਰਨ ਦੇ ਲਈ ਜੈਂਟਸ ਨੂੰ ਜਾਂ ਘਰੇ ਬੇਟਾ ਵਾ ਉਹਨੂੰ ਕਹਿੰਦਾ ਕਿ ਬੇਟੇ ਸਿਲੰਡਰ ਚੁੱਕ ਕੇ ਇੱਥੇ ਰੱਖ ਦੀ, ਬੇਟੇ ਆਟੇ ਦੀ ਬੋਰੀ ਚੱਕ ਕੇ ਇੱਥੇ ਰੱਖ ਦੀ। ਬੱਚੇ ਨੇ ਇੱਕ ਦਿਨ ਗੱਲ ਹੀ ਨਾ ਸੁਣੀ, ਮੰਮੀ ਹੁਣ ਮੈਂ ਕਾਲਜ ਚੱਲਿਆ ਵਾਂ, ਹੁਣ ਮੈਂ ਟਿਊਸ਼ਨ ਚੱਲਿਆ, ਹੁਣ ਮੈਂ ਟੀ ਵੀ ਵੇਖੀ ਜਾਂਦਾ ਵਾਂ, ਦੋ ਦਿਨ ਉੱਥੇ ਪਈ ਰਹੀ ਬੋਰੀ ਅਤੇ ਮੰਮੀ ਨੂੰ ਗੁੱਸਾ ਆ ਗਿਆ ਅਤੇ ਮੰਮੀ ਨੇ ਆਪੇ ਬੋਰੀ ਚੱਕੀ ਅਤੇ ਚੱਕ ਕੇ ਰੱਖ ਦੀ। ਬਾਅਦ 'ਚ ਪਤਾ ਨਹੀਂ ਲੱਕ ਦਾ ਕੀ ਬਣੇਗਾ, ਇੱਕ ਵਾਰੀ ਗੁੱਸੇ 'ਚ ਆ ਕੇ ਚੱਕਤੀ, ਕਿਉਂਕਿ ਉਸ ਵੇਲੇ ਜਦੋਂ ਉਹਨੇ ਉਹ ਫੈਸਲਾ ਲਿਆ ਤਾਂ ਉਹਨੂੰ ਕੁਦਰਤ ਨੇ ਵੀ ਮਦਦ ਕੀਤੀ ਕਿ ਉਹਦੀ ਬਾਡੀ ਨੂੰ ਐਕਸਟਰਾ ਸਪਲਾਈ ਜਿਹੜੀ ਸੀ ਦਿੱਤੀ। ਜੰਗਲਾਂ ਦੇ ਵਿੱਚ ਇਹ ਗੱਲਾਂ ਬਹੁਤ ਵਧੀਆ ਰਹਿੰਦੀਆਂ ਨੇ, ਕਿਉਂਕਿ 3 ਮਿੰਟ, ਇੱਕ ਤਾਂ ਸਿਰਫ 3 ਮਿੰਟ ਦਾ ਰਿਐਕਸ਼ਨ ਹੈ ਕਿ 3 ਮਿੰਟ ਦੇ ਵਿੱਚ ਜਾਂ ਤਾਂ ਚੀਤਾ ਛੁੱਟ ਕੇ ਖਾ ਜਾਏਗਾ ਉਹਨੂੰ, ਅਤੇ ਜਾਂ ਜਿਹੜਾ ਹਿਰਨ ਹੈ ਉਹ ਛੱਡ ਕੇ ਛੁਟਾ ਕੇ ਆਪਣੇ ਆਪ ਨੂੰ ਭੱਜ ਜਾਏਗਾ। ਪਰ ਸਾਡੇ ਸਮੱਸਿਆਵਾਂ ਬਹੁਤ ਨੇ, ਅਸੀਂ ਕਿਤੇ ਵਿਆਹ 'ਤੇ ਜਾਣਾ ਵਾ, ਸਾਨੂੰ ਤਾਂ ਉੱਥੇ ਸਮੱਸਿਆ ਵਾ ਕਿ ਸੂਟ ਕਿਹੜਾ ਪਾ ਕੇ ਜਾਈਏ, ਮੇਰੇ ਮੋਬਾਈਲ ਦੀ ਸਕਰੀਨ ਟੁੱਟੀ ਹੋਈ ਹੈ, ਮੈਨੂੰ ਇਹ ਫਿਕਰ ਲੱਗੀ ਹੋਈ ਹੈ ਵੀ ਕਿਸੇ ਸਾਹਮਣੇ ਬੈਠੇ ਕਿਸੇ ਦਾ ਫੋਨ ਆ ਗਿਆ ਅਤੇ ਜੇ ਉਹਨਾਂ ਨੇ ਟੁੱਟੀ ਸਕਰੀਨ ਵੇਖ ਲਈ ਤਾਂ ਕਹਿਣਗੇ ਵੀ ਡਾਕਟਰ ਕਾਹਦਾ ਵਾ, ਟੁੱਟੀ ਸਕਰੀਨ ਵਾਲਾ ਮੋਬਾਈਲ ਚੁੱਕਿਆ ਜਾਂਦਾ, ਇਹਦੇ ਕੋਲ ਨਵਾਂ ਮੋਬਾਈਲ ਨਹੀਂ ਖਰੀਦਿਆ ਜਾਂਦਾ, ਇਹਦੇ ਕੋਲ ਸਕਰੀਨ ਨਹੀਂ ਪਵਾਈ ਜਾਂਦੀ। ਸਾਰੇ ਰਿਸ਼ਤੇਦਾਰਾਂ ਕੋਲ ਕਾਰਾਂ ਬਹੁਤ ਵਧੀਆ ਵਧੀਆ ਨੇ, ਸਾਡੇ ਕੋਲ ਪੁਰਾਣੇ ਮਾਡਲ ਦੀ ਜਨਪਤਰੀ ਫਿਰਦੀ ਹੈ। ਮਤਲਬ ਕਿ ਸਾਡੇ ਕੋਲ ਇੰਨੀਆਂ ਜ਼ਿਆਦਾ ਗੱਲਾਂ ਸੋਚਣ ਵਾਲੀਆਂ ਨੇ ਜਿਹਦਾ ਕਰਕੇ ਅਸੀਂ ਹਮੇਸ਼ਾ ਹੀ ਤਣਾਅ ਦੇ ਵਿੱਚ ਬੱਝੇ ਰਹਿੰਦੇ ਹਾਂ ਅਤੇ ਇਸ ਕਰਕੇ ਸਾਡੇ ਸਰੀਰ ਨੂੰ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਦੋ ਫੋਟੋ ਨੇ, ਇੱਕ ਫੋਟੋ ਆ ਲੋਕ ਜਿਹੜੇ ਨੇ ਕਿਸੇ ਝੂਲੇ 'ਤੇ ਬੂਟੇ ਲੈ ਰਹੇ ਨੇ, ਮੈਰੀ ਗੋ ਰਾਊਂਡ ਬੜਾ ਜਿਹੜਾ ਉੱਚਾ ਜਾਂਦਾ ਹੈ। ਇੱਕ ਕੋਈ ਕਿਸ਼ਤੀ ਜਿਹੜੀ ਆ ਉਹਦੇ ਵਿੱਚ ਪਾਣੀ ਵੜ ਗਿਆ ਅਤੇ ਉੱਥੋਂ ਲੋਕ ਨਿਕਲ ਕੇ ਬਾਹਰ ਭੱਜ ਰਹੇ ਨੇ। ਜੇ ਅਸੀਂ ਸ਼ਕਲਾਂ ਵੇਖੀਏ ਦੋਵਾਂ ਤਰ੍ਹਾਂ ਦੇ ਲੋਕਾਂ ਦੀਆਂ, ਦੋਵਾਂ ਤਰ੍ਹਾਂ ਦੇ ਲੋਕਾਂ ਦੀਆਂ ਸ਼ਕਲਾਂ ਅਲੱਗ, ਚੀਕਾਂ ਵੀ ਉਹੋ ਜਿਹੀਆਂ ਸੁਣ ਰਹੀਆਂ ਹੋਣਗੀਆਂ, ਬਚਾਓ ਭੱਜੋ ਝੂਲੇ 'ਤੇ, ਲੋਕ ਜਦੋਂ ਡਰ ਲੱਗ ਰਿਹਾ ਹੁੰਦਾ ਵਾ ਉਹ ਵੀ ਚੀਕਾਂ ਮਾਰ ਰਹੇ ਹੁੰਦੇ ਨੇ, ਜਿਹੜੇ ਕਿਸ਼ਤੀ 'ਚ ਡੁੱਬ ਰਹੇ ਨੇ ਉਹ ਵੀ ਚੀਕਾਂ ਮਾਰ ਰਹੇ ਹੁੰਦੇ ਨੇ, ਪਰ ਅੰਦਰ ਜਿਹੜੀ ਫੀਲਿੰਗ ਹੈ ਉਹ ਵੱਖੋ ਵੱਖਰੀ ਹੈ। ਜਿਹੜੇ ਝੂਲੇ 'ਚ ਲੈ ਰਹੇ ਨੇ ਨਾਲ ਇੱਕ ਮਜ਼ਾ ਵੀ ਲੈ ਰਹੇ ਨੇ, ਉਸ ਤੋਂ ਬਾਅਦ ਜਦੋਂ ਨਿਕਲ ਕੇ ਬਾਹਰ ਆਉਂਦੇ ਨਾ ਝੂਲੇ ਤੋਂ ਬਾਹਰ ਅਤੇ ਆ ਕੇ ਕਹਿੰਦੇ ਬੜਾ ਮਜ਼ਾ ਆਇਆ, ਅਤੇ ਜਿਹੜਾ ਕਿਸ਼ਤੀ ਡੁੱਬੀ 'ਚ, ਉਹਨਾਂ ਦੀਆਂ ਜਿਹੜੀਆਂ ਬਲੱਡ ਵੈਸਲਸ ਨੇ ਉਹ ਹੌਲੀ ਹੌਲੀ ਕੰਸਟ੍ਰਿਕਟ ਹੋਣ ਲੱਗ ਪੈਂਦੀਆਂ ਨੇ, ਜਿਹਦੇ ਕਰਕੇ ਪਹਿਲੇ ਸਟੈਪ ਦੇ ਵਿੱਚ ਜਿਹੜੇ ਸਟ੍ਰੈੱਸ 'ਚ ਲੋਕ ਰਹਿੰਦੇ ਨੇ ਉਹਨਾਂ ਦਾ ਬੀ ਪੀ ਜਿਹੜਾ ਵਾ ਉਹ ਵਧਣਾ ਸ਼ੁਰੂ ਹੋ ਜਾਂਦਾ। ਵੀਰ ਜੀ ਅਗਲੀ ਸਲਾਈਡ ਕਰ ਦਿਓ।
ਹੁਣ ਮੈਂ ਇੱਕ ਸਿੰਪਲ ਜਿਹਾ ਸਵਾਲ ਕਰਾਂ ਕਿ ਮੇਰੇ ਹੱਥ 'ਚ ਮਾਈਕ ਫੜੀ ਹੋਈ ਹੈ ਜੀ, ਮਾਈਕ ਦਾ ਵਜ਼ਨ ਕਿੰਨਾ ਕੁ ਹੋਏਗਾ? ਕਿੰਨਾ ਕੁ ਵਜ਼ਨ ਹੋਏਗਾ ਮਾਈਕ ਦਾ ਜੀ? ਹਾਂਜੀ, 100-200 ਗ੍ਰਾਮ। ਤਾਂ ਮੈਂ ਹੱਥ 'ਚ ਮਾਈਕ ਫੜੀ ਹੋਈ ਆ, ਮੇਰੇ ਵਰਗਾ ਬੰਦਾ ਜਿਹਦਾ 80 ਕਿਲੋ ਦੇ ਕਰੀਬ ਵਜ਼ਨ ਹੋਵੇ, ਉਹਨੇ 200 ਗ੍ਰਾਮ ਦੀ ਮਾਈਕ ਫੜੀ ਹੋਈ ਹੈ, ਅਤੇ ਉਹਨੂੰ ਕੋਈ ਵੱਡਾ ਸਾਨੂੰ ਲੱਗੇਗਾ ਕੋਈ ਬਾਹਲੀ ਵੱਡੀ ਗੱਲ ਨਹੀਂ, ਵੀ ਇੰਨੀ ਕੁ ਮਾਈਕ ਚੁੱਕਣ 'ਤੇ ਕੀ ਅਸਰ ਪੈਂਦਾ, ਫਰਕ ਪੈਂਦਾ ਵਾ, ਪਰ ਇਹ ਫਰਕ ਥੋੜ੍ਹਾ ਸਮਾਂ ਨਹੀਂ ਪੈਂਦਾ। ਮੈਂ 2 ਘੰਟੇ ਲਗਾਤਾਰ ਇਸ ਮਾਈਕ ਨੂੰ ਇਸੇ ਹੱਥ ਦੇ ਵਿੱਚ ਫੜੀ ਰੱਖਾਂ ਅਤੇ ਮੇਰੀ ਬਾਂਹ ਜਿਹੜੀ ਆ ਉਹ ਥੱਕ ਜਾਏਗੀ। ਜੇ ਮੈਂ ਜਿੱਦ ਕਰ ਲਵਾਂ ਕਿ ਮੈਂ 4 ਘੰਟੇ ਮਾਈਕ ਨਹੀਂ ਛੱਡਣੀ, ਅਤੇ ਉਸ ਤੋਂ ਬਾਅਦ ਮੇਰੀ ਬਾਂਹ ਜਿਹੜੀ ਆ ਉਹ ਸੌਂ ਜਾਏਗੀ, ਅਤੇ ਜੇ ਮੈਂ ਸਾਰੀ ਰਾਤ ਹੀ ਮਾਈਕ ਨਾ ਛੱਡਾਂ, ਉਸ ਤੋਂ ਬਾਅਦ ਜਦੋਂ ਮੈਂ ਸਵੇਰੇ ਮਾਈਕ ਛੱਡਣ ਦੀ ਕੋਸ਼ਿਸ਼ ਕਰਾਂਗਾ, ਤਾਂ ਹੁਣ ਮੇਰੇ ਹੱਥਾਂ ਕੋਲੋਂ ਮਾਈਕ ਛੱਡੀ ਨਹੀਂ ਜਾਣੀ, ਕਿਉਂ ਇੱਕ ਬੁਰੀ ਤਰੀਕੇ ਦੇ ਨਾਲ ਸੁੰਨ ਹੋ ਚੁੱਕੇ ਹੋਣਗੇ। ਇਹੀ ਚੀਜ਼ ਸਟ੍ਰੈੱਸ ਹੈ। ਜੇ ਥੋੜ੍ਹਾ ਸਮਾਂ ਤਣਾਅ ਰਹਿੰਦਾ ਸਾਡੀ ਬੋਡੀ ਨੂੰ ਫਾਇਦਾ ਦੇ ਰਿਹਾ ਵਾ, ਪਰ ਜੇ ਤਣਾਅ ਹਰ ਸਮੇਂ ਚੱਲਿਆ ਆਉਂਦਾ ਸਾਡੇ ਨਾਲ, ਫਿਰ ਉਹ ਸਾਡੇ ਸਰੀਰ ਨੂੰ ਬਰਬਾਦ ਕਰ ਰਿਹਾ ਵਾ, ਅਤੇ ਬਰਬਾਦੀ ਕਿੰਨੀ ਕੁ ਹੈ ਉਹਦੇ 'ਚ ਅੱਜ ਅਮੈਰੀਕਾ ਦੇ ਵਿੱਚ ਜਾਂ ਜਿਹੜੇ ਦੇਸ਼ ਬੜੇ ਹੀ ਵਿਕਸਿਤ ਹੋ ਚੁੱਕੇ ਨੇ, ਉਹਨਾਂ ਦੇਸ਼ਾਂ ਦੇ ਵਿੱਚ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਉਹ ਬੁਰੀ ਤਰ੍ਹਾਂ ਵੱਧਦੀ ਜਾ ਰਹੀ ਹੈ। ਅੱਗੇ ਕਰਦੇ ਵੀ ਸਲਾਈਡ। ਹੁਣ ਸਟ੍ਰੈੱਸ ਦੇ ਕਾਰਨ ਕੀ ਨੇ? ਫਾਈਨੈਂਸ਼ੀਅਲ ਪ੍ਰੋਬਲਮ, ਆਰਥਿਕ ਸਮੱਸਿਆਵਾਂ। 2 ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਬਾਜ਼ਾਰ, ਇੱਕ ਹੁੰਦਾ ਹੈ ਬਾਜ਼ਾਰੀਕਰਨ। ਬਾਜ਼ਾਰ ਕੀ ਹੈ? ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਅਸੀਂ ਉਹ ਚੀਜ਼ ਬਾਜ਼ਾਰ 'ਚੋਂ ਖਰੀਦਣ ਜਾਂਦੇ ਹਾਂ। ਜਿਹੜੀ ਕੰਪਨੀ ਉਹ ਚੀਜ਼ ਬਣਾਉਂਦੀ ਹੈ ਉਹ ਸਾਡੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਚੀਜ਼ ਦੀ ਮੈਨੂਫੈਕਚਰਿੰਗ ਵਧਾ ਦਿੰਦੀ ਹੈ ਜਾਂ ਘਟਾ ਦਿੰਦੀ ਹੈ। ਮਤਲਬ ਜਿਹੜੀਆਂ ਚੀਜ਼ਾਂ ਦੀ ਸਾਨੂੰ ਜ਼ਰੂਰਤ ਹੈ ਉਹਨਾਂ ਚੀਜ਼ਾਂ ਦੇ ਬਾਜ਼ਾਰ ਬਣ ਰਹੇ ਨੇ। ਦੂਜਾ ਬਾਜ਼ਾਰੀਕਰਨ। ਬਾਜ਼ਾਰੀਕਰਨ ਕੀ ਹੈ ਕਿ ਪਹਿਲਾਂ ਚੀਜ਼ ਬਣਾ ਲਈ ਗਈ, ਫਿਰ ਉਸ ਚੀਜ਼ ਦੀ ਜ਼ਰੂਰਤ ਪੈਦਾ ਕੀਤੀ ਗਈ। ਕਈ ਵਾਰੀ ਹੈਰਾਨੀ ਜਿਹੀ ਹੋਏਗੀ ਕਿ ਐਂ ਕਿਵੇਂ ਹੋ ਗਿਆ, ਚੀਜ਼ ਪਹਿਲਾਂ ਬਣ ਗਈ ਤਾਂ ਉਹਦੀ ਜ਼ਰੂਰਤ ਬਾਅਦ 'ਚ ਪੈਦਾ ਕੀਤੀ ਗਈ। ਸਾਨੂੰ ਸਾਰਿਆਂ ਨੂੰ ਘਰ ਦੇ ਵਿੱਚ ਮਨੋਰੰਜਨ ਦੇ ਲਈ ਇੱਕ TV ਦੀ ਜ਼ਰੂਰਤ ਪੈਂਦੀ ਆ। ਅਸੀਂ ਸਾਰਿਆਂ ਨੇ ਘਰ ਦੇ ਵਿੱਚ ਇੱਕ ਇੱਕ TV ਲਾ ਲਿਆ, ਜ਼ਰੂਰਤ ਲੱਗੀ ਸਾਨੂੰ। ਹੌਲੀ ਹੌਲੀ ਬਾਜ਼ਾਰੀਕਰਨ ਨੇ ਕੀ ਕੀਤਾ ਕਿ ਸਾਡੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਗਈ ਕਿ ਹਰ ਇੱਕ ਬੈੱਡਰੂਮ ਦੇ ਵਿੱਚ ਇੱਕ TV ਹੋਣਾ ਜ਼ਰੂਰੀ ਹੈ। ਜਿਸ ਘਰ ਦੇ ਵਿੱਚ ਇੱਕ TV ਨਾਲ ਸਰ ਸਕਦਾ ਸੀ, ਅੱਜ ਉਸ ਘਰ ਦੇ ਵਿੱਚ ਤਿੰਨ, ਅੱਛਾ ਉਹ ਗੈਸਟ ਰੂਮ ਦੇ ਵਿੱਚ ਵੀ TV ਲੱਗਾ ਹੋਇਆ ਵਾ, ਫਿਰ TV ਤੋਂ ਗੱਲ ਚੱਲ ਗਈ ਵੀ TV ਵੱਡਾ ਸਾਰਾ ਵਾ, ਚੰਗਾ ਨਹੀਂ ਲੱਗਦਾ, ਉਹਦੇ ਲਈ ਹੁਣ LED ਚਾਹੀਦੀ ਹੈ। ਫਿਰ ਇੱਕ ਗੈਸਟ ਰੂਮ ਦੇ ਵਿੱਚ ਜਿੱਥੇ ਕਮਰੇ 'ਚ ਵੜਦਾ ਕੋਈ ਨਹੀਂ ਹੈ, ਉੱਥੇ 45,000 ਦਾ ਇੱਕ TV ਲੱਗਾ ਪਿਆ ਵਾ, ਜਿਹਨੂੰ ਸਾਲ ਦੇ ਵਿੱਚ 3 ਜਾਂ 4 ਵਾਰੀ ਔਨ ਕੀਤਾ ਜਾਂਦਾ ਵਾ। ਇਹ ਹੈ ਬਾਜ਼ਾਰੀਕਰਨ। ਮੋਬਾਈਲ ਤਾਂ 10,000 ਦੇ ਨਾਲ ਵੀ ਸਰ ਜਾਂਦਾ ਸੀ। ਇੱਕ ਐਡ ਦਿਖਾਈ ਗਈ ਜਿਹਦੇ 'ਤੇ ਉਹਦੇ ਫੀਚਰ ਦਿਖਾਏ ਗਏ, ਬੱਚੇ ਨੇ ਜਿੱਦ ਕੀਤੀ ਕਿ ਮੈਂ ਤਾਂ 60,000 ਦਾ ਮੋਬਾਈਲ ਲੈਣਾ ਵਾ। ਫਿਰ ਮੋਬਾਈਲ ਖਰੀਦਣ ਤੋਂ ਬਾਅਦ ਉਹ ਦੱਸਦਾ ਹੈ ਕਿ ਮੈਨੂੰ ਮੋਬਾਈਲ ਦੇ ਆਹ ਫਾਇਦੇ ਨੇ। ਫਾਇਦੇ ਉਹ ਸਿਰਫ ਦੱਸਣ ਲਈ ਨੇ, ਵਰਤੋਂ ਦੇ ਵਿੱਚ ਉਹਨਾਂ ਦੇ ਵਿੱਚੋਂ ਬਹੁਤੇ ਨਹੀਂ ਆਉਂਦੇ। ਕੈਮਰੇ ਦੀ ਕੁਆਲਿਟੀ ਬਹੁਤ ਵਧੀਆ ਜੀ, 9 ਪਿਕਸਲ ਦੀ ਫੋਟੋ ਖਿੱਚਦਾ ਵਾ, ਅਤੇ ਮੈਨੂੰ ਲੱਗਦਾ ਨਹੀਂ ਆ ਕਿ ਜਿਹੜੀਆਂ ਫੋਟੋਆਂ ਅਸੀਂ ਖਿੱਚੀਆਂ ਹੋਣਗੀਆਂ ਕਿਸੇ ਨੂੰ ਦਿਖਾਉਣੀਆਂ ਤਾਂ ਦੂਰ ਦੀ ਗੱਲ ਹੈ, ਅਸੀਂ ਆਪ ਵੀ ਦੁਬਾਰਾ ਕਦੇ ਉਹ ਫੋਟੋਆਂ ਨਹੀਂ ਵੇਖੀਆਂ ਹੁੰਦੀਆਂ। ਸੋ ਜਦੋਂ ਵੀ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ, ਆਮ ਤੌਰ 'ਤੇ ਕਿਹਾ ਜਾਂਦਾ ਵਾ ਕਿ ਆਪਣੀਆਂ ਚਾਦਰ ਜਿਹੜੀ ਹੈ ਉਹ ਆਪਣੀਆਂ ਲੱਤਾਂ ਨੂੰ ਵੇਖ ਕੇ ਜਿਹੜੀ ਆ, ਲੱਤਾਂ ਜਿਹੜੀਆਂ ਨੇ ਚਾਦਰ ਵੇਖ ਕੇ ਪਸਾਰਨੀਆਂ ਚਾਹੀਦੀਆਂ ਨੇ। ਜਿਵੇਂ ਜਿਵੇਂ ਅਸੀਂ ਆਪਣੀਆਂ ਲੱਤਾਂ ਨੂੰ ਚਾਦਰ ਦਾ ਧਿਆਨ ਰੱਖ ਕੇ ਨਹੀਂ ਪਸਾਰਾਂਗੇ, ਫਿਰ ਇੱਕ ਸਮੱਸਿਆ ਇਹਦੇ ਨਾਲ ਘਰਾਂ 'ਚ ਜੁੜ ਜਾਂਦੀ ਹੈ।
ਕਿ ਘਰ ਦੇ ਵਿੱਚ ਜਦੋਂ ਫਜ਼ੂਲ ਖਰਚੀਆਂ ਸ਼ੁਰੂ ਹੋ ਜਾਂਦੀਆਂ ਨੇ, ਫਿਰ ਇੱਕ ਬੰਦਾ ਲੋੜ ਤੋਂ ਵੱਧ ਕੰਜੂਸ ਬਣਨ ਦੀ ਕੋਸ਼ਿਸ਼ ਕਰਦਾ ਵਾ। ਜਦੋਂ ਬੰਦਾ ਲੋੜ ਤੋਂ ਵੱਧ ਕੰਜੂਸ ਬਣਨ ਦੀ ਕੋਸ਼ਿਸ਼ ਕਰਦਾ ਵਾ, ਫਿਰ ਸਾਰਿਆਂ ਦੀਆਂ ਅੱਖਾਂ 'ਚ ਰੜਕਣ ਲੱਗ ਪੈਂਦਾ ਵਾ ਕਿ ਇਹਨੇ ਪਤਾ ਨਹੀਂ ਪੈਸੇ ਨਾਲ ਲੈ ਕੇ ਜਾਣੇ ਨੇ। ਬੁੜੇ ਘਰੋਂ 'ਚ ਵੇਖਿਆ ਵਾ, ਮੁੰਡੇ ਆਪਣੇ ਬਾਪੂ ਦੇ ਬਾਰੇ ਕਹਿਣਗੇ, ਪਿਤਾ ਦੇ ਡੈਡੀ ਦੇ ਬਾਰੇ ਕਹਿਣਗੇ, ਸਾਡੇ ਡੈਡੀ ਨੇ ਤਾਂ ਪਤਾ ਨਹੀਂ ਨਾਲ ਲੈ ਕੇ ਜਾਣੇ ਨੇ, ਖਰਚਣ ਨਹੀਂ ਦਿੰਦਾ। ਮੇਰੇ ਇੱਕ ਫੈਮਿਲੀ ਰਿਲੇਸ਼ਨ 'ਚੋਂ ਲੜਕਾ MS ਕਰ ਰਿਹਾ USA ਦੇ ਵਿੱਚ, ਥੋੜ੍ਹੇ ਦਿਨ ਪਹਿਲਾਂ ਸਾਡੇ ਘਰ ਆਇਆ ਲੜਕਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੈਂ ਸੁਣਿਆ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਵਾ ਕਿ ਅਮੈਰੀਕਾ ਦੇ ਵਿੱਚ USA ਦੇ ਵਿੱਚ ਅਮੀਰੀ ਬਹੁਤ ਹੈ, ਪੈਸਾ ਬਹੁਤ ਹੈ ਉੱਥੇ। ਮੈਂ ਉਹਨੂੰ ਕਿਹਾ ਮੈਂ ਸੁਣਿਆ ਵਾ ਕਿ ਅਮੈਰੀਕਾ ਦੇ ਵਿੱਚ USA ਦੇ ਵਿੱਚ ਨੀਂਦ ਦੀਆਂ ਗੋਲੀਆਂ ਬਹੁਤ ਲੋਕ ਖਾ ਕੇ ਸੌਂਦੇ ਨੇ। ਕਹਿੰਦਾ ਜੀ ਬਿਲਕੁਲ ਸੱਚ ਸੁਣਿਆ ਵਾ। ਮੈਂ ਕਿਹਾ ਵੀ ਅਸੀਂ ਤਾਂ ਇਹੀ ਪੜ੍ਹਿਆ ਹੁਣ ਤੱਕ ਵੀ ਜਿਹਦੇ ਕੋਲ ਪੈਸਾ ਹੋਵੇ, ਬੱਚੇ ਪੜ੍ਹਨ ਜਾਂਦੇ ਨੇ ਸਕੂਲਾਂ ਦੇ ਵਿੱਚ, ਉਹਨੂੰ ਪੁੱਛਦੇ, ਬੱਚਾ ਕਹਿੰਦਾ ਮੰਮੀ ਮੈਂ ਸਕੂਲ ਕਿਉਂ ਜਾਵਾਂ। ਕਹਿੰਦਾ ਤੂੰ ਸਕੂਲ ਜਾਏਗਾ ਤਾਂ ਕੁਛ ਪੜ੍ਹ ਲਿਖ ਕੇ ਚੰਗੀ ਨੌਕਰੀ ਮਿਲ ਜਾਏਗੀ। ਮੰਮੀ ਫਿਰ ਕੀ ਹੋਏਗਾ? ਕਹਿੰਦੇ ਜਦੋਂ ਚੰਗੀ ਨੌਕਰੀ ਮਿਲੇਗੀ ਫਿਰ ਤੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੋਏਗਾ। ਮੰਮੀ ਫਿਰ ਉਹਦੇ ਨਾਲ ਕੀ ਹੋਏਗਾ? ਕਹਿੰਦੇ ਜਦੋਂ ਤੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੋਏਗਾ ਉਹਨੂੰ ਤੂੰ ਬੜੀਆਂ ਸੁੱਖ ਦੀਆਂ ਸਹੂਲਤਾਂ ਖਰੀਦ ਲਏਗਾ। ਕਹਿੰਦਾ ਮੰਮੀ ਫਿਰ ਉਹਦੇ ਨਾਲ ਕੀ ਹੋਏਗਾ? ਤੇਰੇ ਕੋਲ ਸੁੱਖ ਦੀਆਂ ਜਦੋਂ ਸਾਰੀਆਂ ਸਹੂਲਤਾਂ ਹੋ ਜਾਣਗੀਆਂ ਤਾਂ ਤੂੰ ਫਿਰ ਬਹੁਤ ਸੁਖੀ ਹੋ ਜਾਏਗਾ। ਸੁੱਖ ਦੀਆਂ ਸਹੂਲਤਾਂ ਹੋਣੀਆਂ ਅਤੇ ਸੁਖੀ ਹੋਣਾ ਇਹ ਦੋ ਵੱਖੋ ਵੱਖਰੀਆਂ ਗੱਲਾਂ ਨੇ। ਉਹ ਕਹਿੰਦਾ ਅਮੈਰੀਕਾ ਦੇ ਵਿੱਚ ਬਜ਼ਾਰੀਕਰਨ ਨੇ ਇੰਨਾ ਲਾਲਚ ਦਿੱਤਾ ਲੋਕਾਂ ਨੂੰ ਚੀਜ਼ਾਂ ਖਰੀਦਣ ਦੇ ਲਈ, ਹਰ ਇੱਕ ਚੀਜ਼ ਦੇ ਉੱਤੇ ਲੋਨ ਮਿਲ ਰਿਹਾ ਵਾ, ਅਤੇ ਬੰਦਾ ਕੀ ਕਰਦਾ ਵਾ ਕਿ ਲੋਨ 'ਤੇ ਚੀਜ਼ ਲੈ ਆਉਂਦਾ ਵਾ। ਫਿਰ ਉੱਥੇ ਇੱਕ ਟ੍ਰੈਂਡ ਹੈ ਕਿ ਸ਼ਨੀਵਾਰ ਅਤੇ ਐਤਵਾਰ ਰਾਤ ਨੂੰ ਕਿਤੇ ਕਲੱਬ ਦੇ ਵਿੱਚ ਇੰਜੋਏ ਕਰਨ ਵੀ ਜਾਣਾ ਵਾ। ਹੁਣ ਕਹਿੰਦਾ ਹਰ ਇੱਕ ਚੀਜ਼ ਲੋਨ ਦੇ ਉੱਤੇ ਆ, ਉਹਦੀਆਂ ਕਿਸ਼ਤਾਂ ਲੱਥਣ ਨਹੀਂ ਰਹੀਆਂ, ਉਹਦੇ ਲਈ ਐਕਸਟਰਾ ਕੰਮ ਕਰਨਾ ਪੈ ਰਿਹਾ ਵਾ, ਬੰਦਾ ਸਾਰਾ ਦਿਨ ਪਰੇਸ਼ਾਨੀ ਦੇ ਵਿੱਚ ਫਿਰ ਰਿਹਾ ਵਾ, ਫਿਰ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਫਿਰ ਉਹ ਨੀਂਦ ਦੀਆਂ ਗੋਲੀਆਂ ਲੈਣੀਆਂ ਸ਼ੁਰੂ ਕਰ ਦਿੰਦਾ ਵਾ। ਅਸੀਂ ਸਾਡੇ ਅਸੀਂ ਉਸ ਤੋਂ ਵੀ ਗਾਹ ਵੱਧ ਗਏ ਹਾਂ, ਸਾਨੂੰ ਜਦੋਂ ਰਾਤ ਨੂੰ ਨੀਂਦ ਨਹੀਂ ਆਉਂਦੀ ਫਿਰ ਅਸੀਂ ਸ਼ਰਾਬ ਦੀ ਬੋਤਲ ਪੀ ਲੈਂਦੇ ਹਾਂ ਵੀ ਕਰਜ਼ਾ ਨਹੀਂ ਲੱਥ ਰਿਹਾ, ਅਤੇ 200 ਰੁਪਈਆ ਰੋਜ਼ ਦਾ ਇੱਕ ਹੋਰ ਸ਼ਰਾਬ ਦੇ ਉੱਤੇ ਖਰਚੀ ਜਾਂਦੇ ਹਾਂ, ਅਤੇ ਮਹੀਨੇ ਦਾ ਲਾ ਲਓ 60,000 ਰੁਪਈਆ ਖਰਚਾ ਜਿਹੜਾ ਸੀ ਅਸੀਂ ਹੋਰ ਵਧਾ ਲਿਆ। ਸੋ ਜਿੰਨਾ ਚਿਰ ਅਸੀਂ ਆਪਣੇ ਘਰ ਦੀ ਆਪਣੀ ਚਾਦਰ ਨੂੰ ਧਿਆਨ ਦੇ ਵਿੱਚ ਰੱਖ ਕੇ, ਫਿਰ ਇੱਕ ਚੀਜ਼ ਹੋਰ ਹੈ, ਗੁਰੂ ਸਾਹਿਬ ਨੇ ਸਾਨੂੰ ਇੱਕ ਸੇਧ ਦਿੱਤੀ ਹੋਈ ਹੈ, ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ। ਸੰਤੋਖ ਤੋਂ ਬਗੈਰ ਉਹ ਰੱਜ ਨਹੀਂ ਸਕਦਾ। ਫਿਰ ਗੁਰਬਾਣੀ ਜਦੋਂ ਅਸਾਂ ਕੀ ਵਾਰ ਦਾ ਕੀਰਤਨ ਕਰਦੇ ਸੀ ਉਹਦੇ 'ਚ ਗੁਰੂ ਸਾਹਿਬ ਇੱਕ ਸਿੱਖ ਦੇ ਬਾਰੇ ਸੇਧ ਰਹੇ, ਕਹਿੰਦੇ ਉਹਨਾਂ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜ੍ਹਾ ਖਾਇਆ। ਇਹ ਅੰਨ ਪਾਣੀ ਥੋੜ੍ਹਾ ਖਾਇਆ ਦਾ ਮਤਲਬ ਕੀ ਹੋਏਗਾ? ਵੀ ਹੁਣ ਭੁੱਖੇ ਰਹਿਣ ਲੱਗ ਪਈਏ, ਵੀ ਪੈਸੇ ਘੱਟ ਹੈਗੇ ਆ, ਇਸ ਕਰਕੇ ਇੱਕ ਵਾਰੀ ਰੋਟੀ ਖਾ ਲਿਆ ਕਰੀਏ, ਦੂਜੀ ਵਾਰੀ ਨਾ ਖਾਇਆ ਕਰੀਏ, ਜਾਂ 3 ਰੋਟੀਆਂ ਦੀ ਭੁੱਖ ਆ ਅਤੇ 1.5 ਕੁ ਖਾ ਕੇ ਸਾਰ ਲਿਆ ਕਰੀਏ। ਅੰਨ ਪਾਣੀ ਪਹਿਲਾਂ ਹੈਗਾ ਉਹਨਾਂ ਦੁਨੀਆ ਤੋੜੇ ਬੰਧਨਾ। ਬੰਧਨ ਕਿਹੜੇ ਤੋੜੇ? ਕਿ ਘਰ ਦੇ ਵਿੱਚ ਮੌਤ ਹੋਈ ਆ, ਪਿਛਲੀ ਵਾਰੀ ਰਿਸ਼ਤੇਦਾਰਾਂ ਦੇ ਮੌਤ ਹੋਈ ਸੀ, ਉਹਨਾਂ ਨੇ ਤਾਂ ਜਲੇਬੀਆਂ ਵੀ ਪਾਈਆਂ ਸੀ ਅਤੇ ਖੀਰ ਵੀ ਖਵਾਈ ਸੀ ਅਤੇ ਚਾਹ ਦੇ ਵਿੱਚ ਮਠਿਆਈ ਵੀ ਖਵਾਈ ਸੀ, ਉਹ ਵੱਖਰੀ ਗੱਲ ਹੈ ਕਿ ਦੀਵਾਲੀ ਵਾਲੇ ਦਿਨ ਉਹਨਾਂ ਨੇ ਦੀਵੇ ਨਹੀਂ ਬਾਲੇ ਸੀ ਕਿ ਅਸੀਂ ਅਫਸੋਸ ਕਰ ਰਹੇ ਹਾਂ ਉਹਦੇ ਮਰਨ ਦਾ, ਜਿਹਦੇ ਭੋਗ ਦੇ ਉੱਤੇ ਅਸੀਂ ਸਾਰਾ ਕੁਛ ਖਵਾਇਆ ਸੀ। ਅਸੀਂ ਹੁਣ ਉਹਨਾਂ ਰਿਸ਼ਤੇਦਾਰਾਂ ਨੇ ਕੀਤਾ ਸੀ ਅਤੇ ਹੁਣ ਆਪਾਂ ਨੂੰ ਵੀ ਤਾਂ ਕਰਨਾ ਹੀ ਪੈਣਾ ਵਾ। ਮੁੰਡੇ ਵਾਲੇ ਕਹਿੰਦੇ ਨੇ ਜਾਂ ਕੁੜੀ ਵਾਲੇ ਕਹਿੰਦੇ ਨੇ ਕਿ ਬਰਾਤ 5-7 ਬੰਦਿਆਂ ਨਾਲ ਸਰ ਸਕਦੀ ਆ, ਸਾਨੂੰ ਵੀ ਪਤਾ ਸਰ ਸਕਦੀ, ਆਪਾਂ ਕਿਸੇ ਨੂੰ ਧੱਕੇ ਨਾਲ ਥੋੜ੍ਹੀ ਚੱਕ ਕੇ ਲਿਆਉਣਾ ਕਿ ਫੌਜ ਚਾਹੀਦੀ ਨਾਲ, ਸਰ ਸਕਦੇ 11 ਬੰਦੇ ਜਾ ਕੇ, 10-15 ਬੰਦੇ ਜਾ ਕੇ, ਪਰ ਦੁਨੀਆ ਕੀ ਕਹੇਗੀ ਵੀ ਸਾਰਾ ਟੱਬਰ ਕਮਾਉਂਦਾ ਵਾ
ਤੇ ਇਹਨਾਂ ਨੇ 10-11 ਬੰਦੇ ਨਾਲ ਵਿਆਹ ਕਰ ਲਿਆ। ਫਿਰ ਦੁਨੀਆ ਕੀ ਕਹੇਗੀ ਵੀ ਇਹਨਾਂ ਕੋਲ ਇੰਨਾ ਪੈਸਾ ਵਾ ਕਿ ਇਹਨਾਂ ਨੇ ਸ਼ਰਾਬ ਹੀ ਨਹੀਂ ਪਿਆਈ। ਪਹਿਲਾਂ ਹੋ ਗਿਆ ਦੁਨੀਆ ਤੋੜੇ ਬੰਧਨਾ, ਫਿਰ ਹੈਗਾ ਅੰਨ ਪਾਣੀ ਥੋੜ੍ਹਾ ਖਾਇਆ। ਅੰਨ ਪਾਣੀ ਥੋੜ੍ਹਾ ਖਾਇਆ ਦਾ ਮਤਲਬ ਸੰਜਮ ਦੇ ਵਿੱਚ ਰਹਿਣਾ। ਬਹੁਤ ਵਧੀਆ ਹੁੰਦਾ, ਢਿੱਡ ਭਰਿਆ ਹੁੰਦਾ ਹੈ ਪਰ ਅਸੀਂ ਫਿਰ ਵੀ ਖਾਈ ਜਾਂਦੇ ਹਾਂ। ਕਹਿੰਦੇ ਢਿੱਡ ਤਾਂ ਭਰ ਗਿਆ ਪਰ ਨੀਤ ਨਹੀਂ ਰੱਜੀ। ਗੁਰੂ ਸਾਹਿਬ ਕਹਿੰਦੇ ਨੇ ਬਿਨਾਂ ਸੰਤੋਖ ਨਹੀਂ ਕੋ ਰਾਜੈ। ਜਦੋਂ ਅਸੀਂ ਗੁਰੂ ਦੀ ਮੱਤ ਅਨੁਸਾਰ ਚੱਲਣਾ ਸ਼ੁਰੂ ਕਰ ਦੇਵਾਂਗੇ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਖਤਮ ਹੋ ਜਾਣਗੀਆਂ। ਦੂਜਾ ਅਗਰ ਜੀ ਹੈਲਥ ਪ੍ਰੋਬਲਮਸ, ਜੇ ਮੈਂ ਤੁਹਾਨੂੰ ਇੱਥੇ ਕਹਾਂ ਕਿ ਤੁਸੀਂ ਇੱਕ ਮਿੰਟ ਦੇ ਲਈ ਅੱਖਾਂ ਬੰਦ ਕਰਕੇ ਉਸ ਮੂਮੈਂਟ ਦੇ ਬਾਰੇ ਸੋਚੋ ਜਦੋਂ ਤੁਸੀਂ ਬੜੇ ਜਿਸ ਮੂਮੈਂਟ ਨੂੰ ਬੜਾ ਇੰਜੋਏ ਕੀਤਾ ਸੀ, ਕੀ ਹੋਏਗਾ ਜੀ? ਤੁਸੀਂ ਖੁਸ਼ ਹੋ ਜਾਓਗੇ, ਇੱਥੇ ਬੈਠੇ ਬੈਠੇ ਮੁਸਕਰਾਉਣ ਲੱਗ ਪਓਗੇ। ਕਈ ਵਾਰੀ ਬੰਦਾ ਬਾਈਕ 'ਤੇ ਜਾ ਰਿਹਾ ਹੁੰਦਾ, ਇਕੱਲਾ ਜਾ ਰਿਹਾ ਹੁੰਦਾ, ਸੋਚੀ ਜਾਂਦਾ ਹੁੰਦਾ, ਉਹ ਸਮਾਈਲ ਕਰਦਾ ਜਾ ਰਿਹਾ ਹੁੰਦਾ, ਸਾਹਮਣੇ ਬੈਠਾ ਬੱਚਾ ਕੋਈ ਜਾ ਰਿਹਾ, ਕਹਿੰਦਾ ਅੰਕਲ ਪਤਾ ਨਹੀਂ ਕਮਲੇ ਹੋ ਗਏ, ਐਵੇਂ ਦੰਦ ਕੱਢਦੇ ਤੁਰੇ ਜਾਂਦੇ ਨੇ, ਵੀ ਅੰਕਲ ਕਮਲੇ ਨਹੀਂ ਹੋਏ, ਅੰਕਲ ਕਿਸੇ ਚੰਗੇ ਮੂਮੈਂਟ ਨੂੰ ਯਾਦ ਕਰ ਰਹੇ ਨੇ। ਹੁਣ ਜੇ ਮੈਂ ਤੁਹਾਨੂੰ ਕਹਾਂ ਕਿ ਉਸ ਮੂਮੈਂਟ ਨੂੰ ਯਾਦ ਕਰੋ ਜਦੋਂ ਤੁਸੀਂ ਬੜੇ ਪਰੇਸ਼ਾਨ ਸੀ, ਤੁਸੀਂ ਕੀ ਹੋ ਗਏ? ਤੁਸੀਂ ਬੜੇ ਪਰੇਸ਼ਾਨ ਸੀ, ਹੌਲੀ ਹੌਲੀ ਤੁਹਾਨੂੰ ਗੁੱਸਾ ਆਉਣ ਲੱਗ ਪਏਗਾ, ਤੁਸੀਂ ਦੰਦੀਆਂ ਕਰੀਚਣ ਲੱਗ ਪਓਗੇ, ਤੁਹਾਡੇ ਜਿਹੜੇ ਮਸਲ ਨੇ ਉਹ ਸਟਿਫ ਹੋ ਜਾਣਗੇ, ਅਤੇ ਜੇ ਕਿ ਤੁਸੀਂ 10-15 ਮਿੰਟ ਲਗਾਤਾਰ ਉਸ ਗੁੱਸੇ ਦੇ ਵਿੱਚ ਸੋਚਦੇ ਰਹੋ ਤਾਂ ਤੁਹਾਡਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ। ਮਤਲਬ ਚੰਗੇ ਮੂਮੈਂਟ ਨੂੰ ਸੋਚਿਆ ਤਾਂ ਖੁਸ਼ ਹੋ ਗਏ, ਮਾੜਿਆਂ ਨੂੰ ਸੋਚਿਆ ਦੁਖੀ ਹੋ ਗਏ। ਕੋਈ ਬੰਦਾ ਬਿਮਾਰ ਹੋ ਗਿਆ, ਐਕਸੀਡੈਂਟ ਹੋ ਗਿਆ, ਸਾਡੀ ਇੱਕ ਰਵਾਇਤ ਆ, ਤੁਸੀਂ ਸਾਰੇ ਜਾਣੇ ਹਾਲ ਚਾਲ ਪੁੱਛਣ ਜਾਂਦੇ ਉਹਦਾ। ਜਦੋਂ ਹਾਲ ਚਾਲ ਪੁੱਛਦੇ, ਹਾਂ ਵੀ ਕੀ ਹੋਇਆ, ਫਿਰ ਉਹ ਕਹਾਣੀ ਨੂੰ ਸ਼ੁਰੂ ਕਰਦਾ ਵਾ ਕਿ ਮੈਂ ਇੱਥੋਂ ਨਿਕਲਿਆ ਸੀ, ਮੈਂ ਸਕੂਟਰ 'ਤੇ ਜਾ ਰਿਹਾ ਸੀ, ਅੱਗੋਂ ਇੱਕ ਆਟੋ ਵਾਲਾ ਆ ਗਿਆ, ਉਹਨੇ ਮੇਰੇ ਵਿੱਚ ਆਟੋ ਮਾਰਿਆ, ਮੈਂ ਉੱਥੇ ਡਿੱਗ ਪਿਆ, ਆਟੋ ਵਾਲਾ ਤਾਂ ਭੱਜ ਗਿਆ, ਮਗਰੋਂ ਇੱਕ ਟਰੈਕਟਰ ਵਾਲਾ ਆ, ਉਹਨੇ ਇੱਕ ਕਾਰ ਵਾਲੀ ਨੂੰ ਰੋਕਿਆ ਅਤੇ ਫਿਰ ਉਹ ਕਾਰ ਵਾਲਾ ਮੈਨੂੰ ਹੌਸਪੀਟਲ ਲੈ ਗਿਆ। ਫਿਰ ਦੂਜਾ ਬੰਦਾ ਆਇਆ, ਭਾਅ ਜੀ ਕੀ ਹੋਇਆ ਸੀ? ਸੌਰੀ, ਕੈਸਟ ਰਿਵਾਈਂਡ ਹੋਏਗੀ। ਦਿਨ ਦੇ ਵਿੱਚ 20 ਬੰਦੇ ਪੁੱਛਣ ਆਏ ਅਤੇ 20 ਨੂੰ ਉਹਨੇ ਸਾਰੀ ਗੱਲ ਦੱਸੀ, ਅਤੇ ਜਿੰਨੀ ਵਾਰੀ ਵੀ ਦੱਸੀ ਉਹਨੂੰ ਨਾਲ ਗੁੱਸਾ ਵੀ ਉਸ ਆਟੋ ਵਾਲੇ 'ਤੇ ਚੜ੍ਹਿਆ, ਜੇ ਕਿਤੇ ਆਟੋ ਵਾਲਾ ਸਾਹਮਣੇ ਆ ਜਾਏ ਨਾ ਹੁਣ ਕਿਤੇ ਵੇਖਿਓ ਤਾਂ ਕਟਾਪਾ ਕਿਵੇਂ ਚੜ੍ਹਦਾ। ਪਹਿਲੀ ਸਮੱਸਿਆ ਦਿੱਤੇ ਕਿ ਅਸੀਂ ਹਰ ਵਾਰੀ ਉਹ ਗੁੱਸਾ ਅੱਗੇ ਲੈ ਕੇ ਆਉਂਦੇ। ਦੂਜੀ ਗੱਲ, ਜਿੰਨੇ ਵੀ ਬੰਦੇ ਹਾਲ ਪੁੱਛਣ ਆਉਂਦੇ ਨੇ, ਮੈਂ ਅਬੋਹਰ 'ਚ ਰਹਿੰਦਾ, ਤੁਸੀਂ ਕੋਟਕਪੂਰੇ 'ਚ ਰਹਿੰਦੇ, ਆਪਣੇ ਛੋਟੇ ਛੋਟੇ ਤੇ ਡਾਕਟਰ ਨੇ, ਛੋਟੇ ਛੋਟੇ ਹਸਪਤਾਲ ਨੇ, ਵੱਡੇ ਹਸਪਤਾਲ ਨਹੀਂ ਹੈਗੇ। ਕਿਹੜੇ ਡਾਕਟਰ ਨੂੰ ਦਿਖਾਇਆ? ਕਹਿੰਦੇ ਜੀ ਫਲਾਨੇ ਕੋਲ ਲੈ ਕੇ ਗਏ ਸੀ। ਇੱਕ ਵਾਰੀ ਫਲਾਨਾ ਬੰਦਾ ਸੀ, ਉਹਨੂੰ ਵੀ ਇਹਦੇ ਕੋਲ ਲੈ ਕੇ ਗਏ ਸੀ, ਉਹਦੀ ਲੱਤ ਤੋਂ ਉਹਨੇ ਵਿੰਗੀ ਜੋੜਤੀ ਸੀ, ਤੁਸੀਂ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਓ। ਫਿਰ ਦੂਜਾ ਆ ਗਿਆ, ਕਿਹਦੇ ਕੋਲ ਗਏ ਸੀ? ਭਾਅ ਜੀ ਵੈਸੇ ਤਾਂ ਠੀਕ ਹੈ ਪਰ ਫਿਰ ਇਹ ਵੀ ਇੱਕ ਵਾਰੀ ਲੱਤ ਦਾ ਮਸਲਾ ਵਾ, ਇੱਕ ਵਾਰੀ ਬਾਹਰ ਦਿਖਾ ਲਓ, ਫਲਾਨਿਆਂ ਦੇ ਆਇਆ ਸੀ ਤਾਂ ਮਗਰੋਂ ਲੱਤ ਕੱਟਣੀ ਪਈ ਸੀ। ਉਹ ਦਿਨ ਤਾਂ ਲੰਘ ਜਾਂਦਾ, ਜਦੋਂ ਰਾਤ ਪੈਂਦੀ ਨਾ, ਜਦੋਂ ਆਵਾਜਾਈ ਖਤਮ ਹੋ ਜਾਂਦੀ ਆ ਅਤੇ ਬੰਦੇ ਨੂੰ ਐਂ ਲੱਗਣ ਲੱਗਦਾ ਵੀ ਵਾਕਈ ਲੱਤ ਵਿੰਗੀ ਜੁੜੀ ਹੋਈ ਆ, ਚੰਗੀ ਬੜੀ ਲੱਤ 'ਚ ਚੀਸਾਂ ਦਿਸਣ ਲੱਗ ਪੈਂਦੀਆਂ ਨੇ। ਜਿੰਨਾ ਅਸੀਂ ਆਪਣੀ ਸਮੱਸਿਆਵਾਂ ਦੇ ਬਾਰੇ ਜ਼ਿਆਦਾ ਸੋਚਦੇ ਜਾਵਾਂਗੇ ਓਨਾ ਹੀ ਅਸੀਂ ਅਸ਼ਾਂਤ ਹੁੰਦੇ ਜਾਵਾਂਗੇ, ਜਿੰਨਾ ਅਸੀਂ ਆਪਣੀਆਂ ਸਮੱਸਿਆਵਾਂ ਤੋਂ ਬਾਹਰ ਨਿਕਲ ਕੇ ਸੋਚਾਂਗੇ ਓਨਾ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਸਾਨੂੰ ਛੋਟੀਆਂ ਲੱਗਣ ਲੱਗ ਪੈਣਗੀਆਂ। ਅਗਲੀ ਸਲਾਈਡ ਕਰੋ ਜੀ। ਐਨੀਮੋਸਟੀ, ਵੈਰ ਦੀ ਭਾਵਨਾ। ਮੈਨੂੰ ਲੱਗਦਾ ਕਿ ਬੜੇ ਜਾਣੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋਣਗੇ। ਜਦੋਂ ਵੀ ਆਪਾਂ ਕੋਈ ਚੀਜ਼ ਖਰੀਦਦੇ ਹੁੰਦੀ ਨਾ, ਇੱਕ ਵਾਰੰਟੀ ਹੁੰਦੀ ਆ, ਅਤੇ ਵਾਰੰਟੀ ਦੇ ਉੱਤੇ ਨਾ ਕੁਛ ਸ਼ਰਤਾਂ ਮੰਨਣੀਆਂ ਪੈਂਦੀਆਂ ਨੇ ਕਿ ਜੇ ਤੂੰ ਆਹ ਕੰਮ ਕਰ ਲਏਗਾ ਤੇਰੀ ਇਹ ਵਾਰੰਟੀ ਜਿਹੜੀ ਆ ਇਹ ਖਤਮ ਹੋ ਜਾਏਗੀ। ਮੈਨੂੰ ਲੱਗਦਾ ਸੀ ਜਿੰਨੇ ਵੀ ਲੋਕ ਪਾਠ ਕਰਦੇ ਆ, ਕੁਛ ਉਹਦੀਆਂ ਦੁਨਿਆਵੀ ਖਾਹਿਸ਼ਾਂ ਹੋ ਸਕਦੀਆਂ ਵਾ ਕਿ ਇਹਦੇ ਨਾਲ ਸਾਨੂੰ ਆਹ ਮਿਲੇਗਾ। ਆਮ ਤੌਰ 'ਤੇ ਹਰ ਇੱਕ ਬੰਦੇ ਦੀ ਇੱਕ ਇੱਛਾ ਹੁੰਦੀ ਆ ਕਿ ਬਾਣੀ ਬਣਨ ਦੇ ਨਾਲ ਮੇਰਾ ਮਨ ਜਿਹੜਾ ਵਾ ਉਹ ਕੀ ਹੋ ਜਾਏਗਾ ਜੀ, ਸ਼ਾਂਤ ਹੋ ਜਾਏਗਾ।
ਹੁਣ ਗੁਰੂ ਸਾਹਿਬ ਨਾਲ ਸੁਖਮਣੀ ਸਾਹਿਬ ਦਾ ਪਾਠ ਲੋਕ ਬਹੁਤ ਕਰਦੇ ਨੇ ਕਿਉਂਕਿ ਸਾਨੂੰ ਇੱਕ ਲੱਗਾ ਕਿ ਇਕੱਲੇ ਸੁਖਮਣੀ ਸਾਹਿਬ ਦੇ ਨਾਲ ਮਨ ਸ਼ਾਂਤ ਹੋ ਜਾਂਦਾ, ਹਾਲਾਂਕਿ ਸਾਰੀ ਬਾਣੀ ਜਿਹੜੀ ਆ ਦੁੱਖ ਭੰਜਨ ਤੇਰਾ ਨਾਮ ਜੀ, ਸਾਰੀ ਬਾਣੀ ਦੁੱਖ ਭੰਜਨ ਹੈ। ਚਲੋ ਆਪਾਂ ਸੁਖਮਣੀ ਸਾਹਿਬ ਦਾ ਪਾਠ ਕੀਤਾ, ਹਰ ਵੀਰਵਾਰ ਜਾਂ ਸ਼ੁੱਕਰਵਾਰ ਕੁਛ ਗੁਰਦੁਆਰਿਆਂ 'ਚ ਬੀਬੀਆਂ ਜਾ ਕੇ ਪਾਠ ਕਰਦੀਆਂ ਨੇ, ਉਹਦੇ 'ਚ ਗੁਰੂ ਸਾਹਿਬ ਨੇ ਇੱਕ ਸ਼ਰਤ ਲਾਉਂਦੇ ਨੇ ਸੁਖੀ ਹੋਣ ਦੀ, ਕਹਿੰਦੇ ਜੇ ਤੂੰ ਆਹ ਕੰਮ ਕਰੇਗਾ ਨਾ ਤਾਂ ਤੂੰ ਸੁਖੀ ਨਹੀਂ ਹੋ ਸਕਦਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ। ਜਿੰਨਾ ਚਿਰ ਤੇਰੇ ਅੰਦਰ ਵੈਰ ਅਤੇ ਭਾਵਨਾ, ਵੈਰ ਦੀ ਭਾਵਨਾ ਹੈ, ਉਨਾ ਚਿਰ ਤੇਰਾ ਮਨ ਸ਼ਾਂਤ ਨਹੀਂ ਹੋ ਸਕਦਾ। ਮੈਂ ਇੱਕ ਜੇ ਸਵਾਲ ਕਰਾਂ, ਬੰਦਾ ਸਿੰਘ ਬਹਾਦਰ ਨੇ ਸਰਹੰਦ 'ਤੇ ਹਮਲਾ ਕਿਉਂ ਕੀਤਾ ਸੀ? ਕੋਈ ਬੱਚਾ ਹੋਵੇ ਮੈਨੂੰ ਜਵਾਬ ਦੇਣਾ ਚਾਹੇਗਾ, ਬੰਦਾ ਸਿੰਘ ਬਹਾਦਰ ਨੇ ਸਰਹੰਦ 'ਤੇ ਹਮਲਾ ਕਿਉਂ ਕੀਤਾ ਸੀ? ਕੋਈ ਸੰਗਤ ਦੇ ਵਿੱਚੋਂ ਕੋਈ ਦੱਸਣਾ ਚਾਹੇ? ਸਾਨੂੰ ਇਹੋ ਹੀ ਪੜ੍ਹਾਇਆ ਗਿਆ ਸ਼ੁਰੂ ਤੋਂ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਦੇ ਲਈ ਬੰਦਾ ਸਿੰਘ ਬਹਾਦਰ ਨੇ ਸਰਹੰਦ 'ਤੇ ਹਮਲਾ ਕੀਤਾ। ਅਤੇ ਭੇਜਿਆ ਕਿੰਨੇ ਸੀ ਬੰਦਾ ਸਿੰਘ ਬਹਾਦਰ ਨੂੰ? ਗੁਰੂ ਗੋਬਿੰਦ ਸਿੰਘ ਜੀ ਨੇ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਜਾ ਮੇਰੇ ਜਾ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਆ। ਅਤੇ ਗੁਰੂ ਗੋਬਿੰਦ ਸਿੰਘ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਰਹੇ ਨੇ, ਉਹ ਕਹਿੰਦੇ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ। ਇਹਦਾ ਮਤਲਬ ਅਸੀਂ ਤਾਂ ਵੀ ਡਿਕਲੇਅਰ ਕਰਤਾ ਵੀ ਨਾ ਬੰਦਾ ਸਿੰਘ ਬਹਾਦਰ ਦਾ ਮਨ ਸ਼ਾਂਤ ਹੋਏਗਾ ਅਤੇ ਨਾ ਗੁਰੂ ਗੋਬਿੰਦ ਸਿੰਘ ਦਾ ਮਨ ਸ਼ਾਂਤ ਹੈ। ਨਹੀਂ, ਬਦਲਾ ਲੈਣ ਦਾ ਸੰਕਲਪ ਜਿਹੜਾ ਵਾ ਸਿੱਖ ਧਰਮ ਦੇ ਵਿੱਚ ਹੈ ਹੀ ਨਹੀਂ ਹੈ। ਉਹ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੇ ਨਾਲ ਲੜੀ ਜਾਂਦੇ ਨੇ ਅਤੇ ਉਹ ਜਦੋਂ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਵੀ ਮਲਮ ਪੱਟੀ ਕਰਵਾਈ ਜਾਂਦੇ ਨੇ, ਉਹਨਾਂ ਨੂੰ ਵੀ ਪਾਣੀ ਪਿਲਵਾਈ ਜਾਂਦੇ ਨੇ, ਉਹ ਗੁਰੂ ਗੋਬਿੰਦ ਸਿੰਘ ਕਦੇ ਕਿਸੇ ਬਦਲਾ ਲੈਣ ਬਾਰੇ ਸੋਚ ਹੀ ਨਹੀਂ ਸਕਦੇ। ਜਦੋਂ ਬਦਲਾ ਲੈ ਰਹੇ ਹਾਂ ਇਹਦਾ ਮਤਲਬ, ਜਦੋਂ ਬਦਲਾ ਲੈਣ ਦੀ ਭਾਵਨਾ ਵਾ ਉਦੋਂ ਮਤਲਬ ਅੰਦਰ ਦੁਸ਼ਮਣੀ ਵੀ ਹੈ। ਅਤੇ ਗੁਰੂ ਸਾਹਿਬ ਕਹਿੰਦੇ ਸਭ ਕੋ ਮੀਤ ਹਮ ਆਪਨ ਕਿੰਨਾ, ਮੈਂ ਤਾਂ ਸਾਰਿਆਂ ਨੂੰ ਮਿੱਤਰ ਬਣਾ ਲਿਆ। ਹੁਣ ਬੰਦਾ ਸਿੰਘ ਬਹਾਦਰ ਦਾ ਸਰਹੰਦ 'ਤੇ ਹਮਲਾ ਕਰਨਾ, ਇੱਕ ਗੱਲ ਹੋਰ ਹੈ, ਗੁਰੂ ਸਾਹਿਬ ਕਹਿੰਦੇ ਸੀ ਮੇਰੀ ਜ਼ਾਲਮ ਦੇ ਨਾਲ ਲੜਾਈ ਨਹੀਂ ਹੈ, ਮੇਰੀ ਲੜਾਈ ਤਾਂ ਜ਼ੁਲਮ ਦੇ ਨਾਲ ਹੈ। ਹੁਣ ਜ਼ਾਲਮ ਜ਼ੁਲਮ ਕਰਨ ਨੂੰ ਹਟ ਹੀ ਨਹੀਂ ਰਿਹਾ, ਉਹਨੂੰ ਰੋਕਣ ਦੇ ਲਈ, ਉਹਨੂੰ ਸਜ਼ਾ ਦੇਣ ਦੇ ਲਈ ਤਾਂ ਉਹਦੇ 'ਤੇ ਹਮਲਾ ਕੀਤਾ ਜਾ ਸਕਦਾ ਵਾ, ਪਰ ਕਿਸੇ ਖਾਸ ਮਨੋਰਥ ਦੇ ਲਈ, ਬਦਲਾ ਲੈਣ ਦੇ ਲਈ ਹਮਲਾ ਨਹੀਂ ਕੀਤਾ ਜਾ ਸਕਦਾ। ਹੁਣ ਆਪਾਂ ਜਿਹੜੀ ਗੱਲ 'ਤੇ ਆਈਏ, ਆਪਾਂ ਆਪਣੇ ਲੈਵਲ 'ਤੇ ਆ ਜਾਈਏ। ਇੱਕ ਕੁੜੀ ਜਦੋਂ ਜਵਾਨ ਹੋਣ ਲੱਗਦੀ ਹੈ, ਉਹ ਸਵੇਰੇ 9 ਵਜੇ ਤੱਕ ਸੁੱਤੀ ਨਾ ਉੱਠੀ, ਤਾਂ ਉਹਦੀ ਮੰਮੀ ਕਹਿੰਦੀ ਹੈ ਕਿ ਤੂੰ ਮਾੜਾ ਮੋਟਾ ਕੰਮ ਸਿੱਖ ਲਿਆ ਕਰ, ਕੱਲ੍ਹ ਨੂੰ ਸਹੁਰੇ ਘਰੇ ਜਾਣਾ ਵਾ ਅਤੇ ਸੱਸ ਗੁੱਤ ਪੁੱਟਿਆ ਗੁਰੂ ਤੇਰੀ। ਇੱਕ ਬਚਪਨ ਤੋਂ ਇੱਕ ਗੱਲ ਬਣਾ ਦਿੱਤੀ ਗਈ ਵੀ ਸੱਸ ਜਿਹੜੀਆਂ ਨੇ ਬੜੀਆਂ ਖਤਰਨਾਕ ਹੁੰਦੀਆਂ ਨੇ, ਅਤੇ ਸੱਸ ਨੂੰ ਵੀ ਆਂਡੀਆਂ ਗੁਆਂਢਣਾਂ ਕਹਿੰਦੀਆਂ ਨੇ ਵੀ ਜਿੰਨਾ ਚਿਰ ਮੁੰਡਾ ਵਿਆਹ ਨਹੀਂ ਉੰਨਾ ਚਿਰ ਹੀ ਤੇਰਾ ਹੀ। ਉਹ ਅੱਗੇ ਆਉਂਦੇ ਹੁੰਦੇ ਸੀ ਪਤਾ ਨਹੀਂ ਕਿ ਜਿੰਨਾ ਚਿਰ ਨੋਟ ਤੋੜਿਆ ਨਹੀਂ ਉੰਨਾ ਚਿਰ ਨੋਟ ਬਣਾਇਆ ਅਤੇ ਨੋਟ ਗਵਾਇਆ ਅਤੇ ਮੁੰਡਾ ਵਿਆਹਿਆ ਅਤੇ ਮੁੰਡਾ ਗਵਾਇਆ। ਹੁਣ ਦੋਵਾਂ ਦੇ ਦਿਮਾਗ 'ਚ ਇੱਕ ਗੱਲ ਬੈਠੀ, ਉਹਨੂੰ ਪਤਾ ਵਾ ਕਿ ਜਦੋਂ ਸਹੁਰੇ ਘਰੇ ਗਈ ਸੱਸ ਬੜੀ ਖਤਰਨਾਕ ਹੈ। ਫਿਰ ਇੱਥੋਂ ਤੱਕ ਚੱਲ ਪਈ ਗੱਲ, ਕਹਿੰਦੇ ਵੀ ਸੱਪ ਦੇ ਵਿੱਚ ਇੱਕ ਸੱਸਾ ਹੁੰਦਾ ਅਤੇ ਸੱਪ ਦਾ ਡੰਗਿਆ ਕਦੇ ਬਚਦਾ ਨਹੀਂ ਹੈ, ਅਤੇ ਸੱਸ ਦੇ ਵਿੱਚ 2 ਸੱਸੇ ਨੇ, ਇਹਦਾ ਮਤਲਬ ਸੱਸ ਜਿਹੜੀ ਹੈ ਉਹ ਤਾਂ ਸੱਪ ਤੋਂ ਵੀ ਜ਼ਿਆਦਾ ਖਤਰਨਾਕ ਹੈ।
ਹੁਣ ਕੁੜੀ ਸਹੁਰਿਆਂ 'ਤੇ ਜਾ ਰਹੀ ਹੈ, ਇਹ ਲੈ ਕੇ ਭਾਵਨਾ ਕਿ ਜਿੰਨੀ ਸੱਸ ਮੇਰੇ ਮੱਥੇ ਲੱਗਣੀ ਹੈ ਉਹ ਤਾਂ ਸੱਪ ਤੋਂ ਵੀ ਜ਼ਿਆਦਾ ਖਤਰਨਾਕ ਹੈ। ਅਤੇ ਸੱਸ ਦੇ ਦਿਮਾਗ 'ਚ ਇਹ ਗੱਲ ਬੈਠੀ ਹੋਈ ਹੈ ਵੀ ਸਾਰਾ ਘਰ ਬਣਾਇਆ ਸੀ, ਤੀਲਾ ਤੀਲਾ ਜੋੜ ਕੇ ਬਣਾਇਆ ਸੀ, ਇਹਨੇ ਕੱਲ੍ਹ ਨੂੰ ਆਉਣਾ ਵਾ ਅਤੇ ਇਹਨੇ ਮੁਫਤ 'ਚ ਆ ਕੇ ਮਾਲਕਣ ਬਣ ਕੇ ਬਹਿ ਜਾਣਾ ਵਾ। ਇੱਥੋਂ ਸਾਡੇ ਘਰਾਂ ਦੇ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ। ਅਸੀਂ ਬਚਪਨ ਤੋਂ ਇਹ ਗੱਲ ਭਰੀ ਹੋਈ ਹੈ ਸੱਸ ਦੇ ਦਿਮਾਗ ਦੇ ਵਿੱਚ ਵੀ ਅਤੇ ਨੌਂ ਦੇ ਦਿਮਾਗ ਦੇ ਵਿੱਚ ਵੀ। ਅਤੇ ਮੈਂ ਇੱਕ ਵਾਰੀ ਕਿਸੇ ਦਾ ਲੈਕਚਰ ਸੁਣ ਰਿਹਾ ਸੀ, ਉਹ ਕਹਿੰਦਾ ਮੇਰੇ ਥੋੜ੍ਹੇ ਦਿਨ ਪਹਿਲਾਂ ਨਾ ਸਾਡੇ ਇੱਕ ਗਲੀ ਦੇ ਵਿੱਚ ਆਂਟੀ, ਉਹਨਾਂ ਦਾ ਇੱਕ ਬੇਟਾ ਬਾਹਰ ਰਹਿੰਦਾ ਵਾ, ਇੱਕ ਕਿੱਥੇ ਰਹਿੰਦਾ ਵਾ। ਉਹ ਆਂਟੀ ਬਾਹਰ ਚਲੇ ਗਏ ਹੁਣ ਆਪਣੇ ਦੂਜੇ ਬੇਟੇ ਕੋਲ, ਆਂਟੀ ਅੰਕਲ ਦੋਨੋਂ ਬਾਹਰ ਚਲੇ ਗਏ। ਹੁਣ ਜਿਹੜਾ ਬੇਟਾ ਇੱਥੇ ਰਹਿੰਦਾ ਵਾ, ਉਹਨਾਂ ਦਾ ਜਿਹੜਾ ਬੇਟਾ ਅਤੇ ਨੌਂ ਇੱਥੇ ਨੇ, ਉਹ ਨੌਂ ਜਿਹੜੀ ਹੈ ਜੋਬ ਕਰਦੀ ਹੈ। ਤੋ ਨੌਂ ਥੋੜ੍ਹੇ ਦਿਨ ਪਹਿਲਾਂ ਮੇਰੀ ਮੰਮੀ ਨੂੰ ਮਿਲੀ ਅਤੇ ਮੰਮੀ ਨੂੰ ਪੁੱਛਦੇ ਵੀ ਭੈਣ ਜੀ ਕਿਵੇਂ ਬਾਹਰ ਚਲੇ ਗਏ? ਕਹਿੰਦੇ ਹਾਂ ਆਂਟੀ ਬਹੁਤ ਔਖੇ ਹੋ ਗਏ ਅਸੀਂ ਤਾਂ ਹੁਣ। ਅੱਗੇ ਨਾ ਬੱਚੇ ਆਉਂਦੇ ਸੀ, ਤੂੰ ਆਪੇ ਸੰਭਾਲ ਲੈਂਦੇ ਸੀ, ਕੋਈ ਚਿੰਤਾ ਨਹੀਂ ਹੁੰਦੀ ਸੀ। ਹੁਣ ਤਾਂ ਸਕੂਲ ਤੋਂ ਫਿਕਰ ਲੱਗੀ ਰਹਿੰਦੀ ਆ ਵੀ ਬੱਚਿਆਂ ਨੇ ਘਰ ਆ ਜਾਣਾ ਵਾ ਤਾਂ ਅਸੀਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਘਰ ਕਿਵੇਂ ਪਹੁੰਚੀਏ। ਹੁਣ ਉੱਥੋਂ ਇੱਕ ਗੱਲ ਸਮਝ ਲੱਗੀ, ਸੁੱਖ ਦੇ ਵਿੱਚ ਇੱਕ ਸੱਸਾ ਹੁੰਦਾ ਵਾ ਅਤੇ ਸੱਸ ਦੇ ਵਿੱਚ ਦੋ ਸੱਸੇ ਹੁੰਦੇ ਨੇ। ਜੇ ਅਸੀਂ ਸੱਸ ਨੂੰ ਸੁੱਖ ਨਾਲ ਜੋੜ ਲਈਏ, ਸਾਡੀ ਮਰਜ਼ੀ ਹੈ ਵੀ ਅਸੀਂ ਉਹਨੂੰ ਸੱਪ ਨਾਲ ਜੋੜਨਾ ਵਾ ਕਿ ਅਸੀਂ ਉਹਨੂੰ ਸੁੱਖ ਨਾਲ ਜੋੜਨਾ। ਮੈਨੂੰ ਇੱਕ ਦਿਨ ਇੱਕ ਬੰਦੇ ਨੇ ਕਿਹਾ, ਮੈਂ ਗੱਲ ਚੱਲ ਰਹੀ ਸੀ ਤਵੀਤਾਂ ਦੀ, ਕਹਿੰਦਾ ਜੀ ਤਵੀਤ ਦਾ ਅਸਰ ਹੁੰਦਾ ਕੋਈ? ਮੈਂ ਕਿਹਾ ਜੀ ਨਹੀਂ, ਬਿਲਕੁਲ ਅਸਰ ਨਹੀਂ ਹੁੰਦਾ ਕੋਈ ਤਵੀਤ ਦਾ। ਕਹਿੰਦਾ ਮੈਂ ਤੁਹਾਨੂੰ ਦੱਸਦਾ ਤਵੀਤ ਦਾ ਅਸਰ ਕੀ ਹੁੰਦਾ ਵਾ। ਮੈਂ ਕਿਹਾ ਜੀ ਕੀ? ਕਹਿੰਦਾ ਵੀ ਇੱਕ ਨੌਂ ਦੀ ਆਪਣੀ ਸੱਸ ਨਾਲ ਬਣਦੀ ਨਹੀਂ ਸੀ ਬਿਲਕੁਲ ਹੀ, ਤੂੰ ਕਿਤੇ ਸਿਆਣੇ ਕੋਲ ਚਲੇ ਗਈ। ਕਹਿੰਦਾ ਵੀ ਸੱਸ ਨੂੰ ਕੋਈ ਤਵੀਤ ਘੋਲ ਕੇ ਦੇਵਾਂ ਜਿਹਦੇ ਨਾਲ ਸੱਸ ਜਿਹੜੀ ਆ ਮੇਰੇ ਵੱਸ 'ਚ ਆ ਜਾਵੇ। ਤਾਂ ਉਹਨੇ ਇੱਕ ਤਵੀਤ ਲਿਖ ਕੇ ਦੇ ਤਾ ਕਾਗਜ਼ 'ਤੇ ਮੰਤਰ ਜਿਹਾ। ਕਹਿੰਦਾ ਵੀ ਆਹ ਰੋਜ਼ ਨਾ ਰਾਤ ਨੂੰ ਜਿਹੜਾ ਵਾ ਨਾ ਆਪਣੀ ਸੱਸ ਨੂੰ ਦੁੱਧ 'ਚ ਪਿਆ ਕੇ ਪਾ ਕੇ ਦਿਆ ਕਰਨਾ ਵਾ। ਹੁਣ ਉਹਨੇ ਰੋਜ਼ ਰਾਤ ਨੂੰ ਦੁੱਧ ਉਬਾਲਣਾ ਅਤੇ ਉਹਦੇ ਵਿੱਚ ਉਹ ਘੋਲਣਾ ਕਾਗਜ਼ ਜਿਹਾ, ਪੁਣਨਾ ਅਤੇ ਉਸ ਤੋਂ ਬਾਅਦ ਜਾ ਕੇ ਅਤੇ ਮੰਮੀ ਜੀ ਦੁੱਧ ਪੀ ਲਓ। ਜੇ ਕਿਤੇ ਮੰਮੀ ਨੇ 5 ਮਿੰਟ ਪੀਣਾ ਨਾ ਤਾਂ ਕਿਤੇ ਉਹਨੂੰ ਫਿਕਰ ਲੱਗ ਜਾਣਾ ਵੀ ਕਿਤੇ ਮੰਮੀ ਦੁੱਧ ਪੀਵੇ ਹੀ ਨਾ ਤਾਂ ਮੇਰਾ ਮੰਤਰ ਵਿੱਚ ਹੀ ਰਹਿ ਜਾਏਗਾ। ਮੰਮੀ ਦੁੱਧ ਰੱਖਿਆ ਸੀ ਪੀ ਲਓ। ਉਹ ਜਦੋਂ 5-7 ਦਿਨ ਲਗਾਤਾਰ ਉਹਨੂੰ ਦੁੱਧ ਪਿਆਉਂਦੀ ਰਹੀ ਅਤੇ ਸੱਸ ਨੂੰ ਲੱਗਾ ਵੀ ਲੱਗਦਾ ਵਾ ਸਿਆਣੀ ਹੋ ਗਈ ਹੁਣ। ਹੁਣ ਦੋਵਾਂ ਦਾ ਨਜ਼ਰੀਆ ਇੱਕ ਦੂਜੇ ਦੇ ਪ੍ਰਤੀ ਬਦਲ ਗਿਆ। ਬਦਲਿਆ ਕਿਉਂ? ਕਿਉਂਕਿ ਇੱਕ ਨੇ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਦੂਜੇ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ। ਸੋ ਜਦੋਂ ਅਸੀਂ ਇਸ ਤਰ੍ਹਾਂ ਦਾ ਨਜ਼ਰੀਆ ਲੈ ਕੇ ਚੱਲਾਂਗੇ ਪਰਿਵਾਰਾਂ ਦੇ ਵਿੱਚ ਆਪਣੀ, ਕਈ ਵਾਰੀ ਬੜਾ ਹੈਰਾਨੀ ਜੀ ਹੁੰਦੀ, ਕਈ ਵਾਰੀ ਸੱਦ ਲੈਂਦੇ ਕੋਈ ਵੀ ਤੁਸੀਂ ਸੁਖਮਨੀ ਸਾਹਿਬ ਦਾ ਸਾਡੇ ਬੀਬੀਆਂ ਦਾ ਪਾਠ ਹੈ, ਤੁਸੀਂ ਬਾਅਦ 'ਚ 15 ਮਿੰਟ ਲੈਕਚਰ ਦਿਓ। ਤੋ ਪਾਠ ਤੋਂ ਬਾਅਦ ਜਿਹੜਾ ਵਾ ਉਹ ਲੰਗਰ ਹੁੰਦਾ ਹੈ ਅਤੇ ਲੰਗਰ ਜਦੋਂ ਛਕਣ ਬੈਠੇ ਅੰਦਰੋਂ ਅਸੀਂ ਪੜ੍ਹ ਕੇ ਆਏ ਸੀ, ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾਹੀ ਚੀਤ। ਅਸੀਂ ਬਾਹਰ ਹੀ ਪੰਗਤਾਂ ਦੇ ਵਿੱਚ ਬੈਠ ਕੇ ਜਿਉਂ ਇੱਕ ਦੂਜੇ ਨਾਲ ਵੈਰ ਕਮਾਉਣੇ ਸ਼ੁਰੂ ਕਰਤੇ। ਉਹਨੇ ਮੈਨੂੰ ਮਾਈਕ ਨਹੀਂ ਫੜਾਈ, ਉਹਨੇ 2 ਅਸ਼ਟਪਦੀਆਂ ਪੜ੍ਹ ਲਈਆਂ ਅੱਜ, ਮੈਨੂੰ 1 ਵਣੀ ਪੜ੍ਹਨ ਦਿੱਤੀ। ਉਹ ਸਾਰੀਆਂ ਗਲਤ ਪੜ੍ਹਦੀ ਹੈ ਫਿਰ ਵੀ ਮਾਈਕ ਨਹੀਂ ਛੱਡਦੀ। ਵੀ ਜੇ ਗਲਤ ਪੜ੍ਹਦੀ ਹੈ ਸਾਨੂੰ ਸਹੀ ਆਉਂਦੀ ਹੈ ਤਾਂ ਅਸੀਂ ਉਹਨੂੰ ਸਮਝਾਈਏ, ਵੈਰ ਦੀ ਭਾਵਨਾ ਕਿਸੇ ਦੇ ਨਾਲ ਨਾ ਹੋਵੇ। ਅਗਲੀ ਸਲਾਈਡ ਕਰੋ ਜੀ। ਟੈਂਸ਼ਨ, ਚਿੰਤਾਵਾਂ, ਸਾਰਾ ਦਿਨ ਇੱਕ ਬੰਦੇ ਦੇ ਦਿਮਾਗ ਦੇ ਵਿੱਚ
24,000 ਤੋਂ ਲੈ ਕੇ 60,000 ਖਿਆਲ ਆਉਂਦੇ ਨੇ ਇੱਕ ਦਿਨ ਦੇ ਵਿੱਚ, ਤੋਂ ਜ਼ਿਆਦਾਤਰ ਕਿਹੜੇ ਹੁੰਦੇ ਨੇ? ਨੈਗੇਟਿਵ ਹੀ ਹੁੰਦੇ ਨੇ। ਉਹਨਾਂ ਦੇ ਵਿੱਚ ਜ਼ਿਆਦਾਤਰ ਚਿੰਤਾਵਾਂ ਹੀ ਲੁਕੀਆਂ ਹੁੰਦੀਆਂ ਨੇ ਵੀ ਹਾਏ ਬੱਚਾ ਜੇ ਛੋਟਾ ਜਿਹਾ ਹੁੰਦਾ ਵਾ, ਅਜੇ ਉਹਨੇ ਨਰਸਰੀ 'ਚ ਜਾਣਾ ਹੁੰਦਾ ਵਾ, ਸਾਨੂੰ ਚਿੰਤਾ ਕਾਹਦੀ ਹੁੰਦੀ ਹੈ ਕਿ ਪਤਾ ਨਹੀਂ ਇਹਨੂੰ ਨੌਕਰੀ ਮਿਲੇਗੀ ਕਿ ਨਹੀਂ ਮਿਲੇਗੀ। ਉਹ ਭਈਏ ਜੀ ਨੂੰ ਰੇੜਨਾ ਤਾਂ ਸਿੱਖ ਲੈਣ ਦਿਉ, ਤੁਰਨਾ ਤਾਂ ਸਿੱਖ ਲੈਣ ਦਿਉ, ਨੌਕਰੀ ਦੀ ਪਹਿਲਾਂ ਹੀ ਚਿੰਤਾ ਵਾ। ਸੋ ਅਸੀਂ ਇਸ ਸੰਦਰਭ ਦੇ ਵਿੱਚ ਰਹਿ ਰਹੇ ਹਾਂ। ਸਾਨੂੰ ਗੁਰੂ ਸਾਹਿਬ ਬਾਣੀ 'ਚ ਸ਼ਾਮ ਨੂੰ ਸੋਧਰ ਦਾ ਪਾਠ ਕਰਦੇ ਡੇਲੀ, ਉਹ 'ਚ ਗੁਰੂ ਸਾਹਿਬ ਸਾਨੂੰ ਸੇਧ ਦੇ ਰਹੇ ਨੇ, ਕਹਿੰਦੇ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਭਰਿਆ। ਹੁਣ ਕਾਹੇ ਰੇ ਮਨ ਚਿਤਵੈ ਉਦਮ, ਕਹਿੰਦੇ ਤੂੰ ਉਦਮ ਤਾਂ ਕਰਨਾ ਵਾ ਪਰ ਉਦਮ ਦੀ ਚਿੰਤਾ ਨਹੀਂ ਕਰਨੀ। ਹੁਣ ਮਨ ਨੂੰ ਸਮਝਾਈਏ ਕਿਵੇਂ। ਮੈਂ ਇੱਕ ਕਹਾਣੀ ਪੜ੍ਹੀ ਸੀ, ਮੈਨੂੰ ਬੜੀ ਵਧੀਆ ਲੱਗੀ। ਕਹਿੰਦੇ ਇੱਕ ਰਾਜਾ ਸੀ, ਉਹਦਾ ਰਾਜ ਭਾਗ ਬੜਾ ਵਧੀਆ ਚੱਲ ਰਿਹਾ ਸੀ, ਪਰ ਉਹਨਾਂ ਨਾਲ ਚਿੰਤਾਵਾਂ ਬਹੁਤ ਰਹਿੰਦੀਆਂ ਸਨ। ਚਿੰਤਾ ਇੰਨੀਆਂ ਭਾਰੂ ਹੋ ਗਈਆਂ ਉਹਦੇ ਉੱਤੇ ਕਿ ਉਹਦੇ ਕੋਲੋਂ ਰਾਜ ਪ੍ਰਬੰਧ ਜਿਹੜਾ ਸੀ ਉਹ ਚੰਗੀ ਤਰ੍ਹਾਂ ਚੱਲ ਨਹੀਂ ਰਿਹਾ ਸੀ। ਸਾਰੇ ਵੈਦ ਹਕੀਮ ਬੁਲਾਏ ਗਏ। ਆਮ ਤੌਰ 'ਤੇ ਕਈ ਵਾਰੀ ਹੁੰਦਾ ਹੈ ਕਿ ਜਦੋਂ ਅਸੀਂ ਨਾ ਕਿ ਡਾਕਟਰ ਕੋਲ ਜਾਈਏ ਅਤੇ ਡਾਕਟਰ ਸਾਡੇ ਸਾਰੇ ਟੈਸਟ ਕਰੇ ਅਤੇ ਟੈਸਟ ਕਰਨ ਤੋਂ ਬਾਅਦ ਕਹਿੰਦਾ ਅੰਕਲ ਜੀ ਤੁਹਾਨੂੰ ਬਿਮਾਰੀ ਕੋਈ ਨਹੀਂ ਹੈ, ਬਸ ਤੁਸੀਂ ਚਿੰਤਾ ਨਾ ਕਰਿਆ ਕਰੋ। ਹੁਣ ਚਿੰਤਾ ਨਾ ਕਰਿਆ ਕਰੋ ਕਹਿਣਾ ਬੜਾ ਸੌਖਾ ਵਾ। ਉਹ ਕਹਿੰਦਾ ਜੀ ਤਾਂ ਮੇਰਾ ਵੀ ਨਹੀਂ ਕਰਦਾ ਕਰਨ ਨੂੰ, ਤੁਹਾਡੇ ਕੋਲ ਦਵਾਈ ਹੈਗੀ ਜਿਹਦੇ ਨਾਲ ਚਿੰਤਾ ਨਾ ਕਰਿਆ ਕਰਾਂ? ਕਹਿੰਦਾ ਨਹੀਂ ਮੇਰੇ ਕੋਲ ਤਾਂ ਦਵਾਈ ਨਹੀਂ ਹੈਗੀ, ਮੈਂ ਤਾਂ ਨੀਂਦ ਦੀ ਗੋਲੀ ਦੇ ਦਾਂਗਾ, ਜਦੋਂ ਖਾ ਲਿਆ ਕਰੇਗਾ ਸੌ ਜਾ ਕਰੂੰ, 24 ਘੰਟੇ ਮਤਲਬ ਸੁੱਤਾ ਕਿੱਥੇ ਰਹੇ ਵੀ। ਹੁਣ ਰਾਜੇ ਦੇ ਸਾਰੇ ਜਿੰਨੇ ਆਏ ਵੈਦ ਹਕੀਮ ਇਲਾਜ ਕੀਤਾ ਪਰ ਕੋਈ ਫਰਕ ਨਹੀਂ ਪੈ ਰਿਹਾ। ਇੱਕ ਰਾਜੇ ਦੀ ਰਾਣੀ ਇੱਕ ਦਿਨ ਕਿਤੇ ਜਾਂਦੀ, ਉਹਨੂੰ ਇੱਕ ਫਕੀਰ ਮਿਲਦਾ ਹੈ। ਉਹਨੂੰ ਗੱਲਾਂ ਤੋਂ ਲੱਗਦਾ ਫਕੀਰ ਬਹੁਤ ਸਿਆਣਾ ਵਾ। ਉਹਨੂੰ ਦੱਸਦੀ ਆ ਕਿ ਮੇਰੇ ਪਤੀ ਨੂੰ ਚਿੰਤਾ ਬਹੁਤ ਰਹਿੰਦੀ ਆ, ਕੋਈ ਇਹਦਾ ਹੱਲ ਹੈਗਾ ਹੈ? ਉਹ ਕਹਿੰਦਾ ਜੀ ਬਿਲਕੁਲ ਹੱਲ ਹੈਗਾ ਵਾ। ਉਹ ਕਹਿੰਦੀ ਮੇਰੇ ਨਾਲ ਚੱਲ ਮਹਿਲ। ਉਹ ਮਹਿਲ ਲਿਆਉਂਦੀ ਫਕੀਰ ਨੂੰ ਅਤੇ ਫਕੀਰ ਰਾਜੇ ਨਾਲ ਗੱਲ ਕਰਦਾ ਵਾ। ਕਹਿੰਦਾ ਰਾਜਾ ਕਹਿੰਦਾ ਵਾ ਕਿ ਮੈਨੂੰ ਬਹੁਤ ਚਿੰਤਾ ਵਾ, ਮੈਂ ਬਹੁਤ ਪਰੇਸ਼ਾਨ ਹਾਂ। ਫਕੀਰ ਕਹਿੰਦਾ ਵੀ ਮੈਂ ਤੇਰੀ ਚਿੰਤਾ 2 ਦਿਨਾਂ 'ਚ ਖਤਮ ਕਰ ਸਕਦਾ ਵਾਂ, ਪਰ ਤੈਨੂੰ ਮੇਰੀ ਇੱਕ ਗੱਲ ਮੰਨਣੀ ਪਏਗੀ। ਕਹਿੰਦਾ ਦੱਸ ਕਿਹੜੀ ਗੱਲ? ਕਹਿੰਦਾ ਤੂੰ ਮੁੱਕਰ ਨਾ ਜਾਵੀਂ। ਕਹਿੰਦਾ ਨਹੀਂ ਮੈਂ ਮੁੱਕਰਦਾ ਨਹੀਂ, ਮੈਂ ਜ਼ਬਾਨ ਦਾ ਬੰਦਾ ਵਾਂ। ਉਹ ਕਹਿੰਦਾ ਠੀਕ ਆ, ਫਿਰ ਤੂੰ ਇੱਕ ਕੰਮ ਵਾ, ਆਪਣਾ ਰਾਜ ਭਾਗ ਮੇਰੇ ਨਾਂ 'ਤੇ ਕਰ ਦੇ, ਤਾਂ ਤੇਰੀਆਂ ਚਿੰਤਾਵਾਂ 2 ਦਿਨ 'ਚ ਖਤਮ ਹੋ ਜਾਣਗੀਆਂ। ਹੁਣ ਰਾਜਾ ਪਰੇਸ਼ਾਨ ਬਹੁਤ ਸੀ ਚਿੰਤਾ ਤੋਂ, ਫਿਰ ਵੀ ਚਲੋ ਉਹਨੇ ਰਾਜ ਭਾਗ, ਉਹਨੇ ਫਕੀਰ ਨੇ ਕਾਗਜ਼ ਪੱਤਰ ਫੜੇ ਅਤੇ ਉਹਦੇ ਉੱਤੇ ਲਿਖ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਆਪਣਾ ਰਾਜ ਭਾਗ ਜਿਹੜਾ ਵਾ ਉਹ ਫਕੀਰ ਨੂੰ ਸੌਂਪ ਰਿਹਾ ਵਾਂ। ਰਾਜ ਭਾਗ ਲਿਖਾਉਣ ਤੋਂ ਬਾਅਦ ਫਕੀਰ ਕਹਿੰਦਾ ਹੈ ਵੀ ਇਹ ਕਾਗਜ਼ ਤਾਂ ਮੈਨੂੰ ਦੇ ਦੇ, ਮੈਨੂੰ 2 ਸਾਲ ਕਿਤੇ ਮੈਂ ਜ਼ਰੂਰੀ ਰੁਝੇਵਿਆਂ 'ਚ ਰੁੱਝਿਆ ਆਇਆ ਵਾਂ, ਇਸ ਕਰਕੇ ਮੈਂ ਤੈਨੂੰ ਆਪਣੇ ਰਾਜ ਭਾਗ ਲਈ ਨੋਮੀਨੇਟ ਕਰਕੇ ਜਾ ਰਿਹਾ ਵਾਂ। 2 ਸਾਲਾਂ ਬਾਅਦ ਆਵਾਂਗਾ ਅਤੇ 2 ਸਾਲਾਂ ਬਾਅਦ ਆ ਕੇ ਮੈਂ ਆਪਣਾ ਰਾਜ ਭਾਗ ਜਿਹੜਾ ਵਾ ਉਹ ਸਾਂਭਲਾਂਗਾ। ਉਹ ਕਹਿੰਦਾ ਠੀਕ ਹੈ ਜੀ। ਉਹ 2 ਸਾਲ ਬਾਅਦ ਫਕੀਰ ਮੁੜ ਕੇ ਆਉਂਦਾ ਵਾ ਅਤੇ ਰਾਜਾ ਬੜਾ ਖੁਸ਼ ਰਹਿ ਰਿਹਾ ਹੁਣ। ਉਹ ਕਹਿੰਦਾ ਵੀ ਰਾਜਾ ਫਕੀਰ ਪੁੱਛਦਾ ਵੀ ਕਿਵੇਂ ਲੱਗ ਰਿਹਾ? ਕਹਿੰਦਾ ਬੜਾ ਖੁਸ਼ ਹਾਂ ਹੁਣ ਮੈਂ। ਕਹਿੰਦਾ ਖੁਸ਼ੀ ਦਾ ਕਾਰਨ ਕੀ ਲੱਗਦਾ ਤੈਨੂੰ? ਕਹਿੰਦਾ ਪਹਿਲਾਂ ਮੈਂ ਸਾਰਾ ਦਿਨ ਇਸ ਚਿੰਤਾ ਦੇ ਵਿੱਚ ਰਹਿੰਦਾ ਸੀ ਕਿ ਆਪਣੇ ਰਾਜ ਨੂੰ ਵਧਾਉਣਾ ਕਿਵੇਂ ਆ ਅਤੇ ਜਿਹੜਾ ਵੱਧ ਗਿਆ ਉਹਨੂੰ ਬਚਾਉਣਾ ਕਿਵੇਂ ਆ, ਇਸੇ ਚਿੰਤਾ 'ਚ ਮੈਂ ਗੁਆਚਿਆ ਰਹਿੰਦਾ ਸੀ। ਕਹਿੰਦਾ ਜਿੱਦਣ ਦਾ ਤੈਨੂੰ ਮੈਂ ਰਾਜ ਭਾਗ ਲਿਖ ਕੇ ਦੇ ਦਿੱਤਾ ਨਾ, ਹੁਣ ਮੈਂ ਇੱਕ ਗੱਲ ਸੋਚ ਲੈਂਦਾ, ਜਿਹੜਾ ਵਧਿਆ ਵਾ ਉਹ ਵੀ ਫਕੀਰ ਦਾ ਵਾ ਅਤੇ ਜਿਹੜਾ ਬਚਿਆ ਵਾ ਉਹ ਵੀ ਫਕੀਰ ਦਾ ਵਾ, ਮੈਂ ਤਾਂ ਬਸ ਇੱਕ ਕੁਰਸੀ 'ਤੇ ਵਾਰਸ ਬਣ ਕੇ ਬੈਠਾ ਹੋਇਆ ਵਾਂ। ਫਕੀਰ ਉਹ ਕਾਗਜ਼ ਕੱਢਦਾ ਬਾਹਰ, ਕਹਿੰਦਾ ਐਂ ਕਰ ਜਿੱਥੇ ਤੂੰ ਆ ਫਕੀਰ ਲਿਖਿਆ ਸੀ ਨਾ ਸ਼ਬਦ,
ਇੱਥੇ ਰੱਬ ਲਿਖਦੇ ਕਿ ਮੈਂ ਆਪਣਾ ਰਾਜ ਭਾਗ ਜਿਹੜਾ ਵਾ ਉਹ ਰੱਬ ਨੂੰ ਸਮਰਪਿਤ ਕਰ ਰਿਹਾ ਵਾਂ, ਜੋ ਬਚ ਗਿਆ ਉਹ ਵੀ ਉਹਦਾ ਵਾ, ਜੋ ਵੱਧ ਗਿਆ ਉਹ ਵੀ ਉਹਦਾ ਵਾ। ਇਸ ਚੀਜ਼ ਨੂੰ ਅਸੀਂ ਸੋਚ ਕੇ ਵੇਖੀਏ। ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਸੋਏ ਅਚਿੰਤਾ ਜਾਗ ਅਚਿੰਤਾ। ਹੁਣ ਕਹਿੰਦੇ ਇਹ ਵਿਸ਼ਵਾਸ ਕਿਵੇਂ ਆਵੇ ਬਈ ਵੀ ਰੱਬ ਜਦ ਅਸੀਂ ਫਿਰ ਕਹਿੰਦੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਏ। ਹੁਣ ਗੱਲ ਤਾਂ ਬੜੀ ਵੱਡੀ ਹੈ ਪਰ ਸੋਚਾਂ ਕਿਵੇਂ, ਮੈਂ ਇਹਨੂੰ ਆਪਣੀ ਜ਼ਿੰਦਗੀ ਦੇ ਅਮਲ ਦੇ ਵਿੱਚ ਕਿਵੇਂ ਲੈ ਕੇ ਆਵਾਂ ਕਿ ਮੇਰੀਆਂ ਚਿੰਤਾਵਾਂ ਨੂੰ ਸਾਂਭਣ ਵਾਲਾ ਪਰਮਾਤਮਾ ਜੀ। ਸਲਾਈਡ ਅੱਗੇ ਕਰ। ਅਸਲ 'ਚ ਨਾ ਜਦੋਂ ਅਸੀਂ ਕੋਟੇਸ਼ਨਸ ਇੰਗਲਿਸ਼ ਦੇ ਵਿੱਚ ਪੜ੍ਹਦੇ ਹਾਂ ਉਹ ਬੜੀਆਂ ਵਧੀਆ ਲੱਗਦੀਆਂ ਨੇ। ਇੰਗਲਿਸ਼ ਕੋਟੇਸ਼ਨ ਹੈ, ਸਟ੍ਰੈਸ ਕਮਸ ਫਰੋਮ ਟਰਾਇੰਗ ਟੂ ਡੂ ਇਟ ਆਲ ਔਨ ਯੋਰ ਓਨ, ਪੀਸ ਕਮਸ ਫਰੋਮ ਪੁਟਿੰਗ ਇਟ ਆਲ ਇਨ ਗੋਡਸ ਹੈਂਡ। ਵੀ ਜਦੋਂ ਤੁਸੀਂ ਆਪਣੇ ਆਪ ਸਾਰਾ ਕੁਛ ਕਰਨ ਦੀ ਲੱਗਦੇ ਹਾਂ ਤਾਂ ਸਟ੍ਰੈਸ ਕਰਨ ਆ ਜਾਂਦੀ ਆ, ਜਦੋਂ ਤੁਸੀਂ ਸਾਰਾ ਕੁਛ ਰੱਬ ਦੇ ਹੱਥ 'ਚ ਛੱਡ ਦਿੰਦੇ ਹਾਂ ਤਾਂ ਫਿਰ ਤੁਹਾਡੀ ਸਟ੍ਰੈਸ ਜਿਹੜੀ ਆ ਖਤਮ ਹੋ ਜਾਂਦੀ ਆ। ਥੱਲਿਓ ਰਾਈਟਰ ਦਾ ਨਾਮ ਲਿਖ ਦਿੱਤਾ, ਅਸੀਂ ਬੜਾ ਇਹਨੂੰ ਕਿਊਟ ਕਰਦੇ ਹਾਂ ਕੋਟੇਸ਼ਨਸ ਨੂੰ। ਹੁਣ ਗੁਰਬਾਣੀ ਕੀ ਕਹਿੰਦੀ ਆ ਵਧੀਆ ਕੀ ਕਰਿਓ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੈ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੈ। ਚੰਗਾ ਹੀ ਕਰੇਗਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੀ ਇਹ। ਮੈਂ ਕਿਵੇਂ ਕਰਾਂ ਕਿ ਤੂੰ ਮੇਰੀ ਚਿੰਤਾ ਕਰ ਰਿਹਾ ਵਾ। ਇਹਨੂੰ ਆਪਾਂ ਥੋੜ੍ਹਾ ਜਿਹਾ ਪਰਿਵਾਰ 'ਤੇ ਸੋਚ ਕੇ ਦੇਖੀਏ। ਸਾਡੇ ਘਰ 'ਚ ਛੋਟਾ ਬੱਚਾ ਵਾ, ਉਹਨਾਂ ਜਦੋਂ ਦਹੀਂ ਖਾਣ ਲੱਗਦਾ ਨਾ ਚਮਚ ਦੇ ਨਾਲ ਤਾਂ ਸਾਨੂੰ ਐਂ ਲੱਗਦਾ ਕਿ ਦਹੀਂ ਡੋਲ ਦੇਗਾ ਖਾਂਦਾ ਖਾਂਦਾ, ਤਾਂ ਅਸੀਂ ਦਹੀਂ ਵੀ ਉਹਦੇ ਮੂੰਹ 'ਚ ਆਪ ਪਾਉਂਦੇ। ਉਹ ਕਹਿੰਦਾ ਮੈਂ ਆਪੇ ਖਾਵਾਂ ਖਾਵਾਂਗਾ। ਅਸੀਂ ਜ਼ਬਰਦਸਤੀ ਉਹਦੇ ਮੂੰਹ 'ਚ ਪਾਉਂਦੇ ਹਾਂ ਕਿ ਸਾਨੂੰ ਲੱਗਦਾ ਵਾ ਕਿ ਇਹਦੇ ਕੋਲੋਂ ਦਹੀਂ ਖਾਧਾ ਨਹੀਂ ਜਾਏਗਾ। ਹੌਲੀ ਹੌਲੀ ਬੱਚਾ ਵੱਡਾ ਹੁੰਦਾ ਜਾਂਦਾ ਵਾ, ਫਿਰ ਜ਼ਿੰਮੇਵਾਰੀਆਂ ਦਾ ਅਹਿਸਾਸ ਚੁੱਕਦਾ ਜਾਂਦਾ ਵਾ। ਫਿਰ ਤੁਸੀਂ ਦੇਖੋ ਘਰ ਦੇ ਵਿੱਚ ਦੋ ਬੱਚੇ ਨੇ, ਤੁਸੀਂ ਕਿਤੇ ਬਾਹਰ ਜਾਣਾ ਵਾ, ਤੁਸੀਂ ਚਾਬੀ ਦੇ ਕੇ ਜਾਣੀ ਘਰ ਦੇ ਵਿੱਚ। ਕਦੇ ਨਹੀਂ ਹੁੰਦਾ ਕਿ ਰੂਲ ਹੈ ਵੀ ਘਰ ਦੇ ਵਿੱਚ ਜਿਹੜਾ ਵੱਡਾ ਬੱਚਾ ਵਾ ਉਹਨੂੰ ਚਾਬੀ ਦੇ ਕੇ ਜਾਵਾਂਗੇ। ਘਰ ਦੇ ਵਿੱਚ ਰੂਲ ਇਹ ਹੁੰਦਾ ਵਾ ਕਿ ਜਿਹੜਾ ਬੱਚਾ ਜ਼ਿਆਦਾ ਸਿਆਣਾ ਵਾ ਚਾਬੀ ਉਹਨੂੰ ਦੇ ਕੇ ਜਾਵਾਂਗੇ। ਉਹ ਮੈਂ ਇੱਕ ਵਾਰੀ ਇੱਕ ਗੱਲ ਸਕੂਲ 'ਚ ਗਿਆ, ਬੱਚਿਆਂ ਨਾਲ ਗੱਲ ਚੱਲੀ ਵਿਸ਼ਵਾਸ ਪਾਤਰ ਦੀ। ਕਹਿੰਦੇ ਜੀ ਵਿਸ਼ਵਾਸ ਪਾਤਰ ਕਿਵੇਂ ਬਣਿਆ ਜਾ ਸਕਦਾ ਵਾ। ਅਤੇ ਕਈ ਮੈਂ ਇੱਕ ਗੱਲ ਸੁਣਾਈ, ਮੈਂ ਕਿਹਾ ਜੀ ਵੀ ਘਰ ਦੇ ਵਿੱਚ ਤਿੰਨ ਬੱਚੇ ਸੀ, ਉਹ ਸਕੂਲ ਜਾਣ ਲੱਗੇ ਅਤੇ ਮੰਮੀ ਡੈਡੀ ਨੇ ਕਿਹਾ ਵੀ ਤੁਸੀਂ ਚਾਬੀ ਲੈ ਜਾਓ ਨਾਲ। ਅਤੇ ਮੰਮੀ ਡੈਡੀ ਨੇ ਕੀ ਕੀਤਾ ਵੀ ਸਭ ਤੋਂ ਛੋਟੇ ਬੱਚੇ ਨੂੰ ਚਾਬੀ ਫੜਾਤੀ ਅਤੇ ਦੋਵੇਂ ਵੱਡੇ ਜਿਹੜੇ ਸੀ ਉੱਚੇ ਵੱਡੇ ਬੱਚੇ ਦੋਵੇਂ ਚਿੜ ਗਏ। ਸਾਡੀ ਤਾਂ ਬੇਇੱਜ਼ਤੀ ਹੋ ਗਈ ਜੀ, ਉਹਨਾਂ ਨੇ ਮੰਮੀ ਨੂੰ ਸ਼ਾਮ ਨੂੰ ਉਲਾਂਭਾ ਦਿੱਤਾ, ਮੰਮੀ ਤੁਸੀਂ ਸਾਡੀ ਬੇਇੱਜ਼ਤੀ ਕਰਤੀ ਵੀ ਛੋਟੇ ਤੋਂ ਚਾਬੀ ਦੇ ਦਿੱਤੀ, ਸਾਨੂੰ ਚਾਬੀ ਕਿਉਂ ਨਹੀਂ ਦਿੱਤੀ, ਤੁਹਾਨੂੰ ਸਾਡੇ 'ਤੇ ਜ਼ਰਾ ਜਿੰਨਾ ਵੀ ਵਿਸ਼ਵਾਸ ਨਹੀਂ ਹੈ। ਉਹ ਕਹਿੰਦੀ ਨਹੀਂ, ਮੈਨੂੰ ਤੁਹਾਡੇ 'ਤੇ ਦੋਵਾਂ 'ਤੇ ਪੂਰਾ ਵਿਸ਼ਵਾਸ ਆ ਕਿ ਤੁਸੀਂ ਖੇਡਦਿਆਂ ਖੇਡਦਿਆਂ ਚਾਬੀ ਗਵਾ ਦੇਣੀ ਸੀ, ਇਸ ਕਰਕੇ ਛੋਟੇ 'ਤੇ ਵਿਸ਼ਵਾਸ ਹੈ ਕਿ ਚਾਬੀ ਸੰਭਾਲ ਲਏਗਾ। ਹੁਣ ਅਸੀਂ ਬੱਚਿਆਂ ਦੇ ਨਾਲ ਵਿਚਰਦੇ ਹਾਂ, ਸਾਨੂੰ ਹੌਲੀ ਹੌਲੀ ਉਹਨਾਂ 'ਤੇ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਅਸੀਂ ਪਰਮਾਤਮਾ ਦੇ ਬਾਰੇ ਕਰ ਰਹੇ ਹਾਂ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੁਸੀਂ ਵੇਖੋ ਬੱਚੇ ਨੂੰ, ਛੋਟਾ ਜਿਹਾ ਬੱਚਾ ਕਿਸੇ ਦੇ 5-6-7 ਮਹੀਨੇ ਦਾ ਵਾ ਅਤੇ ਮੰਮੀ ਪਾਪਾ ਪਤਾ ਕੀ ਕਰਦਾ, ਉਹਦਾ ਚਾਚਾ ਕੀ ਕਰਦਾ ਵਾ, ਬੱਚੇ ਨੂੰ ਹਵਾ 'ਚ ਛਾਲ ਦਿੰਦਾ ਵਾ ਅਤੇ ਬੱਚਾ ਰੋਂਦਾ ਨਹੀਂ ਹੈ, ਉਹ ਬੱਚਾ ਖੁਸ਼ ਹੋ ਰਿਹਾ ਵਾ ਕਿਉਂਕਿ ਉਹਨੂੰ ਵਿਸ਼ਵਾਸ ਹੈ ਕਿ ਜਦੋਂ ਮੈਂ ਥੱਲੇ ਆਵਾਂਗਾ ਤਾਂ ਮੈਨੂੰ ਇਹਨਾਂ ਨੇ ਫੜ ਲੈਣਾ ਵਾ। ਬੱਚੇ ਨੂੰ ਇੰਨਾ ਵਿਸ਼ਵਾਸ ਆ ਕਿ ਤੁਸੀਂ ਇਹਨੂੰ ਹਵਾ 'ਚ ਉਛਾਲਿਆ ਅਤੇ ਉਹ ਕਹਿੰਦਾ ਵਾ ਉਹ ਦੰਦ ਕੱਢ ਰਿਹਾ ਵਾ
ਜੇ ਉਹਨੂੰ ਕੁਝ ਪੁੱਛੇ ਉਹ ਤੂੰ ਦੰਦ ਕੱਢੀ ਜਾਂਦਾ, ਜੇ ਤੇਰੇ ਬਾਪੂ ਦਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਜਾਂ ਕਿਤੇ ਮੋਬਾਈਲ ਆ ਗਿਆ ਤਾਂ ਫੋਨ ਸੁਣਨ ਲੱਗ ਪਿਆ, ਤੇਰੀਆਂ ਹੱਡੀਆਂ ਦਾ ਕੀ ਬਣੂਗਾ? ਉਹ ਕਹਿੰਦਾ ਨਹੀਂ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰੇ ਪਾਪਾ ਮੈਨੂੰ ਸੰਭਾਲਣਗੇ। ਇਹੀ ਵਿਸ਼ਵਾਸ ਸਾਨੂੰ ਪਰਮਾਤਮਾ 'ਤੇ ਬਣਾਉਣਾ ਪਏਗਾ। ਇਹ ਛੋਟੀ ਛੋਟੀਆਂ ਗੱਲਾਂ ਤੋਂ ਵਿਸ਼ਵਾਸ ਵੱਧਦਾ ਜਾਂਦਾ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਯਾਦ ਕਰ ਰਹੇ ਸੀ, ਉਹਦਾ ਫੋਨ ਆ ਗਿਆ, ਬੜੀ ਯਾਦ ਕਰ ਰਹੇ ਸੀ ਉਹਦਾ ਉਸੇ ਵੇਲੇ ਫੋਨ ਆ ਗਿਆ। ਅਸੀਂ ਕਈ ਵਾਰੀ ਉਹਨਾਂ ਦਾ ਕੁਦਰਤੀ ਹੋ ਗਿਆ, ਇਹਨੂੰ ਸਾਇੰਸ ਦੇ ਵਿੱਚ ਟੈਲੀਪੈਥੀ ਕਿਹਾ ਜਾਂਦਾ ਵਾ। ਛੋਟੀਆਂ ਛੋਟੀਆਂ ਗੱਲਾਂ ਵਾਪਰੀਆਂ ਸਾਡੇ ਨਾਲ, ਸਾਨੂੰ ਐਂ ਲੱਗਦਾ ਸੀ ਕਿ ਆਹ ਕੰਮ ਮੇਰੇ ਕੋਲੋਂ ਨਹੀਂ ਹੋਣਾ, ਮੈਂ ਅਰਦਾਸ ਕੀਤੀ ਅਤੇ ਅਰਦਾਸ ਦੇ ਨਾਲ ਇਹ ਕੰਮ ਹੋ ਗਿਆ। ਸਾਨੂੰ ਉਸ ਪਾਸੇ ਲੈ ਕੇ ਚੱਲੀਏ ਕਿ ਪਰਮਾਤਮਾ ਕਿੰਨੀ ਮਦਦ ਕਰ ਰਿਹਾ ਵਾ ਮੇਰੀ। ਜਦੋਂ ਅਸੀਂ ਇਸ ਤਰ੍ਹਾਂ ਪਰਮਾਤਮਾ ਦੇ ਬਾਰੇ ਸੋਚਦੇ ਚੱਲਾਂਗੇ, ਛੋਟੇ ਛੋਟੇ ਤਜਰਬਿਆਂ ਦੇ ਵਿੱਚੋਂ ਸਾਡੇ ਵਿਸ਼ਵਾਸ ਪਰਮਾਤਮਾ ਦੇ ਪ੍ਰਤੀ ਵੱਧਦੇ ਜਾਣਗੇ। ਰਘਵੀਰ ਸਿੰਘ ਵੀਰ ਇੱਕ ਕਿਤਾਬ ਲਿਖਦੇ ਨੇ ਅਰਦਾਸ ਸ਼ਕਤੀ, ਉਹਦੇ 'ਚ ਲਿਖਦੇ ਨੇ ਕਹਿੰਦੇ ਅਰਦਾਸ ਪੂਰੀ ਕਦੋਂ ਹੁੰਦੀ ਹੈ? ਕਹਿੰਦੇ ਪਹਿਲੀ ਗੱਲ ਤਾਂ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਵਿਸ਼ਵਾਸ ਹੋਵੇ ਵੀ ਉਹ ਹੈਗਾ ਵੀ ਹੈ। ਅਸੀਂ ਅਰਦਾਸ ਕਰੀ ਜਾਂਦੇ ਹਾਂ, ਨਾਲ ਕਹੀ ਜਾਂਦੇ ਹਾਂ ਪਤਾ ਨਹੀਂ ਉਹ ਹੈਗਾ ਵੀ ਆ ਕਿ ਨਹੀਂ ਹੈਗਾ, ਜੇ ਹੁੰਦਾ ਤਾਂ ਉਹ ਫਲਾਨੇ ਨਾਲ ਐਂ ਕਰ ਦਿੰਦਾ, ਫਲਾਨਾ ਇੰਨਾ ਜ਼ੁਲਮ ਕਰੀ ਜਾਂਦਾ ਉਹਨੇ ਇਹਦੇ ਨਾਲ ਕਿਉਂ ਨਹੀਂ ਕੀਤਾ ਐਵੇਂ, ਫਲਾਨੇ ਨੇ ਕਦੀ ਕਿਸੇ ਦਾ ਵਿਗਾੜਿਆ ਨਹੀਂ ਸੀ, ਉਹਦਾ ਜਵਾਨ ਪੁੱਤ ਮਰ ਗਿਆ, ਅਸੀਂ ਇਹ ਸੋਚ ਸੋਚ ਕੇ ਉਹਦਾ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਹੈਗਾ ਸਾਡੇ ਕੋਲ, ਉਹ ਹੈਗਾ ਕਿ ਨਹੀਂ ਹੈਗਾ। ਦੂਜੀ ਗੱਲ, ਜਿਹਦੇ ਅੱਗੇ ਵਿਸ਼ਵਾਸ ਅਰਦਾਸ ਕਰ ਰਹੇ ਹਾਂ, ਕੀ ਸਾਡੇ 'ਚ ਪੂਰਾ ਵਿਸ਼ਵਾਸ ਹੈ ਕਿ ਉਹ ਸਾਡੀ ਅਰਦਾਸ ਨੂੰ ਪੂਰੀ ਕਰ ਦੇਗਾ? ਜੇ ਅੱਧੇ ਮਨ ਦੇ ਨਾਲ ਅਰਦਾਸ ਕਰ ਰਹੇ ਹਾਂ ਕਿ ਅਰਦਾਸ ਤਾਂ ਪਰਮਾਤਮਾ ਤੇਰੇ ਕੋਲ ਕਰਨ ਲੱਗੇ ਹਾਂ, ਰਿਸ਼ਵਤ ਵੀ ਨਾਲ ਮੈਂ ਦੇਣ ਚੱਲਿਆ ਵਾਂ, ਪਤਾ ਨਹੀਂ ਤੇਰੇ ਤੱਕ ਅਰਦਾਸ ਪਹੁੰਚੂਗੀ ਕਿ ਨਹੀਂ ਪਹੁੰਚੂਗੀ, ਆਹ ਪਾਸਾ ਵੀ ਮੈਂ ਪੱਕਾ ਕਰ ਲਵਾਂ, ਇਹਦਾ ਮਤਲਬ ਸਾਡਾ ਅਰਦਾਸ ਦੇ ਵਿੱਚ ਵਿਸ਼ਵਾਸ ਨਹੀਂ ਹੈ। ਸੋ ਜਿਹੜਾ ਚਿੰਤਾਵਾਂ ਜਿਹੜੀਆਂ ਨੇ, ਇੱਕ ਚੀਜ਼ ਮੈਂ ਹੋਰ ਕਹਿ ਕੇ ਇਹਨੂੰ ਆਪਾਂ ਅੱਗੇ ਤੁਰਦੇ ਹਾਂ ਕਿ ਸਾਡੇ ਸਾਰਿਆਂ ਦੇ ਕੋਲ ਮੋਬਾਈਲ ਨੇ, ਜਿਹੜੇ ਸਮਾਰਟਫੋਨ ਨੇ, ਐਂਡਰਾਇਡ ਫੋਨ ਨੇ, ਉਹਨਾਂ ਦੀ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਬੜੀਆਂ ਐਪ ਚੱਲਦੀਆਂ ਰਹਿੰਦੀਆਂ ਨੇ। ਜਦੋਂ ਕਿਤੇ ਮੋਬਾਈਲ ਦੀ ਬੈਟਰੀ ਜਲਦੀ ਖਤਮ ਹੋਣ ਲੱਗ ਪਏ ਤਾਂ ਉਹਦੀਆਂ ਜਿਹੜੀਆਂ ਵਾਧੂ ਐਪਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਵਾ ਤਾਂ ਕਿ ਇਹ ਮੋਬਾਈਲ ਦੀ ਬੈਟਰੀ ਨੂੰ ਵਰਤਣ ਨਾ। ਜਦੋਂ ਅਸੀਂ ਸਵੇਰੇ ਸੁੱਤੇ ਉੱਠਦੇ ਹਾਂ ਬੜੇ ਫਰੈਸ਼ ਉੱਠਦੇ ਹਾਂ, ਪਰ ਜਦੋਂ ਸਾਡਾ ਮਨ 'ਚ ਸਾਰਾ ਦਿਨ ਚਿੰਤਾਵਾਂ ਚੱਲਦੀਆਂ ਰਹਿੰਦੀਆਂ ਨੇ, ਉਹ ਸਾਡੀ ਜਿਹੜੀ ਐਨਰਜੀ ਸੀ, ਉਹ ਜਿਹੜੀਆਂ ਅਨਸੈਸਰੀ ਐਪ ਸੀ, ਉਹ ਸਾਡੇ ਮਨ ਦੀ, ਸਾਡੇ ਸਰੀਰ ਦੀ ਐਨਰਜੀ ਨੂੰ ਖਤਮ ਕਰ ਜਾਂਦੀਆਂ ਨੇ। ਇਸ ਕਰਕੇ ਸਰੀਰਕ ਤੌਰ 'ਤੇ ਬੰਦਾ ਕਦੇ ਨਹੀਂ ਥੱਕਦਾ, ਮਾਨਸਿਕ ਤੌਰ 'ਤੇ ਬੰਦਾ ਥੱਕਦਾ ਵਾ। ਜਿਹੜਾ ਸਰੀਰਕ ਤੌਰ 'ਤੇ ਥੱਕਿਆ ਹੋਏਗਾ ਨਾ ਬੰਦਾ, ਉਹ ਅੱਧਾ ਘੰਟਾ ਮੰਜੇ 'ਤੇ ਲੇਟ ਕੇ ਫਿਰ ਕੰਮ ਕਰਨ ਲੱਗ ਪਏਗਾ, ਅਤੇ ਜਿਹੜਾ ਸਰੀਰ ਦਿਮਾਗੀ ਤੌਰ 'ਤੇ ਥੱਕਿਆ ਹੋਇਆ ਵਾ ਉਹ ਸਾਰਾ ਦਿਨ ਵਿਹਲਾ ਬੈਠਾ ਵੀ ਥੱਕੇ ਦਾ ਥੱਕਿਆ ਹੀ ਹੈ। ਅਗਲੀ ਸਾਈਡ ਕਰਦੇ। ਸੋ ਕਹਿੰਦੇ ਸਟ੍ਰੈਸ ਇਜ਼ ਇਕੁਅਲ ਟੂ ਪ੍ਰੈਸ਼ਰ ਡਿਵਾਈਡਡ ਬਾਈ ਇੰਟਰਨਲ ਸਟਰੈਂਥ। ਪ੍ਰੈਸ਼ਰ ਸਾਡੇ 'ਤੇ ਸਾਰਿਆਂ 'ਤੇ ਉਹੀ ਨੇ, ਅੰਦਰੂਨੀ ਸ਼ਕਤੀ ਨੂੰ ਵਧਾਉਣਾ ਹੈ। ਅੰਦਰੂਨੀ ਸ਼ਕਤੀ ਜਿਹੜੀ ਆ ਇਹ ਪਰਮਾਤਮਾ ਦੇ ਹੱਥ ਦੇ ਵਿੱਚ ਸਾਰਾ ਕੁਛ ਦੇ ਕੇ ਉਹ ਵੱਧ ਜਾਂਦੀ ਹੈ। ਅੱਗੇ ਕਰਿਓ ਜੀ। ਹੁਣ ਕੁਛ ਗੱਲਾਂ ਜਿਹੜੀਆਂ ਨਿੱਜੀ ਤੌਰ 'ਤੇ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਆਦਤ ਅਸੀਂ ਲਾਂਭੇ ਦਿੰਦੇ ਰਹਿੰਦੇ ਹਾਂ, ਮੇਰੇ ਕੋਲ ਆ ਵੀ ਨਹੀਂ ਹੈ, ਮੇਰੇ ਕੋਲ ਆ ਵੀ ਨਹੀਂ ਹੈ। ਮੈਂ ਇੱਕ ਵਾਰੀ ਕਹਾਣੀ ਪੜ੍ਹ ਰਿਹਾ ਸੀ, ਕਹਿੰਦੇ ਇੱਕ ਬੱਚਾ ਨਾ ਰੋਜ਼ਾਨਾ ਸਕੂਲ ਜਾਂਦਾ ਹੈ, ਅਤੇ ਉਹ ਜਦੋਂ ਸਕੂਲ ਜਾਂਦੇ ਰਸਤੇ 'ਚ ਇੱਕ ਗੁਰਦੁਆਰਾ ਆਉਂਦਾ ਹੈ, ਗੁਰਦੁਆਰੇ ਰੋਜ਼ਾਨਾ ਮੱਥਾ ਟੇਕ ਕੇ ਜਾਂਦਾ ਹੈ, ਅਤੇ ਬਾਹਰ ਇੱਕ ਪ੍ਰਸ਼ਾਦ ਵੇਚਣ ਵਾਲਾ, ਜਿਹੜੇ ਫੁੱਲੀਆਂ ਵੇਚਣ ਵਾਲੇ ਹੁੰਦੇ, ਬਾਹਰ ਇੱਕ ਬੰਦਾ ਬੈਠਾ ਹੁੰਦਾ ਹੈ। ਇੱਕ ਦਿਨ ਉਹ ਗੁਰਦੁਆਰੇ ਤੋਂ ਮੱਥਾ ਟੇਕ ਕੇ ਬਗੈਰ ਵੈਸੇ ਹੀ ਨਿਕਲ ਜਾਂਦਾ ਹੈ, ਅਤੇ ਥੋੜ੍ਹੀ ਦੇਰ ਬਾਅਦ ਭੱਜਾ ਆਉਂਦਾ, ਵਾਪਸ ਆਉਂਦਾ, ਕਿਉਂਕਿ ਲੇਟ ਹੋਣਾ ਸੀ। ਭੱਜਾ ਆਇਆ ਕਿ ਮੱਥਾ ਟੇਕਿਆ, ਅਤੇ ਉਹ ਫੁੱਲੀਆਂ ਵਾਲੇ ਨੇ ਪੁੱਛਿਆ ਕਿ ਬੇਟੇ ਅੱਜ ਮੱਥਾ ਟੇਕਣਾ ਭੁੱਲ ਗਿਆ ਸੀ? ਕਹਿੰਦਾ ਨਹੀਂ, ਮੈਂ ਭੁੱਲਿਆ ਨਹੀਂ ਸੀ, ਮੈਂ ਰੁੱਸਿਆ ਆਇਆ ਸੀ। ਕਹਿੰਦਾ ਰੁੱਸਿਆ ਕਿਹਦੇ ਨਾਲ ਸੀ?
ਕਹਿੰਦਾ ਰੱਬ ਦੇ ਨਾਲ, ਕਹਿੰਦਾ ਰੱਬ ਨਾਲ ਕਾਹਤੋਂ ਰੁੱਸਿਆ ਸੀ, ਕਹਿੰਦਾ ਮੇਰੇ ਨਾ ਬੂਟ ਜਿਹੜੇ ਨੇ ਉਹਨਾਂ ਦੀ ਬੜੀ ਬੁਰੀ ਹਾਲਤ ਹੋਈ ਪਈ ਸੀ, ਅਤੇ ਮੈਂ ਪਰਸੋਂ ਰੱਬ ਨੂੰ ਅਰਜ਼ੀ 7 ਅਤੇ 9 ਸਾਲ ਦੇ ਬੱਚਿਆਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੇ ਕੋਲ ਇੱਕ ਹੀ ਚੀਜ਼ ਸੀ। ਮੈਂ ਜਦੋਂ ਨਾ ਉਹਨਾਂ ਦੀ ਸ਼ਹਾਦਤ ਦੇ ਬਾਰੇ ਪੜ੍ਹਦਾ ਵਾਂ, ਕਈ ਵਾਰੀ ਬੜਾ ਹੈਰਾਨੀ ਹੁੰਦੀ ਹੈ। ਕਹਿੰਦੇ ਜਦੋਂ ਉਹਨਾਂ ਦੇ ਨਾ ਗੋਡਿਆਂ 'ਤੇ ਨੀਂਹ ਪਹੁੰਚੀ ਅਤੇ ਉਹ ਇੱਟ ਜਿਹੜੀ ਸੀ ਉਹ ਸੈੱਟ ਨਹੀਂ ਆ ਰਹੀ ਸੀ, ਅਤੇ ਜਿਹੜਾ ਜਲਾਦ ਸੀ ਉਹਨੇ ਨਾ ਕਰੰਡੀ ਨਾਲ ਇੱਟ ਤੋੜਨ ਲੱਗਾ, ਅਤੇ ਵਜ਼ੀਰ ਖਾਨ ਨੇ ਹੁਕਮ ਦਿੱਤਾ, ਕਹਿੰਦਾ ਸ਼ਾਹੀ ਇੱਟ ਕਿਉਂ ਬਰਬਾਦ ਕਰ ਰਿਹਾ ਵਾਂ? ਕਹਿੰਦਾ ਜੀ ਗੋਡਾ ਅੜ ਰਿਹਾ ਵਿੱਚ। ਕਹਿੰਦਾ ਗੋਡਾ ਅੜ ਰਿਹਾ ਕਿ ਇੱਟ ਅੜ ਰਹੀ ਆ? ਕਹਿੰਦਾ ਗੋਡਾ ਅੜ ਰਿਹਾ, ਪਹਿਲਾਂ ਇੱਟ ਨੂੰ ਕਿਉਂ ਭੰਨ ਰਿਹਾ ਵਾਂ? ਕਹਿੰਦੇ ਤੇਸੀ ਦੇ ਨਾਲ ਉਹਨਾਂ ਦੇ ਗੋਡੇ ਜਿਹੜੇ ਸੀ ਉਹ ਛਾਂਗੇ ਗਏ। ਕਾਹਦਾ ਅਸਰ ਸੀ? ਗੁਰਬਾਣੀ ਦਾ ਪਿਆਰ ਸੀ। ਆਮ ਤੌਰ 'ਤੇ ਜਦੋਂ ਅਸੀਂ ਆਨੰਦ ਦੀ ਗੱਲ ਕਰਦੇ ਹਾਂ, ਦੁਨੀਆਂ ਦੇ ਵਿੱਚ ਬੰਦਾ ਸੁੱਖ ਮੰਗਦਾ ਵਾ, ਸੁੱਖ ਦੇ ਨਾਲ ਦੁੱਖ ਦਾ ਆਉਣਾ ਜ਼ਰੂਰੀ ਆ, ਆਉਣੇ ਹੀ ਆਉਣੇ ਨੇ। ਅਸੀਂ ਖੁਸ਼ੀਆਂ ਮੰਗਦੇ ਨੇ, ਉਹਦੇ ਨਾਲ ਗਮੀ ਆਉਂਦੀ ਆਉਂਦੀ ਹੈ। ਅਸੀਂ ਅਮੀਰੀ ਮੰਗਦੇ ਹਾਂ, ਗਰੀਬੀ ਆਉਂਦੀ। ਅਸੀਂ ਲਾਭ ਮੰਗਦੇ ਹਾਂ, ਹਾਨੀਆਂ ਵੀ ਆਉਂਦੀਆਂ ਨੇ। ਪਰ ਦੁਨੀਆਂ 'ਚ ਹਰ ਇੱਕ ਸ਼ਬਦ ਦਾ ਇੱਕ ਵਿਰੋਧੀ ਸ਼ਬਦ ਹੈ। ਆਨੰਦ ਇੱਕ ਇਹੋ ਜਿਹਾ ਸ਼ਬਦ ਹੈ ਜਿਹਦਾ ਵਿਰੋਧੀ ਸ਼ਬਦ ਨਹੀਂ ਹੈ। ਉਹ ਜਦੋਂ ਉਸ ਆਨੰਦ 'ਚ ਆਉਂਦਾ ਹੈ, ਫਿਰ ਭਾਵੇਂ ਮਤੀ ਦਾਸ ਸਾਰੇ ਨਾਲ ਚੀਰਿਆ ਜਾ ਰਿਹਾ ਹੋਵੇ, ਭਾਵੇਂ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਇਆ ਜਾ ਰਿਹਾ ਹੋਵੇ, ਜਦੋਂ ਬੰਦਾ ਆਨੰਦ ਦੀ ਅਵਸਥਾ 'ਚ ਪਹੁੰਚਦਾ ਹੈ, ਫਿਰ ਜਿਹੜੇ ਦੁਨਿਆਵੀ ਦੁੱਖ ਨੇ ਇਹ ਬੰਦੇ ਨੂੰ ਪਰੇਸ਼ਾਨ ਨਹੀਂ ਕਰਦੇ। ਅਗਲੀ ਕਸਾਈ ਕਰ ਦਿਓ ਜੀ। ਅੱਗੇ ਕੱਢ ਦਿਓ ਜਿਹਨੂੰ। ਇੱਕ ਵਾਰ ਇੱਕ ਬੰਦਾ, ਉਹਦਾ ਫਾਰਮ ਹਾਊਸ ਹੈ ਕਿਸੇ ਓਸ਼ਨ ਦੇ ਕੰਢੇ 'ਤੇ, ਮਹਾਂਦੀਪ ਦੇ ਕੰਢੇ 'ਤੇ, ਅਤੇ ਉਹਦਾ ਫਾਰਮ ਦੇ ਲਈ ਇੱਕ ਮੈਨੇਜਰ ਚਾਹੀਦਾ ਵਾ। ਉਹ ਐਡ ਦਿੰਦਾ ਵਾ, ਬੜੇ ਬੰਦੇ ਅਪਲਾਈ ਕਰਦੇ ਨੇ ਪਰ ਉਹਨੂੰ ਕੋਈ ਵੀ ਪਸੰਦ ਨਹੀਂ ਆਉਂਦਾ। ਫਿਰ ਲੋਕਾਂ ਨੇ ਆਉਣਾ ਬੰਦ ਕਰਤਾ ਕਿ ਮਤਾ ਬਹੁਤ ਸਨਕੀ ਆ, ਉਹ ਕਿਸੇ ਨੂੰ ਪਸੰਦ ਹੀ ਨਹੀਂ ਕਰਦਾ। ਇੱਕ ਦਿਨ ਕੁਦਰਤੀ ਤੁਰਦਾ ਫਿਰਦਾ ਇੱਕ ਆਦਮੀ ਆ ਗਿਆ, ਕਹਿੰਦਾ ਵੀ ਮੈਂ ਤੁਹਾਡੇ ਫਾਰਮ 'ਤੇ ਨੌਕਰੀ ਕਰਨੀ ਚਾਹੁੰਦਾ ਵਾਂ। ਉਹ ਬੰਦਾ ਜਿਹੜਾ ਮਾਲਕ ਸੀ ਪੁੱਛਦਾ ਕਿ ਇਸ ਤੋਂ ਪਹਿਲਾਂ ਤੂੰ ਕਦੇ ਫਾਰਮ ਹਾਊਸ 'ਤੇ ਕੰਮ ਕੀਤਾ? ਕਹਿੰਦਾ ਜੀ ਨਹੀਂ ਕੀਤਾ। ਕਹਿੰਦਾ ਤੈਨੂੰ ਕੋਈ ਹੋਰ ਇਹਦੇ ਬਾਰੇ ਮਾੜੀ ਮੋਟੀ ਨੌਲੇਜ ਹੈ? ਕਹਿੰਦਾ ਮੈਨੂੰ ਨੌਲੇਜ ਵੀ ਨਹੀਂ ਹੈ, ਮੈਂ ਪਰ ਸਿੱਖ ਲਵਾਂਗਾ। ਕਹਿੰਦਾ ਆਪਦਾ ਇੱਕ ਗੁਣ ਇਹੋ ਜਿਹਾ ਦੱਸ ਜਿਹਦੇ ਨਾਲ ਤੈਨੂੰ ਮੈਨੂੰ ਜਸਟੀਫਾਈ ਕਰ ਸਕੇ ਕਿ ਮੈਨੂੰ ਤੈਨੂੰ ਨੌਕਰੀ ਦੇ ਦੇਣੀ ਚਾਹੀਦੀ ਹੈ। ਕਹਿੰਦਾ ਜੀ ਮੈਂ ਇੱਕ ਗੁਣ ਹੈ ਮੇਰੇ ਕੋਲ ਕਿ ਤੂਫਾਨ ਜਿੰਨਾ ਮਰਜ਼ੀ ਤੇਜ਼ ਆਉਂਦਾ ਹੋਵੇ ਮੈਂ ਆਰਾਮ ਦੀ ਨੀਂਦ ਸੌ ਲੈਂਦਾ ਵਾਂ। ਕਹਿੰਦਾ ਇਹ ਕਿਹੜਾ ਗੁਣ ਹੈ ਕਿ ਤੂਫਾਨ 'ਚ ਤੂੰ ਆਰਾਮ ਦੀ ਨੀਂਦ ਸੌ ਲੈਂਦਾ ਵਾਂ? ਉਹ ਕਹਿੰਦਾ ਜੀ ਮੇਰੇ ਕੋਲ ਤਾਂ ਇਹੀ ਕੁਛ ਹੈ। ਉਹਨੂੰ ਬੰਦਾ ਨਹੀਂ ਮਿਲ ਰਿਹਾ ਸੀ, ਕਹਿੰਦਾ ਚੱਲ ਤੈਨੂੰ ਮੈਂ 1 ਮਹੀਨੇ ਲਈ ਜੋਬ ਦਿੰਦਾ ਵਾ, ਜੇ ਤੈਨੂੰ ਮੈਨੂੰ ਤੇਰਾ ਕੰਮ ਪਸੰਦ ਆ ਗਿਆ ਤਾਂ ਆਪਾਂ ਕੰਟੀਨਿਊ ਕਰਾਂਗੇ। ਉਹ ਬੰਦੇ ਨੂੰ ਉਸ ਕੰਮ ਸਮਝਾ ਦਿੰਦਾ ਸਵੇਰੇ ਸਾਰਾ ਚੰਗੀ ਤਰ੍ਹਾਂ ਵੀ ਆਹ ਕੰਮ ਕਰਨੇ ਹੁੰਦੇ ਆ। ਕਹਿੰਦਾ ਠੀਕ ਹੈ ਜੀ। 10 ਕੁ ਦਿਨ ਲੱਗੇ ਹੁੰਦੇ ਆ ਅਤੇ ਮਾਲਕ TV ਦੇਖ ਰਿਹਾ ਹੁੰਦਾ ਵਾ, ਉਹਦੇ ਉੱਤੇ ਨਿਊਜ਼ ਫਲੈਸ਼ ਕਰਦੀ ਹੈ ਕਿ ਇਸ ਸਮੁੰਦਰ ਦੇ ਵਿੱਚ ਬੜਾ ਜ਼ਬਰਦਸਤ ਤੂਫਾਨ ਆ ਰਿਹਾ ਵਾ। ਉਹ ਛੇਤੀ ਛੇਤੀ ਉੱਠਦਾ ਵਾ, ਜਾ ਕੇ ਆਪਣੇ ਮੈਨੇਜਰ ਨੂੰ ਉਠਾਉਂਦਾ ਵਾ। ਉਹ ਦਰਵਾਜ਼ਾ ਖੜਕਾਉਂਦਾ, ਉਹ ਆਵਾਜ਼ ਨਹੀਂ ਸੁਣਦਾ ਅੰਦਰੋਂ। ਉਹ ਫਿਰ ਦਰਵਾਜ਼ਾ ਜ਼ੋਰ ਦੀ ਖੜਕਾਉਂਦਾ, ਕਹਿੰਦਾ ਹਾਂਜੀ ਦੱਸੋ। ਕਹਿੰਦਾ ਤੈਨੂੰ ਪਤਾ ਕਿ ਸਮੁੰਦਰ 'ਚ ਬੜਾ ਜ਼ਬਰਦਸਤ ਤੂਫਾਨ ਆ ਰਿਹਾ ਵਾ? ਕਹਿੰਦਾ ਜੀ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਤੂਫਾਨ ਜਿੰਨਾ ਮਰਜ਼ੀ ਜ਼ਬਰਦਸਤ ਆਵੇ ਮੈਂ ਆਰਾਮ ਦੀ ਨੀਂਦ ਸੌ ਲੈਂਦਾ ਵਾਂ, ਅਤੇ ਮੈਨੂੰ ਪਲੀਜ਼ ਡਿਸਟਰਬ ਨਾ ਕਰੋ, ਹੁਣ ਮੇਰਾ ਡਿਊਟੀ ਟਾਈਮ ਨਹੀਂ ਹੈਗਾ। ਉਹਨੂੰ ਬੜਾ ਗੁੱਸਾ ਚੜ੍ਹਦਾ ਵਾ ਕਿ ਮੈਂ ਇਹਨੂੰ ਸੌਣ ਲਈ ਲਿਆਇਆ ਸੀ। ਚਲੋ ਉਹ ਜਾਂਦਾ, ਉਹਦੇ ਕੋਲ ਪਸ਼ੂਆਂ ਦਾ ਡੇਅਰੀ ਫਾਰਮ ਹੈ, ਉੱਥੇ ਪਸ਼ੂ ਖੁੱਲ੍ਹੇ ਰੱਖਦੇ ਨੇ। ਉਹਨੂੰ ਐਂ ਹੁੰਦਾ ਵੀ ਕਿਤੇ ਕੋਈ ਦਰਵਾਜ਼ਾ ਢਿੱਲਾਣਾ ਹੋਵੇ, ਜਦੋਂ ਆਵਾਜ਼ਾਂ ਆਉਣਗੀਆਂ ਪਸ਼ੂ ਡਰ ਕੇ ਭੱਜ ਜਾਣਗੇ। ਉਹ ਵੇਖਦਾ ਸਾਰੇ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਨੇ।
ਉਹਨਾਂ ਨੇ ਜੋ ਤੂੜੀ ਪੱਠਾ ਸਟੋਰ ਕੀਤਾ ਸੀ ਉਹਦੇ 'ਤੇ ਤਰਪਾਲਾਂ ਚੰਗੀ ਤਰ੍ਹਾਂ ਬੰਨ੍ਹ ਦੇਵਾਂ, ਤੂੜੀ ਉਹ ਪੱਠੇ ਉੱਡ ਨਾ ਜਾਣ, ਉਹ ਸਾਰਾ ਕੁਛ ਚੰਗੀ ਤਰ੍ਹਾਂ ਕੀਤਾ ਹੈ ਵਾ। ਫਿਰ ਸੋਚਦਾ ਜਿਹੜੇ ਮੇਰੇ ਸੰਦ ਨੇ ਖੇਤੀਬਾੜੀ ਦੇ, ਇਹਨਾਂ ਨੂੰ ਮੈਂ ਗਰਾਜ ਦੇ ਵਿੱਚ ਰੱਖ ਦੇਵਾਂ। ਉਹ ਗਰਾਜ ਨੂੰ ਲੌਕ ਲੱਗਾ ਹੁੰਦਾ ਵਾ, ਚਾਬੀ ਲੱਭਣ ਦੀ ਕੋਸ਼ਿਸ਼ ਕਰਦਾ ਗਰਾਜ ਦੀ, ਅਤੇ ਉਹਨੂੰ ਪਤਾ ਲੱਗ ਗਿਆ ਵੀ ਸਾਰੇ ਜਿਹੜੇ ਸੰਦ ਨੇ ਉਹ ਗਰਾਜ ਦੇ ਵਿੱਚ ਪਏ ਹੋਏ ਨੇ। ਸਵੇਰੇ ਉੱਠਦਾ ਹੈ, ਉਹਨੂੰ ਕਹਿੰਦਾ ਵੀ ਮੈਨੇਜਰ ਨੂੰ ਬੁਲਾਉਂਦਾ, ਕਹਿੰਦਾ ਯਾਰ ਮੈਨੂੰ ਤੇਰੀ ਗੱਲ ਨਹੀਂ ਸਮਝ ਲੱਗੀ। ਕਹਿੰਦਾ ਮੈਂ ਹਰ ਰਾਤ ਨੂੰ ਸੌਣ ਲੱਗਾ ਸੋਚ ਕੇ ਸੌਂਦਾ ਵਾਂ ਕਿ ਅੱਜ ਵੀ ਰਾਤ ਨੂੰ ਤੂਫਾਨ ਆ ਸਕਦਾ ਵਾ, ਅਤੇ ਮੈਂ ਹਮੇਸ਼ਾ ਤਿਆਰੀ ਦੇ ਵਿੱਚ ਰਹਿੰਦਾ ਵਾਂ। ਅਸੀਂ ਜਦੋਂ ਨਾ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਾਜਨਾ ਕੀਤੀ, ਇੱਕ ਤੁੱਕ ਆਉਂਦੀ ਹੈ ਗੁਰੂ ਸਾਹਿਬ ਦੀ ਉਚਾਰਨ ਕੀਤੀ, ਖਾਲਸਾ ਅਕਾਲ ਪੁਰਖ ਕੀ ਫੌਜ। ਫੌਜ ਦੇ ਵਿੱਚ ਕੀ ਖਾਸੀਅਤ ਹੁੰਦੀ ਹੈ? ਡਿਸਿਪਲਿਨ, ਅਨੁਸ਼ਾਸਨ। ਅਸੀਂ ਪ੍ਰੋਗਰਾਮ 6 ਵਜੇ ਸ਼ੁਰੂ ਕਰਨਾ ਹੁੰਦਾ ਵਾ ਕਿ 7 ਕੁ ਵਜੇ ਅਸੀਂ ਸੋਚਦੇ ਹਾਂ ਵੀ ਘਰੋਂ ਚੱਲਾਂਗੇ, ਕੋਈ ਨਹੀਂ ਸਾਰਿਆਂ ਨੇ ਇੱਕ ਘੰਟਾ ਲੇਟ ਹੀ ਆਉਣਾ ਵਾ। ਜੇ ਪੁੱਛੀਏ ਭਾਈ ਇੰਨਾ ਲੇਟ ਕਿਉਂ ਹੋ ਗਿਆ, ਕਹਿੰਦੇ ਖਾਲਸੇ ਐਂ ਹੀ ਕਰਦੇ ਹੁੰਦੇ ਨੇ। ਖਾਲਸੇ ਐਂ ਨਹੀਂ ਕਰਦੇ ਹੁੰਦੇ, ਖਾਲਸੇ ਦੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਹੈ। ਅਸੀਂ ਜੇ ਆਪਣੀ ਜ਼ਿੰਦਗੀ 'ਚ ਅਨੁਸ਼ਾਸਨ ਲੈ ਆਵਾਂਗੇ, ਸਾਡੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਸਵੇਰੇ 5 ਵਜੇ ਟ੍ਰੇਨ 'ਤੇ ਚੜ੍ਹਨਾ ਵਾਂ, ਅਤੇ ਜੇ ਅਸੀਂ 5 ਵੱਜਣ 'ਚ 5 ਮਿੰਟ 'ਤੇ ਘਰੋਂ ਚੱਲਾਂਗੇ, ਇੱਕ ਆਪਣੀਆਂ ਸੜਕਾਂ ਵੀ ਟੁੱਟੀਆਂ ਹੁੰਦੀਆਂ ਵਾਂ। ਜਿਹੜਾ ਸਕੂਟਰ ਚਲਾ ਰਿਹਾ ਹੁੰਦਾ ਵਾ ਉਹਨੂੰ ਕਹਿੰਦੇ ਤੇਜ਼ ਚਲਾ, ਜਦੋਂ ਤੇਜ਼ ਚਲਾਉਂਦਾ ਅੱਗੇ ਜਾ ਕੇ ਖੱਡੇ 'ਚ ਵੱਜਦਾ, ਕਹਿੰਦਾ ਤੂੰ ਮੇਰੀਆਂ ਵੱਖੀਆਂ ਭੰਨਣੀਆਂ ਨੇ। ਵੀ ਉਹਨੂੰ ਸਮਝ ਨਹੀਂ ਲੱਗਦੀ ਵੀ ਤੇਜ਼ ਚਲਾਵਾਂ ਕਿ ਹੌਲੀ ਚਲਾਵਾਂ। ਅਤੇ ਬੰਦਾ ਭੱਜਦਾ ਭਜਾਉਂਦਾ ਰੇਲਵੇ ਸਟੇਸ਼ਨ 'ਤੇ ਪਹੁੰਚਦਾ ਵਾ, ਉੱਥੋਂ ਗੱਡੀ ਚੱਲਣ ਦਾ ਹੌਰਨ ਵੱਜ ਜਾਂਦਾ ਵਾ, ਉਹ ਭੱਜ ਕੇ ਟ੍ਰੇਨ 'ਚ ਚੜ੍ਹਦਾ ਵਾ, ਸੁੱਖ ਦਾ ਸਾਹ ਲੈਂਦਾ ਵਾ, ਟ੍ਰੇਨ ਮਿਲ ਗਈ। ਅਤੇ 2 ਮਿੰਟਾਂ ਬਾਅਦ ਮਹਿਸੂਸ ਹੁੰਦਾ ਵਾ ਟਿਕਟ ਤਾਂ ਲਈ ਨਹੀਂ ਗਈ ਵੀ, ਫਿਰ ਹਰ ਕਾਲੇ ਕੱਪੜੇ ਵਾਲਾ ਟੀਟੀ ਦਿਖਾਈ ਲੱਗਦਾ ਵਾ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਮੇਂ ਦੀ ਪਾਬੰਦੀ ਆ ਜਾਏਗੀ, ਸਾਡੀਆਂ ਬਹੁਤੀਆਂ ਸਮੱਸਿਆਵਾਂ ਜਿਹੜੀਆਂ ਨੇ ਖਤਮ ਹੋ ਜਾਣਗੀਆਂ। ਬੱਚੇ ਪੜ੍ਹਦੇ ਨੇ, ਜਿਹੜੇ ਬੱਚੇ ਆਪਣਾ ਕੰਮ ਸਮੇਂ ਦੇ ਨਾਲ ਕਰੀ ਜਾਂਦੇ ਨੇ ਉਹ ਠੀਕ ਰਹਿੰਦੇ ਨੇ, ਜਿਹੜੇ ਪਹਿਲਾਂ 6 ਮਹੀਨੇ ਮੌਜਾਂ ਕਰਦੇ ਰਹਿੰਦੇ ਨੇ ਮਗਰ ਉਹ ਕੰਮ ਇੰਨਾ ਇਕੱਠਾ ਹੋ ਜਾਂਦਾ ਵਾ, ਉਸ ਤੋਂ ਬਾਅਦ ਉਹ ਸਮੱਸਿਆਵਾਂ ਜਿਹੜੀ ਸਟ੍ਰੈੱਸ ਆ ਉਹਦਾ ਮੁਕਾਬਲਾ ਨਹੀਂ ਕਰ ਪਾਉਂਦੇ। ਅੱਗੇ ਕਰਦੇ ਜੀ, ਹੁਣ ਮੈਂ ਪਰਿਵਾਰਕ ਜਿਹੜੀ ਆ ਉਹਦੇ ਬਾਰੇ ਕੁਛ ਗੱਲਾਂ। ਇੱਕ ਚੀਜ਼, ਸਾਡੀ ਲਾਈਫ ਬਹੁਤ ਫਾਸਟ ਹੋ ਗਈ, ਸਾਨੂੰ ਐਂ ਲੱਗਦਾ ਕਿ ਅਸੀਂ ਬੱਚਿਆਂ ਨੂੰ ਵਧੀਆ ਕੱਪੜੇ ਲੈ ਦਿੰਦੇ ਹਾਂ, ਵਧੀਆ ਸਕੂਲ 'ਚ ਪੜ੍ਹਾ ਰਹੇ ਹਾਂ, ਉਹਨਾਂ ਨੂੰ ਵਧੀਆ ਟਿਊਸ਼ਨ ਪੜ੍ਹਾ ਲੈ ਕੇ ਦਿੱਤੀ ਹੋਈ ਆ, ਬ੍ਰੈਂਡਡ ਕੱਪੜੇ ਲੈ ਕੇ ਦਿੰਦੇ ਹਾਂ, ਜੇ ਉਹ ਮੋਬਾਈਲ ਮੰਗਿਆ ਉਹਨਾਂ ਨੂੰ ਮੋਬਾਈਲ ਲੈ ਦਿੱਤੀ, ਜੇ ਉਹਨਾਂ ਨੇ ਆਖਿਆ ਸਾਨੂੰ ਸਕੂਟਰ ਚਾਹੀਦਾ ਟਿਊਸ਼ਨ 'ਤੇ ਜਾਣ ਲਈ, ਅਸੀਂ ਟਿਊਸ਼ਨ ਲੈ ਦਿੱਤਾ। ਹੋਰ ਅਸੀਂ ਇਸ ਤੋਂ ਵੱਧ ਕੀ ਕਰ ਸਕਦੇ ਹਾਂ? ਸਾਨੂੰ, ਅਸੀਂ ਗਲਤ ਫਹਿਮੀ ਦੇ ਵਿੱਚ ਆ, ਅਸੀਂ ਬੱਚਿਆਂ ਨੂੰ ਕੇਵਲ ਇੱਕ ਪੱਖ ਦੇ ਰਹੇ ਹਾਂ। ਕੁਛ ਬੱਚੇ ਨੂੰ ਚੀਜ਼ਾਂ ਦੀ ਜ਼ਰੂਰਤ ਹੈ, ਅਤੇ ਸਭ ਤੋਂ ਵੱਡੀ ਗੱਲ ਬੱਚੇ ਨੂੰ ਮਾਂ ਬਾਪ ਦੇ ਸਮੇਂ ਦੀ ਜ਼ਰੂਰਤ ਹੈ। ਸ਼ਾਮ ਨੂੰ ਅਸੀਂ ਇਕੱਠੇ ਹੁੰਦੇ ਹਾਂ, ਉਦੋਂ ਸਾਡੇ ਸਾਹਮਣੇ TV ਚੱਲ ਰਿਹਾ ਹੁੰਦਾ ਵਾ ਅਤੇ ਸਾਰੇ ਜਾਣੇ TV ਦੇਖ ਰਹੇ ਹੁੰਦੇ ਨੇ, ਅਤੇ ਜਾਂ ਹਰ ਇੱਕ ਨੇ ਸਿਰਹਾਣੇ 'ਤੇ ਆਪਣੇ ਇੱਕ ਮੋਬਾਈਲ ਰੱਖਿਆ ਹੁੰਦਾ ਵਾ, ਅਤੇ ਹਰ ਇੱਕ ਬੰਦਾ ਆਪਣੇ ਆਪਣੇ ਮੋਬਾਈਲ ਦੇ ਵਿੱਚ ਇੰਨਾ ਮਸਤ ਹੁੰਦਾ ਵਾ, ਅਤੇ ਮਾਂ ਬਾਪ ਨੂੰ ਦੇਖ ਕੇ ਬੱਚੇ ਵੀ ਮੋਬਾਈਲ 'ਚ ਇੰਨੇ ਮਸਤ ਹੋ ਜਾਂਦੇ ਨੇ ਕਿ ਕਈ ਵਾਰੀ ਉਹਨਾਂ ਜਿਹੜਾ TV 'ਤੇ ਸੀਰੀਅਲ ਚੱਲ ਰਹੇ ਹੁੰਦੇ ਨੇ, ਖਾਸ ਤੌਰ 'ਤੇ ਕਾਰਟੂਨ ਸ਼ੋਅ ਚੱਲਦੇ ਨੇ, ਉਹ ਕਾਰਟੂਨ ਸ਼ੋਅ 'ਚ ਇੰਨੇ ਮਸਤ ਹੋਏ ਹੁੰਦੇ ਨੇ ਕਿ ਬੁਰਕੀ ਹੱਥ 'ਚ ਫੜੀ ਹੁੰਦੀ ਹੈ ਅਤੇ ਬੜਾ ਸਸਪੈਂਸ ਆ ਗਿਆ ਸੀਨ ਦੇ ਵਿੱਚ, ਮੂੰਹ ਅੱਡਿਆ ਹੁੰਦਾ ਵਾ ਅਤੇ ਉਹ ਬੁਰਕੀ ਐਂ ਲੈ ਕੇ ਬੈਠੇ ਹੁੰਦੇ ਆ ਕਿ ਜਦੋਂ ਸੀਨ ਅੱਗੇ ਜਾਏਗਾ ਫਿਰ ਬੁਰਕੀ ਅੰਦਰ ਪਏਗੀ। ਅਤੇ ਮੈਨੂੰ ਲੱਗਦਾ ਕੋਈ ਕੌਲੀ ਚੁੱਕ ਕੇ ਲੈ ਜਾਏ ਸਬਜ਼ੀ ਵਾਲੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਇੱਕ ਚੀਜ਼ ਅਸੀਂ ਸਾਰੇ ਜਾਣੇ ਆਪਣੀ ਆਦਤ ਬਣਾਈਏ, ਸਵੇਰੇ ਸਾਨੂੰ ਕਾਹਲੀ ਹੁੰਦੀ ਹੈ ਕੰਮ ਕਰ 'ਤੇ ਜਾਣ ਦੀ, ਦੁਪਹਿਰੇ ਅਸੀਂ ਕੰਮ ਕਰ 'ਤੇ ਹੁੰਦੇ ਹਾਂ, ਜਿਹੜੇ
ਰਾਤ ਦਾ ਸਮਾਂ ਵਾ ਉਹ ਸਾਡਾ ਯਕੀਨੀ ਹੋਵੇ ਕਿ ਰਾਤ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਏਗਾ। ਉਸ ਵੇਲੇ ਟੀ ਵੀ ਨਹੀਂ ਚੱਲਦਾ ਹੋਣਾ ਚਾਹੀਦਾ। ਜੇ ਉਸ ਵੇਲੇ ਟੀ ਵੀ ਚੱਲਦਾ ਹੋਏਗਾ ਫਿਰ ਪੰਗਾ ਪੈ ਜਾਏਗਾ ਕਿ ਟੀ ਵੀ 'ਤੇ ਚੱਲਣਾ ਕੀ ਚਾਹੀਦਾ ਵਾ। ਫਿਰ ਇੱਕ ਜਣਾ ਇੱਕ ਪਲੇਟ ਚੱਕ ਕੇ ਇੱਕ ਕਮਰੇ 'ਚ ਚੱਲ ਜਾਏਗਾ ਅਤੇ ਦੂਜਾ ਜਣਾ ਪਲੇਟ ਚੱਕ ਕੇ ਦੂਜੇ ਕਮਰੇ ਚੱਲ ਜਾਏਗਾ। ਆਯੁਰਵੈਦ ਮੈਨੂੰ ਨਹੀਂ ਪਤਾ ਕੀ ਕਹਿੰਦਾ ਵਾ ਕਿ ਖਾਣਾ ਖਾਂਦੇ ਵਕਤ ਗੱਲਾਂ ਕਰਨੀਆਂ ਚਾਹੀਦੀਆਂ ਕਿ ਨਹੀਂ ਕਰਨੀਆਂ ਚਾਹੀਦੀਆਂ, ਪਰ ਇਹ ਜ਼ਰੂਰੀ ਹੈ ਪਰਿਵਾਰਾਂ ਨੂੰ ਬਚਾਉਣ ਦੇ ਲਈ ਕਿ ਇਹ 15-20 ਮਿੰਟ ਜਦੋਂ ਅਸੀਂ ਖਾਣਾ ਖਾ ਰਹੇ ਹਾਂ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਇਸ ਵੇਲੇ ਗੱਲਾਂ ਕਰੀਏ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰੀਏ ਕਿ ਉਹ ਆਪਣੇ ਦਿਲ ਦੀਆਂ ਵੱਧ ਤੋਂ ਵੱਧ ਗੱਲਾਂ ਜਿਹੜੀਆਂ ਨੇ ਉਹ ਸਾਡੇ ਨਾਲ ਸ਼ੇਅਰ ਕਰਨ। ਅਤੇ ਜੇ ਉਹਨਾਂ ਨੂੰ ਕੋਈ ਸਮੱਸਿਆ ਆਈ ਹੋਵੇ, ਬੱਚੇ ਨੇ ਕੋਈ ਗਲਤੀ ਕਰਤੀ ਅਤੇ ਬੱਚਾ ਰਾਤ ਨੂੰ ਆਪ ਹੀ ਆ ਕੇ ਦੱਸ ਰਿਹਾ ਵਾ ਕਿ ਅੱਜ ਮੰਮੀ ਮੈਂ ਨਾ ਅੱਜ ਆਹ ਕੰਮ ਕਰਤਾ, ਮੈਡਮ ਨੇ ਮੈਨੂੰ ਬੜਾ ਡਾਂਟਿਆ, ਫਿਰ ਵੀ ਦੱਸ ਦਿੱਤਾ ਜਦੋਂ ਮੈਡਮ ਨੇ ਡਾਂਟਤਾ ਅਸੀਂ ਉਹ ਜੇ ਬੱਚੇ ਨੇ ਕੀ ਦੱਸਿਆ ਆ ਕੇ ਅਤੇ ਫਿਰ ਮੰਮੀ ਵੀ ਸ਼ੁਰੂ ਹੋ ਗਈ ਅਤੇ ਡੈਡੀ ਵੀ ਸ਼ੁਰੂ ਹੋ ਗਏ। ਬੱਚਾ ਕਹਿੰਦਾ ਵੀ ਸਕੂਲ ਦੇ ਬਾਹਰ ਲਿਖਿਆ ਸੀ ਸਦਾ ਸੱਚ ਬੋਲੋ ਝੂਠ ਬੋਲਣਾ ਪਾਪ ਹੈ, ਪਤਾ ਨਹੀਂ ਕਿਹੜੇ ਬੇਵਕੂਫ ਨੇ ਲਿਖਿਆ ਹੋਇਆ ਸੀ, ਇਹਨਾਂ ਨੂੰ ਕਿਹੜਾ ਪਤਾ ਲੱਗਣਾ ਸੀ ਆ ਕੇ ਸੱਚ ਦੱਸ ਤਾ, ਸਾਰਾ ਟੱਬਰ ਹੀ ਗੱਲ ਪੈ ਗਿਆ ਮੇਰੇ। ਜੇ ਬੱਚਾ ਸੱਚ ਦੱਸ ਰਿਹਾ ਵਾ, ਐਡਮਿਟ ਕਰ ਰਿਹਾ ਵਾ, ਬਾਅਦ ਦੇ ਵਿੱਚ ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਵਾ, ਪਰ ਉਸ ਵੇਲੇ ਡਾਂਟਣ ਡੰਟਾਉਣ ਵਾਲਾ ਕੰਮ ਜਿਹੜਾ ਵਾ ਉਹ ਨਹੀਂ ਕਰਨਾ ਚਾਹੀਦਾ। ਅੱਗੇ ਕਰਿਓ ਜੀ। ਫਿਰ ਜਦੋਂ ਅਸੀਂ ਗੱਲਾਂ ਕਰ ਰਹੇ ਹਾਂ, ਇਹ ਨਾ ਹੋਵੇ ਕਿ ਸਾਡਾ ਸੁਭਾਅ ਹੋਵੇ ਕਿ ਨੁਕਤਾਚੀਨੀ ਕਰੀ ਜਾਣੀ ਆ ਵੀ ਹਰ ਇੱਕ ਬੰਦੇ ਦੀ ਗਲਤੀ ਕੱਢਣਾ, ਐਂ ਕਿਵੇਂ ਹੋ ਗਿਆ, ਤੂੰ ਐਂ ਕਿਉਂ ਕੀਤਾ, ਐਂ ਹੋ ਹੀ ਨਹੀਂ ਸਕਦਾ। ਵੀ ਇਹ ਜਿਹੜਾ ਰੁਝਾਨ ਹੈ ਖਾਸ ਤੌਰ 'ਤੇ ਜਿਹੜੇ ਮੰਮੀ ਡੈਡੀ ਨੇ ਉਹਨਾਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਵਾ ਕਿ ਬੱਚਿਆਂ ਨੂੰ ਸਨੱਬ ਨਾ ਕਰੀਏ, ਬੱਚਿਆਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੀਏ, ਜੋ ਗੱਲਾਂ ਕਹਿ ਰਹੇ ਨੇ ਉਹਨਾਂ ਨੂੰ ਮੰਨਣ ਦੀ ਕੋਸ਼ਿਸ਼ ਕਰੀਏ। ਹਰ ਵੇਲੇ ਹਰ ਗੱਲ ਦੇ ਵਿੱਚ ਲੱਤ ਅੜਾਈ ਜਾਣੀ, ਹਰ ਵੇਲੇ ਹਰ ਗੱਲ ਨੂੰ ਗਲਤ ਕਹੀ ਜਾਣਾ, ਹਰ ਵੇਲੇ ਬੈਸੀ ਜਾਣਾ ਡਾਇਨਿੰਗ ਟੇਬਲ ਦੇ ਉੱਤੇ ਬੈਠ ਕੇ। ਗੁਰੂ ਸਾਹਿਬ ਤਾਂ ਸੁਮੇਰ ਪਰਬਤ 'ਤੇ ਗਏ ਜਾ ਕੇ, ਅਤੇ ਸੁਮੇਰ ਪਰਬਤ 'ਤੇ ਜਾ ਕੇ ਸਿੱਧਾ ਨਾਲ ਜਦੋਂ ਉਹਨਾਂ ਨੇ ਵਿਚਾਰ ਕੀਤੀ, ਉਹਨੂੰ ਪਤਾ ਕੀ ਕਿਹਾ ਸੀ, ਉਹਨੂੰ ਗੋਸ਼ਟ ਕਹਿੰਦੇ ਆਪਾਂ। ਗੁਰੂ ਸਾਹਿਬ ਤਾਂ ਐਡੀ ਦੂਰ ਜਾ ਕੇ ਗੋਸ਼ਟ ਕਰਨ ਗਏ, ਅਸੀਂ ਘਰ ਦੇ ਵਿੱਚ ਬੈਠ ਕੇ ਵੀ ਬੈਸੀ ਜਾਂਦੇ ਹਾਂ। ਅੱਗੇ ਕਰੇ ਜੀ। ਹੁਣ ਕਹਿੰਦੇ ਚੂਜ਼ ਬੀਇੰਗ ਹੈਪੀ ਓਵਰ ਬੀਇੰਗ ਰਾਈਟ। ਕਈ ਵਾਰੀ ਤੁਸੀਂ ਸਹੀ ਹੁੰਦੇ ਆ ਪਰ ਇੱਕ ਈਗੋ ਜਾਗਦੀ ਆ ਕਿ ਮੈਂ ਸਹੀ ਹਾਂ। ਹੁਣ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੜਾਈ ਪਾ ਲੈਂਦੇ ਘਰ ਦੇ ਵਿੱਚ। ਕੋਈ ਵੀ ਗੱਲ ਹੈ ਜੇ ਸਾਨੂੰ ਲੱਗੇ ਕਿ ਹੈਗਾ ਤਾਂ ਮੈਂ ਸਹੀ ਹਾਂ, ਪਰ ਬਾਕੀ ਜਿਹੜੇ ਹੁਣ ਭਾਰੀ ਹੁੰਦੇ ਜਾਂਦੇ ਨੇ, ਹੁਣ ਸਾਨੂੰ ਦੋ ਚੀਜ਼ਾਂ ਸੋਚਣੀਆਂ ਪੈਣਗੀਆਂ ਕਿ ਕੀ ਘਰ ਦੇ ਵਿੱਚ ਖੁਸ਼ੀ ਹੋਣੀ ਜ਼ਿਆਦਾ ਜ਼ਰੂਰੀ ਹੈ ਜਾਂ ਘਰ ਦੇ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਜ਼ਰੂਰੀ ਹੈ। ਉਸ ਮੌਕੇ 'ਤੇ ਹਮੇਸ਼ਾ ਹੀ ਘਰ ਦੇ ਵਿੱਚ ਖੁਸ਼ੀ ਹੋਣੀ ਜ਼ਰੂਰੀ ਹੈ। ਮੈਨੂੰ ਇੱਕ ਵਾਰੀ ਮੈਂ ਕੈਂਪ 'ਚ ਗਏ, ਮੈਨੂੰ ਇੱਕ ਬੱਚੇ ਨੇ ਸਵਾਲ ਕੀਤਾ, ਕਹਿੰਦੇ ਬੱਚੀ ਕਹਿੰਦੀ ਕਿ ਸਰ ਮੇਰੀ ਮੰਮੀ ਨਾ ਬੜਾ ਡਾਂਟਦੀ ਆ ਮੈਨੂੰ, ਜਿਹੜੀ ਮੈਂ ਗਲਤੀ ਨਹੀਂ ਵੀ ਨਾ ਕੀਤੀ ਹੁੰਦੀ ਉਹਦੇ ਲਈ ਵੀ ਮੈਨੂੰ ਡਾਂਟ ਦਿੰਦੀ ਹੈ, ਅਤੇ ਮੈਂ ਕੀ ਕਰਿਆ ਕਰਾਂ। ਮੈਂ ਕਿਹਾ ਵੀ ਤੂੰ ਅੱਗੋਂ ਜਵਾਬ ਨਾ ਦਿਆ ਕਰ, ਤੂੰ ਚੁੱਪ ਕਰ ਜਾ ਕਰ, ਪਰ ਆਪਣੀ ਨਾਰਾਜ਼ਗੀ ਨਾ ਸ਼ੋਅ ਕਰਿਆ ਕਰ। ਕਹਿੰਦੀ ਕਿਵੇਂ? ਮੈਂ ਕਿਹਾ ਵੀ ਨਾਰਾਜ਼ਗੀ ਸ਼ੋਅ ਕਰਨ ਦੀ ਕੋਈ ਐਕਟਿੰਗ ਹੁੰਦੀ ਆ ਵੀ ਜੇ ਤੂੰ ਦੋ ਰੋਟੀਆਂ ਖਾਂਦੀ ਆ ਨਾ ਅਤੇ 5-7 ਬੁਰਕੀਆਂ ਛੱਡ ਦਿਆ ਕਰ, ਹੌਲੀ ਹੌਲੀ ਖਾਇਆ ਕਰ, ਮੰਮੀ ਨੇ ਤੇਰੇ ਵੱਲ ਵੇਖਣਾ ਵਾ ਵੀ ਕੁੜੀ ਪਰੇਸ਼ਾਨ ਜੀ ਹੈਗੀ ਆ। ਉਸ ਤੋਂ ਬਾਅਦ ਮਹੀਨੇ ਕੁ ਬਾਅਦ ਮੈਨੂੰ ਮਿਲੀ, ਮੈਨੂੰ ਕਹਿੰਦੀ ਸਰ ਤੁਹਾਡਾ ਫਾਰਮੂਲਾ ਬਹੁਤ ਕੰਮ ਕੀਤਾ, ਜਦੋਂ ਵੀ ਮੈਂ ਐਂ ਕਰਦੀ ਹਾਂ ਤਾਂ ਮੰਮੀ ਆ ਕੇ ਕਹਿੰਦੀ ਬੇਟੇ
ਮੇਰਾ ਨਾ ਮਨ ਤਾਂ ਬਹੁਤ ਸਾਫ਼ ਆ ਪਰ ਮੈਨੂੰ ਗੁੱਸੇ 'ਚ ਪਤਾ ਹੀ ਨਹੀਂ ਲੱਗਦਾ ਮੈਂ ਕੀ ਕੁਛ ਕਹਿ ਜਾਂਦੀ ਹਾਂ। ਸੋ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਹੈ ਜਾਂ ਆਪਣੇ ਘਰ ਦੇ ਵਿੱਚ ਖੁਸ਼ੀ ਬਚਾ ਕੇ ਰੱਖਣੀ ਆ, ਇਹ ਦੋਵੇਂ ਆਪਸ਼ਨ ਸਾਡੇ ਕੋਲ ਨੇ। ਅਗਲੀ ਸਲਾਈਡ ਕਰ ਦਿਓ ਜੀ। ਰਿਐਕਸ਼ਨ ਵਰਸਿਸ ਰਿਸਪੋਂਸ। ਰਿਐਕਸ਼ਨ ਕੀ ਹੁੰਦਾ ਹੈ? ਰਿਐਕਸ਼ਨ ਆਮ ਤੌਰ 'ਤੇ ਹੁੰਦਾ ਇੱਟ ਦਾ ਜਵਾਬ ਪੱਥਰ ਨਾ ਦੇਣਾ। ਪਹਿਲਾਂ ਕਰ ਲਿਆ ਅਤੇ ਉਸ ਤੋਂ ਬਾਅਦ ਸੋਚਣਾ। ਮੈਂ ਕਹਾਣੀ ਪੜ੍ਹੀ ਸੀ, ਕਹਿੰਦੇ ਜਪਾਨ ਦੇ ਲੋਕ ਨਾ ਬੜੇ ਦਿਮਾਗੀ ਹੁੰਦੇ ਨੇ ਅਤੇ ਜਪਾਨ ਦੇ ਸਰਕਾਰ ਨੇ ਗਾਵਾਂ ਖਰੀਦਣੀਆਂ ਸੀ। ਉਹਨਾਂ ਨੇ ਉਹਨਾਂ ਨੂੰ ਅਮੈਰੀਕਾ ਭੇਜਿਆ ਕਿ ਜਾਓ ਉੱਥੇ ਕਿਤੇ ਡੇਅਰੀ ਫਾਰਮ ਦੇ ਵਿੱਚੋਂ 500 ਗਾਂ ਖਰੀਦ ਕੇ ਲੈ ਕੇ ਆਓ। ਉਹ ਡੇਅਰੀ ਫਾਰਮ ਦੇ ਵਿੱਚ ਚਲੇ ਜਾਂਦੇ ਅਮੈਰੀਕਾ ਦੇ ਵਿੱਚ। ਉੱਥੇ ਜਾ ਕੇ ਉਹਨੂੰ ਗਾਵਾਂ ਵਾਲੇ ਮਾਲਕ ਨੂੰ ਪੁੱਛਦੇ ਨੇ, ਡੇਅਰੀ ਫਾਰਮ ਦੇ ਮਾਲਕ ਨੂੰ, ਵੀ ਅਸੀਂ 500 ਗਾਂ, ਅਸੀਂ ਗਾਂ ਖਰੀਦਣੀ, ਗਿਣਤੀ ਨਹੀਂ ਦੱਸਦੇ ਸੀ ਗਾਵਾਂ ਖਰੀਦਣੀਆਂ ਨੇ, ਕਿਸ ਰੇਟ ਗਾਵਾਂ ਦਓਗੇ? ਉਹ ਕਹਿੰਦਾ ਵੀ ਸਾਡੇ ਕੋਲ ਜੇ ਤਾਂ ਤੂੰ ਗਾਵਾਂ ਤੁਸੀਂ ਆਪ ਪਸੰਦ ਕਰੋਗੇ ਤਾਂ $1,000 ਦੀ ਇੱਕ ਗਾਂ ਮਿਲੇਗੀ, ਜੇ ਗਾਵਾਂ ਮੈਂ ਪਸੰਦ ਕਰਕੇ ਦੇਵਾਂਗਾ, ਮੇਰੀ ਪਸੰਦ ਦੀਆਂ ਲਓਗੇ ਫਿਰ $500 ਦੀ ਬਣੇ ਮਿਲੇਗੀ। ਹੁਣ ਤੁਸੀਂ ਦੱਸੋ ਕੀ ਕਰਨਾ ਵਾ? ਹੁਣ ਜੇ ਤਾਂ ਰਿਐਕਸ਼ਨ ਦੇਣਾ ਹੋਵੇ ਤਾਂ ਤੁਰੰਤ ਜਵਾਬ ਆ ਵੀ ਆਪਾਂ ਗੰਦ ਥੋੜ੍ਹੀ ਖਰੀਦ ਕੇ ਲੈ ਕੇ ਜਾਣਾ ਵਾ, $1,000 ਦੇਵਾਂਗੇ ਜੀ ਅਸੀਂ ਪਸੰਦ ਆਪਣੇ ਆਪ ਕਰਾਂਗੇ। ਜਾਂ ਦੂਜੇ ਪਾਸੇ ਹੁੰਦਾ ਵਾ ਵੀ ਚੱਲ ਕੋਈ ਨਹੀਂ 500 ਜੇਬ 'ਚ ਪਾਵਾਂਗੇ ਅਤੇ 500 ਸਰਕਾਰ ਨੂੰ ਇਹਨਾਂ ਨੂੰ ਦੇ ਦਾਂਗੇ। ਉਹ ਕਹਿੰਦੇ ਸਾਨੂੰ ਸੋਚਣ ਲਈ ਟਾਈਮ ਚਾਹੀਦਾ ਵਾ। ਉਹ ਸੋਚਣ ਲੱਗ ਪੈਂਦੇ ਨੇ। ਉਹ ਕਹਿੰਦਾ ਹਾਂ ਵੀ ਸੋਚ ਲਿਆ ਤੁਸੀਂ? ਕਹਿੰਦਾ ਨਹੀਂ ਅਜੇ ਟਾਈਮ ਲੱਗੇਗਾ। ਉਹ ਜੋ ਸੋਚਣ ਲੱਗਦੇ ਨੇ ਇੱਕ ਘੰਟਾ ਲਗਾਤਾਰ ਸੋਚਦੇ ਰਹਿੰਦੇ ਨੇ। ਇੱਕ ਘੰਟਾ ਸੋਚਣ ਤੋਂ ਬਾਅਦ ਕਹਿੰਦੇ ਜੀ ਅਸੀਂ ਹੁਣ ਫੈਸਲਾ ਕਰ ਲਿਆ। ਕਹਿੰਦੇ ਸ਼ੁਕਰ ਆ ਤੁਸੀਂ ਫੈਸਲਾ ਤਾਂ ਕੀਤਾ। ਕਹਿੰਦੇ ਹਾਂ ਵੀ ਦੱਸੋ ਕੀ ਫੈਸਲਾ ਕੀਤਾ? ਕਹਿੰਦੇ ਜੀ ਅਸੀਂ ਗਾਵਾਂ ਤੁਹਾਡੀ ਪਸੰਦ ਦੀਆਂ ਲਵਾਂਗੇ। ਕਹਿੰਦੇ ਵੈਰੀ ਗੁੱਡ, $500 ਦੇ ਹਿਸਾਬ ਨਾਲ। ਕਹਿੰਦੇ ਠੀਕ ਹੈ ਜੀ। ਹੁਣ ਕਹਿੰਦੇ ਕਿੰਨੀਆਂ ਗਾਵਾਂ ਲਓਗੇ? ਕਹਿੰਦੇ ਜਿੰਨੀਆਂ ਵੀ ਤੁਹਾਡੇ ਡੇਅਰੀ ਫਾਰਮ 'ਚ ਹੈਗੀਆਂ ਨੇ ਸਾਰੀਆਂ ਲੈ ਲਾਂਗੇ। ਉਹਨਾਂ ਨੇ ਸਾਰੀਆਂ ਗਾਵਾਂ ਉਹਨਾਂ ਕੋਲੋਂ $500 'ਚ ਖਰੀਦ ਲਈਆਂ। ਉਹਨਾਂ ਦੇ ਵਿੱਚੋਂ 500 ਸਿਲੈਕਟ ਕੀਤੀਆਂ ਅਤੇ ਬਾਕੀ ਸਾਰੀਆਂ ਉਸੇ ਨੂੰ ਫਿਰ $500 'ਚ ਵੇਚ ਕੇ ਚਲੇ ਗਏ। ਇਹ ਹੈਗਾ ਰਿਸਪੋਂਸ। ਰਿਐਕਸ਼ਨ ਦੇ ਵਿੱਚ ਤੁਸੀਂ ਪਹਿਲਾਂ ਕੰਮ ਕਰ ਲੈਂਦੇ ਹਾਂ ਅਤੇ ਬਾਅਦ ਦੇ ਵਿੱਚ ਸੋਚਦੇ ਹਾਂ, ਅਤੇ ਰਿਸਪੋਂਸ ਦੇ ਵਿੱਚ ਪਹਿਲਾਂ ਤੁਸੀਂ ਸੋਚਦੇ ਹਾਂ ਅਤੇ ਫਿਰ ਤੁਸੀਂ ਫੈਸਲੇ ਕਰਦੇ ਨੇ। ਪਰਿਵਾਰਾਂ ਵਿੱਚ ਜੰਗਾਂ ਨਹੀਂ ਹੁੰਦੀਆਂ, ਪਰਿਵਾਰ ਇੱਕ ਇਤਫਾਕ ਬਣਾਉਣ ਵਾਲੀ ਚੀਜ਼ ਹੈ। ਇੱਥੇ ਸਾਨੂੰ ਹਮੇਸ਼ਾ ਸੋਚਣਾ ਪਏਗਾ ਕਿ ਜੋ ਵੀ ਬੋਲੋ ਸੋਚ ਕੇ ਬੋਲੋ, ਅਤੇ ਦੂਜੀ ਗੱਲ ਜੋ ਵੀ ਸੋਚ ਲਿਆ ਜ਼ਰੂਰੀ ਨਹੀਂ ਆ ਬੋਲ ਦੇਣਾ ਵਾ। ਜੋ ਵੀ ਬੋਲੋ ਸੋਚ ਕੇ ਬੋਲੋ, ਅਤੇ ਜੋ ਵੀ ਸੋਚ ਲਿਆ ਜ਼ਰੂਰੀ ਨਹੀਂ ਹੈ ਕਿ ਉਹ ਬੋਲ ਦੇਣਾ। ਮੈਂ ਇੱਕ ਵਾਰੀ ਕਹਾਣੀ ਪੜ੍ਹ ਰਿਹਾ ਸੀ, ਕਹਿੰਦੇ ਮੰਮੀ ਦਾਦੀ ਦੀ ਅਤੇ ਮੰਮੀ ਦੀ ਬਣਦੀ ਨਹੀਂ ਸੀ ਅਤੇ ਬੱਚੇ ਨੂੰ ਨਾ ਕੈਂਚੀ ਚਾਹੀਦੀ ਸੀ ਅਤੇ ਬੱਚਾ ਗਿਆ ਆਪਣੀ ਮੰਮੀ ਕੋਲ, ਕਹਿੰਦਾ ਮੰਮੀ ਕੈਂਚੀ ਦਿਓ ਮੈਨੂੰ। ਮੰਮੀ ਕਹਿੰਦੀ ਬੇਟੇ ਮੇਰੇ ਕੋਲ ਤਾਂ ਕੈਂਚੀ ਨਹੀਂ ਹੈਗੀ, ਅਰੇ ਦਾਦੀ ਕੋਲ ਮੰਗ ਲਾ। ਅਤੇ ਦਾਦੀ ਕੋਲ ਗਿਆ, ਕਹਿੰਦਾ ਦਾਦੀ ਕੈਂਚੀ ਦਿਓ। ਕਹਿੰਦਾ ਆਪਣੀ ਮੰਮੀ ਕੋਲੋਂ ਨਹੀਂ ਲਈ? ਕਹਿੰਦੀ ਮੰਮੀ ਕੋਲ ਤਾਂ ਹੈ ਨਹੀਂ, ਕਹਿੰਦੇ ਤੇਰੀ ਮਾਂ ਦੀ ਤਾਂ ਜ਼ਬਾਨ ਹੀ ਕੈਂਚੀ ਵਰਗੀ ਆ। ਹੁਣ ਭਾਵੇਂ ਮਾਂ ਦੀ ਜ਼ਬਾਨ ਕੈਂਚੀ ਵਰਗੀ ਹੋਵੇ ਪਰ ਜਦੋਂ ਅਸੀਂ ਉਹਨੂੰ ਡਿਕਲੇਅਰ ਕਰਤਾ ਕਿ ਇਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਆਏਗੀ ਕਿ ਲੜਾਈ ਪਏਗੀ? ਲੜਾਈ ਪਏਗੀ। ਗੁਰਬਾਣੀ ਸਾਨੂੰ ਫਰਮਾਨ ਦਿੰਦੀ ਹੈ, ਕਹਿੰਦੇ ਟੂਟ ਪ੍ਰੀਤ ਗਈ ਬੁਰ ਬੋਲ, ਗੰਢ ਪ੍ਰੀਤੀ ਮਿੱਠੇ ਬੋਲ। ਜਿਹੜੀਆਂ ਗੰਢ ਪੈਂਦੀ ਸਮਾਜ ਦੇ ਵਿੱਚ ਮਿੱਠੇ ਬੋਲਾਂ ਨਾਲ ਪੈਂਦੀ ਹੈ ਅਤੇ ਜਿਹੜੀਆਂ ਪ੍ਰੀਤਾਂ ਟੁੱਟਦੀਆਂ ਨੇ ਉਹ ਬੁਰੇ ਬੋਲ ਨਾਲ ਟੁੱਟਦੀਆਂ ਨੇ। ਇੱਕ ਚੀਜ਼ ਹੋਰ ਸੋਚੀਏ ਆਪਾਂ, ਅਸੀਂ ਸਾਰੇ ਜਾਣੇ ਰੱਬ ਨੂੰ ਮੰਨਦੇ ਹਾਂ
ਸਾਡੇ ਮਨ 'ਚ ਇੱਕ ਸਵਾਲ ਆਉਂਦਾ ਹੈ ਕਿ ਰੱਬ ਕਿਹੜੀ ਭਾਸ਼ਾ ਸਮਝਦਾ ਹੋਏਗਾ। ਕਹਿੰਦੇ ਰੱਬ ਨਾ ਉਹਨੂੰ ਪੰਜਾਬੀ ਆਉਂਦੀ ਹੈ, ਨਾ ਹਿੰਦੀ ਆਉਂਦੀ ਹੈ, ਨਾ ਉਰਦੂ ਆਉਂਦੀ ਹੈ, ਨਾ ਫਾਰਸੀ ਆਉਂਦੀ ਹੈ, ਉਹਨੂੰ ਇੱਕੋ ਭਾਸ਼ਾ ਆਉਂਦੀ ਹੈ। ਕਿਹੜੀ ਭਾਸ਼ਾ ਆਉਂਦੀ ਹੈ? ਪਿਆਰ ਦੀ ਭਾਸ਼ਾ। ਸਾਚਾ ਸਾਹਿਬ, ਮਗਰ ਬੋਲੋ ਜੀ, ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ। ਭਾਉ ਦਾ ਮਤਲਬ ਹੁੰਦਾ ਹੈ ਪਿਆਰ, ਪਾਖਿਆ ਭਾਉ ਅਪਾਰ, ਉਹ ਬੇਅੰਤ ਪਿਆਰ ਵਾਲੀ ਭਾਸ਼ਾ ਇਹਦੀ। ਇਹਦਾ ਮਤਲਬ ਰੱਬ ਨੂੰ ਪਿਆਰ ਵਾਲੀ ਭਾਸ਼ਾ ਸਮਝ ਆਉਂਦੀ ਹੈ। ਹੁਣ ਕਹਿੰਦੇ ਰੱਬਾ ਤੇਰੇ ਨਾਲ ਤੁਸੀਂ ਗੱਲਾਂ ਹੀ ਨਹੀਂ ਕਰਨੀਆਂ ਹੁੰਦੀਆਂ, ਫਿਰ ਰੱਬ ਰਹਿੰਦਾ ਕਿੱਥੇ ਹੈ? ਸਭ ਮੈਂ ਜੋਤ, ਜੋਤ ਹੈ ਸੋਏ। ਇਹਦਾ ਮਤਲਬ ਜਿੱਥੇ ਜਿਨ੍ਹਾਂ ਦੇ ਅੰਦਰ ਜੋਤ ਵੱਸਦੀ ਹੈ, ਉਹ ਸਾਡੇ ਨਾਲ ਕੋਈ ਵੀ ਸੰਬੰਧ ਹੋਣ, ਉਹਨਾਂ ਦੇ ਨਾਲ ਸਾਡੀ ਭਾਸ਼ਾ ਜਿਹੜੀ ਹੈ ਉਹ ਪਿਆਰ ਵਾਲੀ ਹੋਣੀ ਚਾਹੀਦੀ ਹੈ। ਜਦੋਂ ਅਸੀਂ ਲਾਵਾਂ ਲੈਂਦੇ ਹਾਂ, ਆਨੰਦ ਕਾਰਜ ਕਰਦੇ ਹਾਂ, ਜਦੋਂ ਦੂਸਰੀ ਲਾਂ ਪੜ੍ਹੀ ਜਾਂਦੀ ਹੈ, ਉਹਦੇ 'ਚ ਫਰਮਾਨ ਦਿੰਦੇ ਗੁਰੂ ਸਾਹਿਬ, ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਧੂਰੇ। ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਗੁਣ ਗਾਇਆ, ਪਰਮਾਤਮਾ ਦੇ ਗੁਣ ਗਾਏ। ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਅੰਦਰ ਪਿਆਰ ਪੈਦਾ ਹੋ ਗਿਆ, ਅਤੇ ਉਸ ਪਿਆਰ ਦੇ ਸਦਕਾ ਸਾਨੂੰ ਸਾਰੇ ਪਾਸੇ ਪਰਮਾਤਮਾ ਦਿਖਾਈ ਦੇਣ ਲੱਗ ਪਿਆ। ਜਦੋਂ ਪਰਮਾਤਮਾ ਸਾਰੇ ਪਾਸੇ ਦਿਖਾਈ ਦੇ ਰਿਹਾ ਵਾ, ਜੇ ਅਸੀਂ ਮਹਿਸੂਸ ਕੀਤਾ ਕਿ ਪਰਮਾਤਮਾ ਸਾਰੇ ਪਾਸੇ ਆ, ਲੜਾਈਆਂ ਕਾਹਦੀਆਂ ਨੇ? ਵਿਸ਼ਵਾਸ ਦੀ ਕਮੀ ਹੈ ਘਰ ਦੇ ਵਿੱਚ, ਬਹੁਤ ਸਾਰੇ ਰਿਸ਼ਤੇ ਇਸ ਕਰਕੇ ਟੁੱਟ ਜਾਂਦੇ ਨੇ ਕਿ ਜਿੱਥੇ ਪਤੀ ਪਤਨੀ ਨੂੰ ਇੱਕ ਦੂਜੇ ਦੇ ਵਿੱਚ ਵਿਸ਼ਵਾਸ ਹੀ ਨਹੀਂ ਰਹਿ ਜਾਂਦਾ। ਮਤਲਬ ਜਦੋਂ ਅਸੀਂ ਕੋਈ ਵੀ ਗਲਤ ਕੰਮ ਕਰਨ ਲੱਗੀਏ, ਤਾਂ ਜਦੋਂ ਸਾਡੇ ਮਨ 'ਚ ਖਿਆਲ ਆ ਜਾਏ ਕਿ ਦੂਜੀ ਲਾਂ ਲੈਣ ਲੱਗਿਆਂ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਸੀ ਕਿ ਪਰਮਾਤਮਾ ਹਰ ਪਾਸੇ ਵਿਚਰ ਰਿਹਾ ਵਾ, ਅਤੇ ਮੈਂ ਹੁਣ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਾਂਗਾ, ਮੈਂ ਹੁਣ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਾਂਗਾ, ਉਸ ਤੋਂ ਬਾਅਦ ਘਰ ਦੇ ਜਿਹੜੇ ਰਿਸ਼ਤੇ ਨੇ ਉਹ ਆਪਣੇ ਆਪ ਹੀ ਆਨੰਦਮਈ ਬਣਨੇ ਸ਼ੁਰੂ ਹੋ ਜਾਣਗੇ। ਹੁਣ ਪਤਨੀ ਆਪਣੇ ਪਤੀ ਦੀ ਕਿਸੇ ਦੇ ਕੋਲ ਚੁਗਲੀ ਨਹੀਂ ਕਰ ਰਹੀ, ਪਤੀ ਜਿਹੜਾ ਵਾ ਉਹ ਆਪਣੇ ਦੋਸਤਾਂ ਦੇ ਵਿੱਚ ਬੈਠ ਕੇ ਆਪਣੀ ਪਤਨੀ ਦੀਆਂ ਗਲਤੀਆਂ ਨਹੀਂ ਕੱਢ ਰਿਹਾ, ਨੌ ਸੱਸ ਦੀਆਂ ਚੁਗਲੀਆਂ ਨਹੀਂ ਕਰ ਰਹੀ, ਸੱਸ ਨੌ ਦੀਆਂ ਚੁਗਲੀਆਂ ਨਹੀਂ ਕਰ ਰਹੀ। ਇਹਦੇ ਨਾਲ ਕੀ ਹੋਏਗਾ ਕਿ ਪਿਆਰ ਅਤੇ ਪਰਿਵਾਰ ਦੇ ਵਿੱਚ ਜਿਹੜਾ ਪਿਆਰ ਇਤਫਾਕ ਜਿਹੜਾ ਵਾ ਉਹ ਵੱਧਦਾ ਜਾਏਗਾ ਜੀ। ਅਤੇ ਅਖੀਰ ਦੇ ਉੱਤੇ ਜਦੋਂ ਵੀ ਕੋਈ ਸਮੱਸਿਆ ਆਵੇ, ਆਮ ਤੌਰ 'ਤੇ ਨਾ ਅਸੀਂ ਇੱਕੋ ਲਾਈਨਾਂ ਆਉਂਦੀਆਂ ਹੁੰਦੀਆਂ ਤਿੰਨ, ਕਿ ਸੁੱਖ ਵੇਲੇ ਸ਼ੁਕਰਾਨਾ ਕਰੀਏ ਅਤੇ ਦੁੱਖ ਵੇਲੇ ਅਰਦਾਸ ਕਰੀਏ। ਅਸਲ 'ਚ ਕੀ ਹੈ, ਭਾਵੇਂ ਸੁੱਖ ਹੋਣ ਭਾਵੇਂ ਦੁੱਖ ਹੋਣ, ਹਰ ਵੇਲੇ ਕੀ ਕਰਨਾ ਵਾ, ਅਸੀਂ ਅਰਦਾਸ ਕਰਨੀ ਹੈ। ਅਗਲੀ ਸਲਾਈਡ ਕਰੇ ਵੀ ਜੇਕਰ ਬਚਿੱਤਰ ਸਿੰਘ ਦੀ ਫੋਟੋ ਹੈ, ਦੁਨੀ ਚੰਦ ਨੂੰ ਵੀ ਇਹੀ ਗੱਲ ਕਹੀ ਗਈ ਸੀ ਕਿ ਦੁਨੀ ਚੰਦ ਤੂੰ ਮਸਤ ਹਾਥੀ ਦੇ ਨਾਲ ਲੜਨਾ ਹੈ। ਦੁਨੀ ਚੰਦ ਨੂੰ ਗਲਤ ਫਹਿਮੀ ਹੋ ਗਈ ਕਿ ਮਸਤ ਹਾਥੀ ਦੇ ਨਾਲ ਮੈਂ ਲੜਨਾ ਵਾਂ। ਹੁਣ ਬੰਦਾ ਹਾਥੀ ਨਾਲ ਕਿਵੇਂ ਲੜ ਲਏਗਾ ਵੀ? ਅਤੇ ਦੁਨੀ ਚੰਦ ਰਾਤ ਨੂੰ ਆਪਣੇ ਸਾਥੀਆਂ ਨੂੰ ਕਹਿੰਦਾ, ਗੁਰੂ ਸਾਹਿਬ ਨੇ ਫਸਾ ਦਿੱਤਾ ਵੀ ਮਸਤ ਹਾਥੀ ਨਾਲ ਲੜਨਾ, ਵੀ ਮਸਤ ਮੇਰੇ ਕੋਲ ਕਿਵੇਂ ਲੜਿਆ ਜਾਏਗਾ? ਅਤੇ ਉਹ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰਦਾ, ਸਾਨੂੰ ਇਤਿਹਾਸ ਸਾਰਿਆਂ ਨੂੰ ਪਤਾ ਹੈ। ਉਸ ਤੋਂ ਬਾਅਦ ਸਵੇਰੇ ਜਦੋਂ ਦੁਨੀ ਚੰਦ ਲੱਭਾ ਨਹੀਂ, ਹਾਥੀ ਮਸਤ ਹਾਥੀ ਪਹਾੜੀ ਰਾਜਿਆਂ ਦਾ ਆ ਰਿਹਾ, ਸਿਰ 'ਤੇ ਤਵੇ ਬੱਧੇ ਲੋਹੇ ਦੇ, ਅਤੇ ਆ ਕੇ ਗੁਰੂ ਸਾਹਿਬ ਨੂੰ ਸਿੱਖ ਕਹਿੰਦੇ ਨੇ ਕਿ ਗੁਰੂ ਸਾਹਿਬ ਦੁਨੀ ਚੰਦ ਤਾਂ ਭੱਜ ਗਿਆ। ਅਤੇ ਉਹਦੇ ਨਾਲ ਭਾਈ ਬਚਿੱਤਰ ਸਿੰਘ ਦਾਲ ਬਣਾ ਰਿਹਾ ਸੀ, ਦਾਲ ਦੇ ਵਿੱਚ ਖੁਰਚਣਾ ਮਾਰੀ ਜਾਂਦਾ ਸੀ, ਅਤੇ ਜਦੋਂ ਆ ਕੇ ਨਾ ਦੱਸਿਆ ਨਾ ਕਿ ਦੁਨੀ ਚੰਦ ਭੱਜ ਗਿਆ, ਅਤੇ ਬਚਿੱਤਰ ਸਿੰਘ ਦਾਲ ਬਣਾਉਂਦਾ ਬਣਾਉਂਦਾ ਸੋਚਦਾ ਵਾ
ਕਾਸ਼ ਗੁਰੂ ਸਾਹਿਬ ਇਹ ਸੇਵਾ ਮੈਨੂੰ ਦੇ ਦੇਣ। ਅਤੇ ਗੁਰੂ ਸਾਹਿਬ ਬਚਿੱਤਰ ਸਿੰਘ ਨੂੰ ਕਹਿੰਦੇ ਆਵਾਜ਼ ਮਾਰਦੇ, ਬਚਿੱਤਰ ਸਿੰਘ ਗੱਲ ਸੁਣ। ਬਚਿੱਤਰ ਸਿੰਘ ਦਾਲ ਦੇ ਉੱਤੇ ਢੱਕਣ ਦੇ ਕੇ ਖੁਰਚਣਾ ਉੱਤੇ ਰੱਖ ਕੇ ਅਤੇ ਆ ਕੇ ਗੁਰੂ ਸਾਹਿਬ ਦੇ ਸਾਹਮਣੇ ਖੜ੍ਹਾ ਹੋ ਜਾਂਦਾ ਵਾ ਅਤੇ ਕਹਿੰਦਾ ਬਚਿੱਤਰ ਸਿੰਘ ਤਿਆਰੀ ਵੱਟ, ਕਾਹਦੀ ਗੁਰੂ ਸਾਹਿਬ? ਕਹਿੰਦੇ ਤੇਰੀ ਅਰਦਾਸ ਪੂਰੀ ਹੋ ਗਈ ਹੈ, ਤੂੰ ਮਸਤਾਥੀ ਨਾਲ ਲੜਨਾ ਹੈ। ਬਚਿੱਤਰ ਸਿੰਘ ਤਿਆਰ ਹੁੰਦਾ, ਗੁਰੂ ਸਾਹਿਬ ਨਾਗਨੀ ਵਰਸ਼ਾ ਬਖਸ਼ਦੇ ਨੇ। ਹੁਣ ਬਚਿੱਤਰ ਸਿੰਘ ਲੜਨ ਨਹੀਂ ਜਾ ਰਿਹਾ, ਗੁਰੂ ਸਾਹਿਬ ਦਾ ਦਿੱਤਾ ਹੋਇਆ ਹੁਕਮ ਮੰਨਣ ਜਾ ਰਿਹਾ ਵਾ। ਕਹਿੰਦੇ ਉਹਨੇ ਅਰਦਾਸ ਕੀਤੀ, ਉੱਧਰੋਂ ਦਰਵਾਜ਼ਾ ਖੁੱਲ੍ਹਦਾ ਹੈ, ਉੱਧਰੋਂ ਹਾਥੀ ਚੜ੍ਹ ਕੇ ਆ ਗਿਆ। ਜਦੋਂ ਉਹਨੇ ਅਰਦਾਸ ਕੀਤੀ ਤਾਂ ਜਿਵੇਂ ਉਹ ਵਰਸ਼ਾ ਘੁਮਾਉਂਦਾ ਹੈ, ਜਗਾਰਾ ਛੱਡ ਕੇ ਵਰਸ਼ਾ ਜਿਹੜਾ ਲੋਹੇ ਦੇ ਤਵੇ ਨੂੰ ਕੀਰਦਾ ਹੋਇਆ ਹਾਥੀ 'ਤੇ ਵੱਜਦਾ ਹੈ, ਹਾਥੀ ਭੱਜ ਜਾਂਦਾ ਹੈ। ਪੁੱਛਿਆ ਸਾਥੀਆਂ ਨੇ ਕਿ ਬਚਿੱਤਰ ਸਿੰਘ ਹਾਥੀ ਨਾਲ ਲੜਨ ਵੇਲੇ ਕਿਹੋ ਜਿਹਾ ਲੱਗ ਰਿਹਾ ਸੀ? ਕਹਿੰਦਾ ਮੈਨੂੰ ਤਾਂ ਐਂ ਲੱਗ ਰਿਹਾ ਸੀ ਜਿਵੇਂ ਮੈਂ ਝੋਟਾ ਕੁੱਟ ਰਿਹਾ ਹੁੰਦਾ ਵਾਂ, ਕਹਿੰਦਾ ਮੈਨੂੰ ਐਂ ਤਾਂ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿਉਂਕਿ ਮੈਂ ਲੜ ਹੀ ਨਹੀਂ ਰਿਹਾ ਸੀ, ਮੈਂ ਤਾਂ ਕੇਵਲ ਬਾਂਹ ਹਿਲਾ ਰਿਹਾ ਸੀ, ਸ਼ਕਤੀ ਤਾਂ ਗੁਰੂ ਵੱਲੋਂ ਮਿਲ ਰਹੀ ਸੀ। ਘਰਾਂ ਦੇ ਵਿੱਚ ਕੋਈ ਵੀ ਸਮੱਸਿਆਵਾਂ ਆਉਣ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰੀਏ, ਹਰ ਵੇਲੇ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ। ਅਤੇ ਇਹ ਅਰਦਾਸ ਇਹ ਸੋਚ ਕੇ ਕਰੀਏ ਕਿ ਗੁਰੂ ਸਾਹਿਬ ਤੂੰ ਸਰਵ ਸ਼ਕਤੀਮਾਨ ਹੈ। ਅੱਜ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆਪਾਂ ਮਨਾ ਰਹੇ ਹਾਂ ਅਤੇ ਉਹ ਸ਼ਖਸੀਅਤ ਜਿਹੜੀ 12 ਸਾਲ ਦੇਵੀ ਦੇ ਦਰਸ਼ਨਾਂ ਦੇ ਲਈ ਜਥੇ ਲੈ ਕੇ ਜਾਂਦੇ ਰਹੇ ਸਨ, ਉਹਨਾਂ ਦੇ ਉੱਤੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਅਤੇ ਗੁਰੂ ਘਰ ਦੇ ਜਿਹੜੇ ਸੀ ਸੇਵਾਦਾਰ ਬਣ ਗਏ। ਗੁਰੂ ਅਮਰਦਾਸ ਜੀ ਜਿਹੜੇ ਕਈ ਸਾਲ ਗੰਗਾ ਇਸ਼ਨਾਨ ਕਰਨ ਲਈ ਜਾਂਦੇ ਰਹੇ ਸੀ ਅਤੇ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਸੁਣ ਕੇ ਉਹਨਾਂ ਦੇ ਜੀਵਨ ਦੇ ਵਿੱਚ ਮੋੜਾ ਆ ਗਿਆ। ਸੋ ਪਰਮਾਤਮਾ ਅਸੀਂ ਤੇਰੇ ਅੱਗੇ ਅਰਦਾਸਾਂ ਕਰਦੇ ਹਾਂ, ਤੂੰ ਸਾਡੇ ਮਨ ਦੇ ਵਿੱਚ ਵੀ ਸ਼ਾਂਤੀ ਲੈ ਕੇ ਆ ਅਤੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਸ਼ਾਂਤੀ ਲੈ ਕੇ ਆ। ਸੋ ਇੰਨੀਆਂ ਵਿਚਾਰਾਂ ਕਰਦਿਆਂ ਕੋਈ ਵੀ ਭੁੱਲ ਗਲਤੀ ਹੋਈ ਹੋਵੇ ਖਿਮਾ ਦਾ ਜਾ ਚੁੱਕਿਆ। ਹਾਂ, ਤੁਹਾਡੇ ਮਨ 'ਚ ਕੋਈ ਸਵਾਲ ਹੋਣ ਤਾਂ ਪਰਮਾਤਮਾ ਨੇ ਜਿੰਨੀ ਕੁ ਸੋਝੀ ਬਖਸ਼ੀ ਹੈ ਉਹਦੇ ਹਿਸਾਬ ਨਾਲ ਮੈਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਨਹੀਂ, ਮੈਂ ਖੜ੍ਹੇ ਹੋ ਕੇ ਜਵਾਬ ਦਵਾਂ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਭੈਣ ਜੀ ਵੀ ਆਏ ਹੋਏ ਹਨ, ਉਹਨਾਂ ਦੇ ਇੱਥੇ ਆਉਣ 'ਤੇ ਜੀਓ ਆਇਆ ਕਰਦੇ ਹਾਂ। ਆਪਾਂ ਸਾਰੇ ਜਾਣੇ ਬਾਣੀ ਤਾਂ ਪੜ੍ਹਦੇ ਹਾਂ, ਦੂਜੀ ਇਹਨੂੰ ਇੱਕ ਚੀਜ਼ ਨਾਲ ਕੰਪੇਅਰ ਕਰਕੇ ਦੇਖੀਏ ਕਿ ਸਾਰਿਆਂ ਦੇ ਘਰ ਛੋਟੇ ਬੱਚੇ ਹੋਣਗੇ, ਤੁਸੀਂ ਕੋਈ ਚੀਜ਼ ਬਣਾਈ, ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਬੱਚੇ ਨੂੰ ਸਵਾਦ ਲੱਗੀ ਹੈ ਕਿ ਨਹੀਂ ਲੱਗੀ? ਕਿਵੇਂ ਪਤਾ ਲੱਗਦਾ ਬੱਚੇ ਨੂੰ ਸਵਾਦ ਲੱਗੀ ਹੈ ਕਿ ਨਹੀਂ ਲੱਗੀ? ਦੁਬਾਰਾ ਮੰਗੇਗਾ ਜੀ। ਅੱਛਾ, ਤੁਸੀਂ ਦੁਬਾਰਾ ਚੀਜ਼ ਥੋੜ੍ਹੀ ਬਣੀ ਸੀ ਅਤੇ ਉਹ ਖਤਮ ਹੋ ਗਈ, ਫਿਰ ਉਹ ਬੱਚਾ ਪਤਾ ਕੀ ਕਰਦਾ ਹੈ? ਪਹਿਲਾਂ ਤੁਹਾਨੂੰ ਕੌਲੀ ਚਮਚ ਨਾਲ ਚੰਗੀ ਤਰ੍ਹਾਂ ਰਗੜ ਲੈਂਦਾ ਅੰਦਰ ਜੋ ਕੁਛ ਵੀ ਬੱਚਿਆ ਅੰਦਰ ਵਾ, ਉਸ ਤੋਂ ਬਾਅਦ ਕੀ ਕਰਦਾ ਕਿ ਸਵਾਦ ਲੱਗੀ ਸੀ ਅਤੇ ਫਿਰ ਉਹ ਕੀ ਕਰਦਾ ਕਿ ਉਂਗਲ ਦਾ ਸਹਾਰਾ ਲੈਂਦਾ ਵਾ ਵੀ ਹੁਣ ਉਂਗਲ ਨਾਲ ਵੀ ਮੈਂ ਚੱਟ ਕੇ ਖਾ ਲਵਾਂ। ਅਤੇ ਜੇ ਕਿਤੇ ਕੋਈ ਰੋਕਣ ਵਾਲਾ ਨਾ ਹੋਵੇ ਤਾਂ ਤੀਜੀ ਅਵਸਥਾ ਦੇ ਵਿੱਚ ਫਿਰ ਜੀਭ ਵਾਲਾ ਕੰਮ ਵੀ ਲਾਉਣਾ ਸ਼ੁਰੂ ਕਰ ਦਿੰਦਾ ਵਾ। ਹੁਣ ਬੱਚੇ ਤੂੰ ਐਂ ਕਿਉਂ ਕਰ ਰਿਹਾ ਵਾਂ? ਕਹਿੰਦਾ ਮੰਮੀ ਸਵਾਦ ਹੀ ਬਹੁਤ ਸੀ। ਅਸੀਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਗੁਰੂ ਸਾਹਿਬ ਆਨੰਦ ਦੀ ਪਰਿਭਾਸ਼ਾ ਦੱਸਦੇ ਨੇ।
ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿੰਨਾ ਚਿਰ ਸਤਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਆਨੰਦ ਨਹੀਂ ਮਿਲ ਸਕਦਾ। ਹੁਣ ਸਤਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ? ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਇੱਕ ਫਰਮਾਨ ਦਿੰਦੇ ਨੇ, ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਕਹਿੰਦੇ ਜਿਹੜੇ ਭਗਤ ਨੇ ਉਹਨਾਂ ਦੇ ਅੰਦਰ ਇੱਕ ਭੁੱਖ ਪੈਦਾ ਹੋ ਜਾਂਦੀ ਹੈ, ਜਿਵੇਂ ਬੱਚੇ ਨੂੰ ਚੀਜ਼ ਸਵਾਦ ਲੱਗੀ। ਜੀ ਅਸੀਂ ਅੰਦਰ ਝਾਤ ਮਾਰ ਕੇ ਦੇਖੀਏ, ਆਪਾਂ ਸਵੇਰੇ ਪਾਠ ਕਰ ਰਹੇ ਹਾਂ, ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ, ਜੇ ਤਾਂ 2-3 ਮਿੰਟਾਂ ਬਾਅਦ ਅੰਕ ਫੋਲੀ ਜਾਂਦੇ ਹਾਂ ਵੀ ਕਿੱਥੇ ਕੁ ਪਹੁੰਚ ਗਈ ਗੱਲ। ਅਤੇ ਜਦੋਂ ਕਿਤੇ 26ਵੀਂ ਪੌੜੀ 'ਤੇ ਪਹੁੰਚ ਗਏ ਤਾਂ ਉਦੋਂ ਲੱਗਾ ਵੀ ਚੱਲ ਹੁਣ ਬਾਅਦ ਕੰਮ ਨਿਬੜ ਗਿਆ, ਹੁਣ ਤਾਂ ਥੋੜ੍ਹਾ ਜਿਹਾ ਰਹਿ ਗਿਆ, ਤਾਂ ਤੁਸੀਂ ਆਨੰਦ ਨਹੀਂ ਲੈ ਰਹੇ, ਅਸੀਂ ਬੱਧੇ ਚੱਟੀ ਭਰਨ ਵਾਲੀ ਗੱਲ ਕਰ ਰਹੇ ਹਾਂ। ਹੁਣ ਕਹਿੰਦੇ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਜਿਵੇਂ ਬੱਚੇ ਦੇ ਮਨ ਦੇ ਵਿੱਚ ਭੁੱਖ ਪੈਦਾ ਹੋ ਗਈ ਸਵਾਦ ਚੀਜ਼ ਵੇਖ ਕੇ, ਜਾਂ ਉਹੀ ਬੱਚਾ ਆਪਾਂ ਘਰ ਦੇ ਵਿੱਚ ਵੇਖੀਏ, ਜੇ ਬੱਚੇ ਨੂੰ ਕਹੀਏ ਨਾ ਬੱਚੇ ਨੂੰ ਆਮ ਤੌਰ 'ਤੇ ਕੱਦੂਆਂ ਦੀ ਸਬਜ਼ੀ ਸਵਾਦ ਨਹੀਂ ਲੱਗਦੀ, ਅਤੇ ਬੱਚੇ ਨੂੰ ਕਹੀਏ ਨਾ ਬੱਚੇ ਕੱਦੂਆਂ ਦੀ ਸਬਜ਼ੀ ਬਣੀ ਹੋਈ ਆ, ਉਹ ਕਹਿੰਦਾ ਮੈਨੂੰ ਭੁੱਖ ਹੀ ਹੈਣੀ ਗੀ, ਅਤੇ ਥੋੜ੍ਹੀ ਦੇਰ ਬਾਅਦ ਉਹਨੂੰ ਤੁਸੀਂ ਮੈਗੀ ਨੂਡਲ ਦਾ ਕੋਈ ਇਹੋ ਜਿਹੀ ਚੀਜ਼ ਹੋਰ ਦੱਸ ਦਿਉ ਜਾਂ ਪੀਜ਼ਾ ਦੀ ਗੱਲ ਕਰ ਲਓ, ਕਹਿੰਦਾ ਚਲੋ ਥੋੜ੍ਹੀ ਜਿਹੀ ਤਾਂ ਖਾ ਹੀ ਲੈਂਦੇ ਹਾਂ ਆਪਾਂ, ਭੁੱਖ ਪੈਦਾ ਹੋ ਗਈ ਕਿਉਂਕਿ ਉਹਨੂੰ ਚੰਗੀ ਲੱਗੀ। ਹੁਣ ਗੁਰੂ ਸਾਹਿਬ ਕਹਿੰਦੇ ਨੇ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣ ਆ। ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਲੈਂਦੇ ਹੋਏ, ਅਸੀਂ ਪਹਿਲਾਂ ਮੂਲ ਮੰਤਰ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਸਾਹਿਬ ਨੇ 33 ਵਾਰੀ ਮੂਲ ਮੰਤਰ ਲਿਖਿਆ। 33 ਵਾਰੀ ਕਿਉਂ ਲਿਖਿਆ ਹੈ? ਕਿਉਂਕਿ ਮੂਲ ਮੰਤਰ ਦੇ ਵਿੱਚ ਪਰਮਾਤਮਾ ਦਾ ਸੁਭਾਅ ਜਿਹੜਾ ਵਾ ਉਹਨੂੰ ਕੁਛ ਵਰਣਨ ਕੀਤਾ ਵਾ, ਅਤੇ 33 ਵਾਰੀ ਲਿਖਣ ਦਾ ਮਕਸਦ ਹੈ ਕਿ ਤੂੰ ਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਣ ਕਹਿ ਗੁਣੀ ਸਮਾਵਣਿਆ, ਉਸ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ ਨੇ ਉਹਨਾਂ ਗੁਣਾਂ ਦੇ ਅੰਦਰ ਚੁੱਭੀ ਮਾਰਨੀ ਹੈ, ਅਤੇ ਉਹ ਗੁਣ ਜਿਹੜੇ ਨੇ ਆਪਣੇ ਅੰਦਰ ਲੈ ਕੇ ਆਉਣੇ ਨੇ। ਜਦੋਂ ਉਹ ਗੁਣ ਸਾਡੇ ਅੰਦਰ ਆ ਜਾਣਗੇ ਤਾਂ ਫਿਰ ਸਾਡੇ ਜਿਹੜੇ ਅੰਦਰ ਜਿਹੜਾ ਆਨੰਦ ਹੈ ਉਹ ਆਉਣ ਲੱਗ ਪਏਗਾ। ਸ਼ਾਇਦ ਕਾਫੀ ਵੀਰਾਂ ਭੈਣਾਂ ਨੇ, ਸ਼ਾਇਦ ਡਾਕਟਰ ਸਰਬਜੀਤ ਸਿੰਘ ਇੱਥੇ ਆਏ ਹੋਏ ਨੇ, ਉਹਨਾਂ ਨੇ ਗੱਲ ਵੀ ਕੀਤੀ ਹੈ, ਮੈਂ ਸੰਖੇਪ ਜਿਹਦੇ ਵਿੱਚ ਇੱਕ ਵਰਣਨ ਕਰ ਦੇਵਾਂਗਾ ਕਿ ਸੁਕਿਰਤ ਨੇ ਇੱਕ ਪੁਸਤਕ ਲਿਖੀ ਸੀ, ਉਹਦੇ ਵਿੱਚ ਉਹਨਾਂ ਨੇ ਨਾ ਬਾਣੀ ਪੜ੍ਹਨ ਦੇ 5 ਤਰੀਕੇ ਲਿਖੇ ਹੋਏ ਨੇ। ਸਭ ਤੋਂ ਪਹਿਲਾ ਤਰੀਕਾ ਆਉਂਦਾ ਹੈ ਕਿ ਬਾਣੀ ਬੋਲ ਬੋਲ ਕੇ ਪੜ੍ਹੀਏ। ਪਾਠ ਕਰਦੇ ਹਾਂ ਅਸੀਂ, ਆਮ ਤੌਰ 'ਤੇ ਬਹੁਤੇ ਲੋਕਾਂ ਨੂੰ ਆਦਤ ਹੁੰਦੀ ਹੈ ਬਾਣੀ ਮੂੰਹ 'ਚ ਪੜ੍ਹ ਰਹੇ ਹੁੰਦੇ ਨੇ, ਅਤੇ ਜਦੋਂ ਅਸੀਂ ਮੂੰਹ 'ਚ ਪੜ੍ਹ ਰਹੇ ਹੁੰਦੇ ਜ਼ਿਆਦਾਤਰ ਅਸੀਂ ਉਬਾਸੀਆਂ ਵੀ ਲੈ ਰਹੇ ਹੁੰਦੇ ਹਾਂ। ਜਦੋਂ ਅਸੀਂ ਬੋਲ ਕੇ ਪੜ੍ਹ ਰਹੇ ਹਾਂ, ਤੁਸੀਂ ਨਾ ਕਿਤੇ ਬੁਲਾਰੇ ਨੂੰ ਕਿਤੇ ਸਟੇਜ 'ਤੇ ਪ੍ਰੋਫੈਸ਼ਨਲ ਸਿੰਗਰ ਕਿਤੇ ਗਾਉਂਦੇ ਦੇਖੋ, ਤਾਂ ਉਹਨਾਂ ਜਿਹੜੇ ਜਾਂ ਕੋਈ ਕੀਰਤਨੀ ਹੋਣ ਤੋਂ ਕਹਿਣਗੇ ਆਵਾਜ਼ ਥੋੜ੍ਹੀ ਜਿਹੀ ਵਧਾ, ਆਵਾਜ਼ ਇੰਨੀ ਕਰਦੇ ਨੇ ਕਹਿੰਦੇ ਕਿ ਜਦੋਂ ਮੈਂ ਬੋਲਾਂ ਤਾਂ ਮੇਰੀ ਆਵਾਜ਼ ਮੈਨੂੰ ਸੁਣਨ ਲੱਗ ਪਏ। ਜਦੋਂ ਅਸੀਂ ਸਮਾਰਟ ਸਕੂਲਾਂ 'ਚ ਬੱਚਿਆਂ ਨੂੰ ਭੇਜਦੇ ਹਾਂ, ਉਹਦੇ 'ਚ ਕਹਿੰਦੇ ਇੱਕ ਸਮਾਰਟ ਕਲਾਸਿਸ ਹੈ, ਪਤਾ ਨਹੀਂ ਸਮਾਰਟ ਕਲਾਸ ਹੁੰਦੀਆਂ ਕਿ ਨਹੀਂ ਹੁੰਦੀਆਂ, ਪਰ ਬੋਰਡ ਬਾਹਰ ਜ਼ਰੂਰ ਲੱਗਾ ਹੁੰਦਾ ਵਾ। ਉਹਦੇ ਵਿੱਚ 2 ਤਰ੍ਹਾਂ ਦੀਆਂ ਏਡਸ ਵਰਤੀਆਂ ਜਾਂਦੀਆਂ ਵਾ ਕਿ ਬੱਚਾ ਦੇਖ ਵੀ ਰਿਹਾ ਵਾ ਅਤੇ ਬੱਚਾ ਸੁਣ ਵੀ ਰਿਹਾ ਵਾ। ਜਦੋਂ ਇੱਕ ਏਡ ਵਰਤੀ ਜਾਏਗੀ ਧਿਆਨ ਘੱਟ ਲੱਗੇਗਾ, ਤੁਸੀਂ ਇਕੱਲੀ ਬਾਣੀ ਸੁਣੀ ਜਾਂਦੇ ਹਾਂ ਜਾਂ ਇਕੱਲੀ ਬਾਣੀ ਪੜ੍ਹੀ ਜਾਂਦੇ ਹਾਂ, ਤੁਹਾਡਾ ਧਿਆਨ ਉਹਨਾਂ ਨਹੀਂ ਲੱਗੇਗਾ। ਜਦੋਂ ਅਸੀਂ ਬਾਣੀ ਨੂੰ ਬੋਲ ਵੀ ਰਹੇ ਹਾਂ ਅਤੇ ਜਦੋਂ ਬੋਲ ਕੇ ਨਾਲ ਸੁਣ ਵੀ ਰਹੇ ਹਾਂ, ਮਤਲਬ ਸਾਡੇ ਕੰਨ ਵੀ ਕੰਮ ਕਰ ਰਹੇ ਨੇ, ਸਾਡੀ ਜੀਭ ਵੀ ਕੰਮ ਕਰ ਰਹੀ। ਸੋ ਪਹਿਲੀ ਆਉਂਦੀ ਹੈ ਬਾਣੀ ਬੋਲ ਬੋਲ ਕੇ, ਦੂਜਾ ਹੈਗਾ ਹੈ ਕਿ ਬਾਣੀ ਰੁਕ ਰੁਕ ਕੇ ਪੜ੍ਹੀਏ, ਵਿਸ਼ਰਾਮ ਲੈ ਕੇ ਪੜ੍ਹੀਏ, ਤੀਜਾ ਹੈਗਾ ਵਾ ਕਿ ਬਾਣੀ ਨੂੰ ਸਮਝ ਸਮਝ ਕੇ ਪੜ੍ਹੀਏ, ਚੌਥਾ ਬਾਣੀ ਨੂੰ ਖੁਸ਼ ਹੋ ਕੇ ਪੜ੍ਹੀਏ, ਐਣਾ ਲੱਗੇ ਕਿ ਕਿਸੇ ਨੇ ਬੰਨ੍ਹ ਕੇ ਬਿਠਾਇਆ ਵਾ, ਅਤੇ ਪੰਜਵਾਂ ਬਾਣੀ ਨੂੰ ਵਾਰ ਵਾਰ ਪੜ੍ਹੀਏ, ਉਹਦੇ ਨਾਲ ਸਾਨੂੰ ਬਾਣੀ ਦਾ ਆਨੰਦ ਜਿਹੜਾ ਉਹ ਆਉਣ ਲੱਗ ਪੈਂਦਾ। ਧੰਨਵਾਦ ਵੀਰ ਜੀ। ਮੈਂ ਸੰਗਤ ਵੱਲੋਂ ਫਿਰ ਬੇਨਤੀ ਕਰਦੀ ਹਾਂ, ਅਗਰ ਸੰਗਤ ਦਾ ਪਹਿਲਾਂ ਕੋਈ ਸਵਾਲ ਹੈਗਾ
ਆਪਦੇ ਸੀਟ 'ਤੇ ਖੜ੍ਹੇ ਹੋ ਕਰ ਪੁੱਛ ਸਕਦੇ ਹੋ ਜੀ, ਜਾਂ ਲਿਖਤੀ ਰੂਪ ਵਿੱਚ ਵੀ ਅੱਗੇ ਭੇਜ ਸਕਦੇ ਹੋ। ਠੀਕ ਹੈ ਵੀਰ ਜੀ, ਫਿਰ ਮੈਂ ਅਗਲਾ ਸਵਾਲ ਪੁੱਛ ਲੈਂਦੀ ਹਾਂ। ਵੀਰ ਜੀ, ਅੱਜ ਕੱਲ੍ਹ ਸਮਾਜ ਵਿੱਚ ਮੋਬਾਈਲ ਦੀ ਬਹੁਤ ਵਰਤੋਂ ਹੋਣ ਲੱਗੀ ਹੈ, ਇਸ ਦੇ ਫਾਇਦੇ ਵੀ ਬਹੁਤ ਹਨ ਅਤੇ ਨੁਕਸਾਨ ਵੀ। ਸਭ ਤੋਂ ਵੱਡਾ ਅਸਰ ਫੈਮਿਲੀ ਰਿਲੇਸ਼ਨਸ ਦੇ ਉੱਪਰ ਹੋ ਰਿਹਾ ਹੈ, ਇੱਕ ਦੂਜੇ ਨੂੰ ਇਗਨੋਰ ਕਰ ਰਹੇ ਨੇ, ਮੋਬਾਈਲ 'ਤੇ ਬਿਜ਼ੀ ਰਹਿੰਦੇ ਹਨ, ਜਿਸ ਕਰਕੇ ਇੱਕ ਘਰ ਵਿੱਚ ਰਹਿੰਦਿਆਂ ਮਨ ਕਰਕੇ ਦੂਜੇ ਤੋਂ ਦੂਰ ਹੁੰਦੇ ਰਹਿੰਦੇ ਹਨ। ਹੁਣ ਰਿਲੇਸ਼ਨਸ ਨੂੰ ਮਜ਼ਬੂਤ ਰੱਖਣ ਲਈ ਸੁਝਾਅ ਦਿਓ ਜੀ। ਮੋਬਾਈਲ ਅਤੇ ਟੀਵੀ ਇਹ ਸਾਡੀਆਂ ਦੋ ਈਵੈਂਟਸ ਆ ਗਈਆਂ ਜੀ ਸਮਾਜ ਦੇ ਵਿੱਚ, ਅਤੇ ਹਰ ਇੱਕ ਬੰਦਾ ਪਰੇਸ਼ਾਨ ਵੀ ਬਹੁਤ ਹੈ ਕਿ ਬੱਚੇ ਬਹੁਤ ਮੋਬਾਈਲ ਦੇਖਦੇ ਨੇ, ਬੱਚੇ ਬਹੁਤ ਟੀਵੀ ਦੇਖਦੇ ਨੇ। ਮੈਂ ਇੱਕ ਕਹਾਣੀ ਪੜ੍ਹੀ ਸੀ, ਉਹਨੂੰ ਜ਼ਿਆਦਾ ਗੱਲ ਸੌਖੀ ਸਮਝ ਆਏਗੀ। ਇੱਕ ਵਾਰੀ ਮੰਮੀ ਨਾ ਆਪਣੇ ਪੀ ਟੀ ਐੱਮ 'ਤੇ ਜਾਂਦੀ ਪੇਰੈਂਟ ਟੀਚਰ ਮੀਟਿੰਗ 'ਤੇ, ਅਤੇ ਦਿਮਾਗ ਆਉਂਦੇ ਕਿ ਪ੍ਰਿੰਸੀਪਲ ਨੂੰ ਮਿਲ ਲਵਾਂ। ਪ੍ਰਿੰਸੀਪਲ ਨੂੰ ਮਿਲ ਕੇ ਇੱਕ ਸ਼ਿਕਾਇਤ ਕਰਨੀ ਸੀ ਬੱਚੇ ਦੀ ਕਿ ਬੱਚਾ ਖੱਟ ਮਿੱਠਾ ਬਹੁਤ ਖਾਂਦਾ ਜੀ, ਸ਼ੂਗਰ ਬਹੁਤ ਲੈਂਦਾ ਹੈ, ਸਵੀਟਸ ਬਹੁਤ ਖਾਂਦਾ ਹੈ। ਪ੍ਰਿੰਸੀਪਲ ਕਹਿੰਦੇ ਮੈਮ ਤੁਸੀਂ ਨਾ 15 ਦਿਨਾਂ ਬਾਅਦ ਆਇਓ। 15 ਦਿਨਾਂ ਬਾਅਦ ਉਹ ਦੁਬਾਰਾ ਜਾਂਦੇ ਆ, ਬੱਚੇ ਨੂੰ ਬੁਲਾਉਂਦੇ ਨੇ ਪ੍ਰਿੰਸੀਪਲ ਕਮਰੇ ਦੇ ਵਿੱਚ, ਨਾਮ ਪੁੱਛਿਆ ਬੱਚੇ ਨੇ, ਬੇਟਾ ਕੀ ਨਾਮ ਹੈ, ਕਿੱਦਾਂ, ਹਾਂਜੀ ਮੈਂ ਨਾਮ ਦੱਸਿਆ, ਬੇਟੇ ਪੜ੍ਹਾਈ ਕਿਵੇਂ ਚੱਲ ਰਹੀ, ਵਧੀਆ ਚੱਲ ਰਹੀ ਆ, ਬੇਟੇ ਮੰਮਾ ਨੇ ਦੱਸਿਆ ਸੀ ਕਿ ਤੁਸੀਂ ਸ਼ੂਗਰ ਬਹੁਤ ਖਾਂਦੇ ਆ, ਸਵੀਟਸ ਬਹੁਤ ਖਾਂਦੇ ਆ, ਸਵੀਟਸ ਖਾਣ ਦੇ ਨਾਲ ਆ ਪ੍ਰੋਬਲਮ ਆ ਜਾਂਦੀ ਹੈ, ਤੁਸੀਂ ਬੇਟੇ ਇੰਨੀ ਸਵੀਟ ਨਾ ਖਾਇਆ ਕਰੋ, ਪ੍ਰੋਮਿਸ ਕਰੋਗੇ ਇੱਕ ਵਾਰ ਨਹੀਂ ਖਾਓਗੇ, ਨਹੀਂ ਸਰ ਪ੍ਰੋਮਿਸ ਨਹੀਂ ਖਾਵਾਂਗਾ। ਮੰਮੀ ਨੂੰ ਬੜਾ ਗੁੱਸਾ ਚੜ੍ਹਦਾ ਵਾ, ਕਿਆ ਗੱਲ ਦਾ ਉਦੋਂ ਨਹੀਂ ਕਹਿ ਸਕਦਾ ਸੀ। ਉਹ ਕਹਿੰਦਾ ਕਹਿੰਦੀ ਸਰ ਤੁਸੀਂ ਮੇਰੇ 15 ਦਿਨਾਂ ਬਾਅਦ ਮੇਰਾ ਟਾਈਮ ਬਰਬਾਦ ਕੀਤਾ ਸੀ, ਦੋਵੇਂ ਜਣੇ ਜਿੱਦੇ ਜਲਦੀ ਛੁੱਟੀ ਲੈ ਕੇ ਆਏ, ਤੁਸੀਂ ਗੱਲ ਉਦੋਂ ਨਹੀਂ ਕਹਿ ਦਿੰਦੇ। ਕਹਿੰਦੇ ਮੈਂ ਕਦੇ ਵੀ ਗੱਲ ਕੋਈ ਮੂੰਹੋਂ ਨਹੀਂ ਕਹਿੰਦਾ ਹੁੰਦਾ, ਮੈਂ ਜਿਹੜੀ ਗੱਲ ਵੀ ਕਹਿੰਦਾ ਵਾ ਉਹ ਦਿਲੋਂ ਕਹਿੰਦਾ ਵਾ। ਕਹਿੰਦੇ 15 ਦਿਨਾਂ ਪਹਿਲਾਂ ਤੱਕ ਗੰਢ ਮੰਮੀ ਬਹੁਤ ਖਾਂਦਾ ਹੁੰਦਾ ਸੀ, ਹੁਣ 15 ਦਿਨਾਂ ਦੇ ਵਿੱਚ ਆਦਤ ਛੱਡੀ ਹੋਈ ਹੈ ਅਤੇ ਹੁਣ ਮੈਂ ਤਾਂ ਕਹਿਣ ਜੋਗਾ ਬਣਿਆ। ਹੁਣ ਦੇਖੋ ਸਾਡੀ ਸਮੱਸਿਆ ਕੀ ਹੈ ਕਿ ਮੰਮੀ ਡੈਡੀ ਨੇ ਹੱਥ ਦੇ ਵਿੱਚ ਮੋਬਾਈਲ ਫੜਿਆ ਹੋਇਆ ਵਾ ਅਤੇ ਬੱਚੇ ਨੂੰ ਕਹਿ ਰਿਹਾ ਕਿ ਤੂੰ ਮੋਬਾਈਲ ਨਾ ਦੇਖ ਜਾ ਕਰ। ਕਿਵੇਂ ਹੋਏਗਾ ਵੀ ਤੁਸੀਂ, ਅੱਛਾ ਤੁਸੀਂ ਟੀਵੀ ਦੇ ਅੱਗੇ ਬੈਠੇ ਹੋਏ ਆ ਕਿ ਮੇਰਾ ਸੀਰੀਅਲ ਬਹੁਤ ਪਸੰਦ ਦਾ ਵਾ, ਬੇਟੇ ਮੈਂ ਟੀਵੀ ਦੇਖਣਾ ਵਾ ਤਾਂ ਤੂੰ ਅੰਦਰ ਚੱਲ ਜਾ ਕੇ ਪੜ੍ਹ। ਉਹ ਕਹਿੰਦਾ ਵੀ ਤੁਸੀਂ ਕਿਉਂ ਵੇਖਦੇ ਆ, ਜਦੋਂ ਤੇਰੇ ਜਿੰਡੇ ਹੁੰਦੇ ਸੀ ਨਾ ਉਹ ਟੀਵੀ ਹੁੰਦਾ ਹੀ ਨਹੀਂ ਸੀ, ਅਸੀਂ ਤਾਂ ਹੁਣ ਹੀ ਦੇਖਣ ਲੱਗੇ ਹਾਂ। ਦੇਖੋ ਬੱਚੇ ਕਦੇ ਵੀ ਉਹ ਕੰਮ ਨਹੀਂ ਕਰਦੇ ਜਿਹੜੇ ਕੰਮ ਕਰਨ ਲਈ ਉਹਨਾਂ ਨੂੰ ਕਿਹਾ ਜਾਵੇ, ਬੱਚੇ ਉਹ ਕੰਮ ਕਰਦੇ ਨੇ ਜਿਹੜੇ ਕੰਮ ਉਹ ਕਰਦੇ ਹੋਏ ਆਪਣੇ ਮੰਮੀ ਡੈਡੀ ਨੂੰ ਦੇਖਦੇ ਨੇ। ਪਿੱਛੇ ਜਿਹੇ ਇੱਕ ਸਟੋਰੀ ਬੜੀ ਮਸ਼ਹੂਰ ਹੋਈ ਸੀ, ਕੋਈ ਲੇਡੀ ਟ੍ਰੇਨ 'ਤੇ ਸਫ਼ਰ ਕਰ ਰਹੀ ਹੈ, ਉਹਦੀ ਬੱਚੀ ਹੈ ਨਾਲ 10 ਸਾਲਾਂ ਦੀ, ਦੋਵੇਂ ਮਾਂ ਬੇਟੀਆਂ ਕਿਤਾਬਾਂ ਪੜ੍ਹ ਰਹੀਆਂ ਨੇ। ਕਿਸੇ ਪੈਸੰਜਰ ਨੇ ਪੁੱਛਿਆ ਕਿ ਇੱਡੀ ਛੋਟੀ ਬੱਚੀ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਕਿਵੇਂ ਪਾ ਲਿਆ। ਕਹਿੰਦੇ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਵਿਹਲੇ ਟਾਈਮ 'ਚ ਜੋ ਵੀ ਕੰਮ ਕੀਤਾ ਸਿਰਫ ਕਿਤਾਬਾਂ ਪੜ੍ਹਨ ਦਾ ਕੀਤਾ ਵਾ, ਅਤੇ ਮੈਨੂੰ ਵੇਖ ਕੇ ਮੇਰੇ ਬੱਚੇ ਵੀ ਕਿਤਾਬਾਂ ਪੜ੍ਹਦੇ ਨੇ। ਸਮੱਸਿਆ ਬਹੁਤ ਵੱਡੀ ਹੈ, ਪਰ ਸੈਕਰੀਫਾਈਸ ਕਿੱਥੋਂ ਸ਼ੁਰੂ ਕਰਨਾ ਪਾਇਆ, ਜਿਵੇਂ ਕਹਿੰਦੇ ਇੰਪਰੂਵਮੈਂਟ ਲਿਆਉਣੀ ਘਰ ਦੇ ਵਿੱਚ, ਅਤੇ ਇੰਪਰੂਵਮੈਂਟ ਦਾ ਪਹਿਲਾ ਅਸਰ ਕੀ ਹੈ, ਆਈ। ਆਈ ਦਾ ਮਤਲਬ ਮੇਰੇ ਤੋਂ, ਮੈਨੂੰ ਹੁਣ ਜੀਓ ਦਾ ਕਨੈਕਸ਼ਨ ਬੰਦ ਕਰਾਉਣਾ ਪੈਣਾ ਵਾ ਜੇ ਮੈਂ ਚਾਹੁੰਦਾ ਵਾ ਕਿ ਮੇਰਾ ਬੱਚਾ ਮੋਬਾਈਲ ਨਾ ਵੇਖਿਆ ਕਰੇ, ਜੇ ਮੈਂ ਚਾਹੁੰਦਾ ਵਾ ਕਿ ਸਾਡੇ ਘਰ ਦੇ ਵਿੱਚ ਟੀ ਵੀ ਨਾ ਚੱਲੇ, ਸਾਡਾ ਜਾਂ ਤਾਂ ਫਿਰ ਕੇਬਲ ਦਾ ਕਨੈਕਸ਼ਨ ਕੱਟਿਆ ਜਾਵੇ, ਜਾਂ ਸਾਡਾ ਰੂਲ ਬਣ ਜਾਵੇ ਕਿ 1/2 ਘੰਟਾ ਹੀ ਟੀ ਵੀ ਚੱਲੇਗਾ, ਸਾਰਾ ਪਰਿਵਾਰ ਤਾਂ ਜਿਹੜਾ ਸੀਰੀਅਲ ਵੇਖਿਆ ਜਾਣਾ ਵਾ ਉਹ ਬੱਚੇ ਦੀ ਪਸੰਦ ਦਾ ਹੋ ਸਕਦਾ ਵਾ।
ਤੇ ਜੇ ਅਸੀਂ ਸਾਰਾ ਪਰਿਵਾਰ ਆਪਣੇ ਡਾਇਨਿੰਗ ਟੇਬਲ ਤੇ ਆਪਣਾ ਆਪਣਾ ਮੋਬਾਈਲ ਲੈ ਕੇ ਬੈਠੇ ਹੋਏ ਆ ਤੇ ਬੱਚੇ ਨੂੰ ਐਕਸਪੈਕਟ ਕਰਦੇ ਆ ਕਿ ਬੇਟੇ ਤੂੰ ਮੋਬਾਈਲ ਨਾ ਵੇਖਿਆ ਕਰ, ਇਹ ਨਹੀਂ ਹੋ ਸਕਦਾ। ਸੋ ਬੱਚੇ ਨੂੰ ਸਾਨੂੰ ਕੋਈ ਅਲਟਰਨੇਟਿਵ ਦੇ, ਦੂਜੀ ਗੱਲ ਕਿ ਬੱਚੇ ਨੂੰ ਕੋਈ ਅਲਟਰਨੇਟਿਵ ਦੇਣਾ ਪਏਗਾ। ਵਿਹਲੇ ਟਾਈਮ ਕਰੇ ਕੀ? ਹੁਣ ਬੱਚਾ ਬਾਹਰ ਜਾ ਨਹੀਂ ਸਕਦਾ, ਗਰਮੀ ਬਹੁਤ ਹੈ, ਖੇਡੇਗਾ ਕੀ ਜਾ ਕੇ? ਘਰ 'ਚੋਂ ਇਕੱਲਾ ਕਰ ਕੁਛ ਨਹੀਂ ਸਕਦਾ, ਉਹਦੇ ਨਾਲ ਤੁਹਾਨੂੰ ਬੱਚੇ ਮੰਨਣਾ ਪਏਗਾ। ਉਹ ਕਹਿੰਦਾ ਮੈਂ ਕੈਰਮ ਬੋਰਡ ਖੇਡਣਾ, ਬੈਠੋ ਫਿਰ ਕੈਰਮ ਬੋਰਡ ਲੈ ਕੇ ਨਾਲ ਬੈਠੋ, ਵਿਹਲੇ ਟਾਈਮ ਤੁਸੀਂ ਵੀ, ਤੁਹਾਡਾ ਵੀ ਟਾਈਮ ਪਾਸ ਹੋਏਗਾ, ਉਹਦਾ ਵੀ ਟਾਈਮ ਪਾਸ ਹੋਏਗਾ। ਸੋ ਜਦੋਂ ਅਸੀਂ ਬੱਚਿਆਂ ਦੇ ਨਾਲ ਪੂਰੀ ਤਰ੍ਹਾਂ ਇੱਕ ਤਰ੍ਹਾਂ ਤੁਹਾਡੇ ਫਰੈਂਡ ਬਣ ਜਾਵਾਂਗੇ, ਉਹਨਾਂ ਦੇ ਨਾਲ ਸ਼ਾਮਿਲ ਹੋ ਜਾਵਾਂਗੇ, ਤਾਂ ਬੱਚੇ ਕੁਦਰਤੀ ਗੱਲ ਹੈ ਉਹ ਆਦਤ ਛੱਡ ਜਾਣਗੇ। ਪਹਿਲਾਂ ਤੁਹਾਨੂੰ ਆਪਣੀਆਂ ਛੱਡਣੀਆਂ ਪੈਣਗੀਆਂ। ਅਗਰ ਕੋਈ ਜੋ ਪਹਿਲਾਂ ਬੈਸਟ ਫਰੈਂਡ ਸੀ ਤੇ ਹੁਣ ਬਹੁਤ ਚੰਗੀ ਤਰ੍ਹਾਂ ਬੁਲਾਉਂਦਾ ਨਹੀਂ ਹੈ, ਅਸੀਂ ਆਪਣੇ ਆਪ ਵਿੱਚ ਜੋ ਬਦਲਾਅ ਕਰੀਏ ਕਿ ਸਾਡੇ ਕੰਮ ਤੇ ਬੱਚੇ ਨੇ ਕਿਹਾ ਕਿ ਬੈਸਟ ਫਰੈਂਡ ਸੀ ਹੁਣ ਬੁਲਾਉਂਦਾ ਨਹੀਂ ਹੈ, ਇਹਦਾ ਪਤਾ ਬੱਚੇ ਦੇ ਮਨ 'ਚ ਤੁਹਾਡੇ ਪ੍ਰਤੀ ਕੋਈ ਗਲਤ ਫਹਿਮੀ ਹੈ। ਅਤੇ ਇਹਦਾ ਤਾਂ ਬੜਾ ਸੌਖਾ ਜਿਹਾ ਇਲਾਜ ਹੁੰਦਾ ਵਾ ਵੀ ਉਹਨੂੰ ਕੋਲ ਬਿਠਾਈਏ ਅਤੇ ਕੋਲ ਬਿਠਾ ਕੇ ਉਹਨੂੰ ਪੁੱਛੀਏ, ਜਾਂ ਕੋਈ ਜਿਹੜਾ ਸਾਡਾ ਸਾਂਝਾ ਕੋਈ ਮੰਮੀ ਪਾਪਾ ਦੇ ਰਿਲੇਸ਼ਨ 'ਚ ਕੋਈ ਜਿਹੜਾ ਸਾਂਝਾ ਫਰੈਂਡ ਹੈ ਕੋਈ, ਉਹਦੇ ਕੋਲ ਗੱਲ ਪਹੁੰਚਾਈਏ, ਉਹਨੂੰ ਪੁੱਛੇ। ਕਿਉਂਕਿ ਜਦੋਂ ਗਲਤ ਫਹਿਮੀਆਂ ਹੁੰਦੀਆਂ ਨੇ, ਛੋਟੀ ਛੋਟੀ ਗੱਲਾਂ ਤੋਂ ਹੁੰਦੀਆਂ ਨੇ, ਉਹਨੂੰ ਹੋ ਸਕਦਾ ਸੀ ਕਿਸੇ ਵੇਲੇ ਮਜ਼ਾਕ 'ਚ ਕੋਈ ਇਹੋ ਜਿਹੀ ਗੱਲ ਕਹਿ ਦਿੱਤੀ ਹੋਵੇ ਕਿ ਜਿਹੜੀ ਉਹਨੂੰ ਚੁੱਭ ਗਈ ਹੋਵੇ ਅਤੇ ਉਹਨੇ ਉਸ ਤੋਂ ਬਾਅਦ ਬੁਲਾਉਣਾ ਬੰਦ ਕਰ ਦਿੱਤਾ। ਸੋ ਬੜਾ ਸੌਖਾ ਜਿਹਾ ਕੰਮ ਹੈ, ਉਹਦਾ ਜਿਹੜਾ ਕਾਰਨ ਹੈ ਉਹ ਲੱਭਿਆ ਜਾਵੇ ਅਤੇ ਉਸ ਤੋਂ ਬਾਅਦ ਬੜੀ ਇਮਾਨਦਾਰੀ ਦੇ ਨਾਲ ਜੇ ਸਾਨੂੰ ਵਾਕਿਆ ਲੱਗਦਾ ਵਾ ਕਿ ਉਹ ਸਾਡੀ ਗੱਲ ਗਲਤ ਸੀ, ਤਾਂ ਸਾਨੂੰ ਬੜੇ ਖੁੱਲ੍ਹੇ ਦਿਲ ਦੇ ਨਾਲ ਉਹਦੇ ਤੋਂ ਮਾਫ਼ੀ ਮੰਗ ਕੇ ਆਪਣੇ ਰਿਲੇਸ਼ਨ ਨੂੰ ਅੱਗੇ ਲੈ ਜਾਣਾ ਚਾਹੀਦਾ। ਧੰਨਵਾਦ ਵੀਰ ਜੀ। ਵੀਰ ਜੀ, ਸਾਡੇ ਕੋਲ ਕੁਐਸਚਨਸ ਲਿਖਤੀ ਰੂਪ ਵਿੱਚ ਵੀ ਆਉਣਾ ਸ਼ੁਰੂ ਹੋ ਗਏ ਹਨ, ਪਰ ਪਹਿਲਾਂ ਮੈਂ ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਕੋਈ ਅਗਰ ਸਵਾਲ ਪੁੱਛਣਾ ਚਾਹੁੰਦੇ ਹਨ ਉੱਥੇ ਖੜ੍ਹੇ ਹੋ ਕੇ ਪੁੱਛ ਸਕਦੇ ਹਨ ਜੀ। ਹਾਂਜੀ ਵੀਰ ਜੀ, ਉਹ ਸਵਾਲ ਹੈ ਉਹਨਾਂ ਦਾ ਵੀਰ ਜੀ। ਠੀਕ ਹੈ ਵੀਰ ਜੀ, ਵੀਰ ਜੀ ਲਿਖਤੀ ਰੂਪ ਵਿੱਚ ਇੱਕ ਸਵਾਲ ਆਇਆ ਹੈ, ਕਿਸੇ ਦੀ ਈਰਖਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਸਾਡਾ ਵਿਵਹਾਰ ਕਿਵੇਂ ਉਹ ਜਿਹਾ ਹੋਵੇ? ਦੇਖੋ ਜਿਹੜਾ ਹੈ ਕਿ ਕਿਸੇ ਦੀ ਈਰਖਾ ਤੋਂ ਕਿਵੇਂ ਬਚਿਆ ਜਾ ਸਕਦਾ ਵਾ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕਿਸੇ ਨੂੰ ਬਦਲ ਨਹੀਂ ਸਕਦੇ, ਇਹ ਉਮੀਦ ਕਰਨੀ ਕਿ ਕੋਈ ਬਦਲ ਜਾਵੇ। ਤਾਂ ਅਸੀਂ ਕਿਵੇਂ ਵਿਵਹਾਰ ਕਰਨਾ ਵਾ? ਗੁਰਬਾਣੀ 'ਚ ਨਾ ਇੱਕ ਭਗਤ ਕਬੀਰ ਜੀ ਦੇ ਜੀਵਨ ਦੀ ਸਾਖੀ ਹੁੰਦੀ ਹੈ, ਕਹਿੰਦੇ ਭਗਤ ਕਬੀਰ ਜੀ ਉਹਨਾਂ ਦੇ ਇਲਾਕੇ 'ਚ ਇੱਕ ਸੰਤ ਆ ਗਿਆ, ਕੋਈ ਸਾਧੂ ਆ ਗਿਆ, ਤਾਂ ਉਹਨੇ ਭਗਤ ਕਬੀਰ ਨੂੰ ਬੜੀਆਂ ਗਾਲਾਂ ਕੱਢਿਆ ਕਰਨੀਆਂ ਸਟੇਜ ਦੇ ਉੱਤੇ ਬੈਠ ਕੇ, ਅਤੇ ਭਗਤ ਕਬੀਰ ਜੀ ਨੂੰ ਕਿਸੇ ਨੇ ਦੱਸਿਆ ਕਿ ਭਗਤ ਜੀ ਉਹ ਬੰਦਾ ਆਉਂਦਾ ਤੁਹਾਨੂੰ ਬੜੀਆਂ ਗਾਲਾਂ ਕੱਢਦਾ ਵਾ। ਭਗਤ ਕਬੀਰ ਜੀ ਨੇ ਇੱਕ ਦਿਨ ਆਪਣੇ ਬੇਟੇ ਨੂੰ ਭੇਜਿਆ ਵੀ ਬੇਟੇ ਜਾ ਕੇ ਸੁਣ ਕੇ ਆਵੇਂ। ਉਹ ਥੋੜ੍ਹੀ ਦੇਰ ਬੈਠਾ, ਕਹਿੰਦਾ ਪਾਪਾ ਕੋਈ ਪ੍ਰਵਚਨ ਨਾ ਦੀ ਤਾਂ ਚੀਜ਼ ਲੈਣੀ, ਸਿਰਫ ਉਹ ਤੁਹਾਨੂੰ ਗਾਲਾਂ ਹੀ ਕੱਢਦਾ ਵਾ। ਭਗਤ ਕਬੀਰ ਜੀ ਅਗਲੇ ਦਿਨ ਕਹਿੰਦਾ ਕਿ ਤੂੰ ਨਾ ਉਹਦੇ ਲਈ ਭੋਜਨ ਵੀ ਲੈ ਕੇ ਜਾਇਆ ਕਰ। ਉਹ ਭੋਜਨ ਲੈ ਗਿਆ, ਪ੍ਰਵਚਨ ਸਾਧੂ ਨੇ ਬੋਲੇ ਵਚਨ, ਅਤੇ ਉਸ ਤੋਂ ਬਾਅਦ ਉਹਨੇ ਭੋਜਨ ਛਕਾਇਆ। ਦੋ ਤਿੰਨ ਦਿਨ ਐਂ ਕਰਦੇ ਰਹੇ, ਚੌਥੇ ਦਿਨ ਭਗਤ ਕਬੀਰ ਜੀ ਕਹਿੰਦੇ ਵੀ ਤੂੰ ਨਾ ਅੱਜ ਤੁਸੀਂ ਬਸਤਰ ਵੀ ਲੈ ਕੇ ਜਾਵੀ। ਉਹ ਬਸਤਰ ਵੀ ਲੈ ਗਿਆ ਅਗਲੇ ਦਿਨ, ਅਤੇ ਭਗਤ ਕਬੀਰ ਜਦੋਂ ਉਹਨੇ ਸਾਰੀ ਗੱਲਬਾਤ ਖਤਮ ਕੀਤੀ, ਭੋਜਨ ਛਕਿਆ, ਬਸਤਰ ਪਾਏ ਜਾਵੇ, ਕਹਿੰਦੇ ਬੇਟਾ ਤੇਰਾ ਨਾਮ ਕੀ ਹੈ? ਆਪਣਾ ਨਾਮ ਦੱਸਦਾ ਕਮਾਲ ਸਿੰਘ ਦਾ। ਕਹਿੰਦੇ ਤੇਰਾ ਪਿੰਡ ਕਿਹੜਾ ਹੈ? ਪਿੰਡ ਦੱਸਦਾ ਹੈ। ਤੇਰੇ ਪਿਤਾ ਜੀ ਦਾ ਨਾਮ ਕੀ ਹੈ? ਕਹਿੰਦੇ ਜੀ ਮੇਰੇ ਪਿਤਾ ਜੀ ਦਾ ਨਾਮ ਕਬੀਰ ਹੈ। ਕਹਿੰਦੇ ਉਹ ਕਬੀਰ
ਕਬੀਰ ਕਹਿੰਦੀ ਹੈ ਜਿਹੜਾ ਭਗਤ ਕਬੀਰ ਹੈ, ਕਹਿੰਦੇ ਜੀ ਉਹੀ ਭਗਤ ਕਬੀਰ ਹੈ। ਭਗਤ ਕਬੀਰ ਦਾ ਤੂੰ ਬੇਟਾ ਵਾ, ਤੇਰੀ ਆਪਣੇ ਪਿਓ ਨਾਲ ਬਣਦੀ ਨਹੀਂ ਹੈ? ਕਹਿੰਦਾ ਜੀ ਬਹੁਤ ਬਣਦੀ, ਮੈਂ ਬੜਾ ਸਤਿਕਾਰ ਕਰਦਾ ਵਾਂ। ਕਹਿੰਦਾ ਵੀ ਜਿਹੜਾ ਤੂੰ ਕੱਪੜੇ ਲੈ ਕੇ ਆਉਣਾ ਵਾ ਜਾਂ ਭੋਜਨ ਲੈ ਕੇ ਆਇਆ ਵਾ, ਦੱਸ ਕੇ ਆਇਆ ਉਹਨਾਂ ਨੂੰ, ਤੂੰ ਵੈਸੇ ਲੈ ਕੇ ਆ ਗਿਆ? ਕਹਿੰਦਾ ਜੀ ਉਹਨਾਂ ਨੇ ਆਪ ਹੀ ਭੇਜੇ ਨੇ। ਕਹਿੰਦਾ ਵੀ ਤੇਰਾ ਬਾਪ ਬੜੀ ਕਮਾਲ ਦੀ ਚੀਜ਼ ਹੈ, ਕਿ ਮੈਂ ਗਾਲਾਂ ਕੱਢੀ ਜਾਂਦਾ ਵਾਂ ਅਤੇ ਉਹ ਮੇਰੇ 'ਤੇ ਫਿਰ ਵੀ ਪਰਉਪਕਾਰ ਕਰੀ ਜਾਂਦੇ ਨੇ। ਕਹਿੰਦੇ ਮੇਰੇ ਪਿਤਾ ਜੀ ਇੱਕ ਗੱਲ ਸਮਝਾਉਂਦੇ ਨੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਦੁਹਾਵੇ। ਬਸ ਇੱਥੇ ਅਸੀਂ ਆਪਣੇ ਪੱਲੇ ਬੰਨ ਕੇ ਰੱਖਣੀ ਹੈ ਕਿ ਕੋਈ ਸਾਡੇ ਨਾਲ ਈਰਖਾ ਕਰੀ ਜਾਂਦਾ। ਹਾਂ, ਕਈ ਵਾਰੀ ਹੁੰਦਾ ਕੀ ਹੈ, ਜਦੋਂ ਸਾਡੇ ਨਾਲ ਕੋਈ ਈਰਖਾ ਕਰਦਾ ਹੈ ਨਾ, ਅਸੀਂ ਜਾਣ ਬੁੱਧ ਕੇ ਉਹਨੂੰ ਰਿਐਕਸ਼ਨ ਕਰਦੇ ਹਾਂ ਵੀ ਤੈਨੂੰ ਚਰਾਉਣਾ ਹੈ। ਸਾਡੇ ਗੁਣਾਂ ਦੇ ਵਿੱਚ, ਸਾਡੇ ਵਿਵਹਾਰ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਅਤੇ ਕੋਈ ਈਰਖਾ ਤਾਂ ਲੋਕ ਕਰਦੇ ਰਹੇ ਨੇ, ਗੁਰੂ ਨਾਨਕ ਪਾਤਸ਼ਾਹ ਨਾਲ ਵੀ ਕਰਦੇ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਕਰਦੇ ਰਹੇ ਨੇ, ਸਾਡੇ ਨਾਲ ਵੀ ਕਰਦੇ ਨੇ। ਬਸ ਅਸੀਂ ਸੋਚੀਏ ਕਿ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਮਾਰਗ ਦੱਸਿਆ ਸੀ ਜੀਵਨ ਜਿਉਣ ਦਾ, ਹੁਣ ਜਿਉਂ ਹੀ ਅੰਦਰ ਉਹ ਫਾਇਦਾ ਪਤਾ ਕੀ ਹੋਏਗਾ? ਜੇ ਅਸੀਂ ਆਪਣਾ ਮਾਰਗ ਨਹੀਂ ਬਦਲ ਰਹੇ, ਅਸੀਂ ਆਪਣਾ ਮਾਰਗ ਗੁਰੂ ਦੇ ਮਾਰਗ ਵਾਲਾ ਰੱਖਿਆ ਹੈ ਵਾ, ਕਿਸੇ ਦੀ ਕਿਰਪਾ ਕਰਕੇ ਨਾਲ ਸਾਨੂੰ ਪਰੇਸ਼ਾਨੀ ਨਹੀਂ ਹੋਏਗੀ। ਅਤੇ ਜੇ ਅਸੀਂ ਆਪਣਾ ਗੁਣ ਗਵਾ ਦਿੱਤਾ, ਫਿਰ ਉਹ ਤਾਂ ਪਰੇਸ਼ਾਨ ਹੈਗਾ ਹੀ ਹੈਗਾ ਸੀ, ਅਸੀਂ ਵੀ ਉਹਦੇ ਨਾਲ ਪਰੇਸ਼ਾਨ ਹੋਣਾ ਸ਼ੁਰੂ ਹੋ ਗਏ। ਵੀਰ ਜੀ ਦੋ ਸਵਾਲ ਨੇ ਪਲੀਜ਼। ਮੈਂ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰਾ ਸਵਾਲ ਹੈ ਕਿ ਜਿਵੇਂ ਆਪਾਂ ਹਰ ਰੋਜ਼ ਸਕੂਲ ਜਾਂਦੇ ਹਾਂ, ਕਲਾਸ 'ਚ ਜਾਂਦੇ ਹਾਂ, ਉਦੋਂ ਮੈਮ ਇੱਕ ਥੋਟ ਲੱਗਦੀ ਹੈ, ਗੋਡ ਇਜ਼ ਵਨ। ਫਿਰ ਅਗਲੇ ਦਿਨ ਜਾਂਦੇ ਹਾਂ, ਉਦੋਂ ਮੈਮ ਲੱਗਦੇ ਹੈ ਥੋਟ, ਗੋਡ ਇਜ਼ ਐਵਰੀਵੇਅਰ, ਜੇ ਰੱਬ ਇੱਕ ਹੈ ਫਿਰ ਸਾਰੇ ਕਿਤੇ ਕਿਵੇਂ ਹੋ ਸਕਦਾ? ਮੇਰਾ ਸਵਾਲ ਇਹ ਹੈ। ਬਹੁਤ ਵਧੀਆ ਸਵਾਲ ਹੈ ਜੀ, ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਸਾਖੀ ਯਾਦ ਆ ਗਈ ਬਾਬਾ ਬੁੱਢਾ ਜੀ ਵਾਲੀ, ਕਿ ਇਹ ਬੱਚੀ ਛੋਟੀ ਜੀ ਹੈ ਅਤੇ ਸਵਾਲ ਇਹਨੇ ਬਹੁਤ ਵੱਡਾ ਕੀਤਾ ਹੋਇਆ ਹੈ। ਹਾਂ, ਮੈਂ ਕੋਸ਼ਿਸ਼ ਕਰਾਂਗਾ ਜੇ ਮੈਂ ਇਹਨੂੰ ਸਮਝਾ ਸਕਾਂ, ਕਿਉਂਕਿ ਇਹਦੀ ਉਮਰ ਦੇ ਹਿਸਾਬ ਦੇ ਨਾਲ ਸਵਾਲ ਬਹੁਤ ਵੱਡਾ ਹੈ। ਦੇਖੋ, ਪਰਮਾਤਮਾ ਇੱਕ ਹੈ, ਪਰ ਪਰਮਾਤਮਾ ਦਾ ਕੋਈ ਸਰੀਰ ਨਹੀਂ ਹੈ ਆਪਦਾ, ਦੋ ਸਰੂਪਾਂ 'ਚ ਆਉਂਦਾ, ਇੱਕ ਸਰਗਣ ਸਰੂਪ ਕਹਿੰਦੇ ਨੇ, ਇੱਕ ਨਿਰਗੁਣ ਸਰੂਪ ਕਹਿੰਦੇ ਨੇ। ਨਿਰਗੁਣ ਸਰੂਪ ਦੇ ਵਿੱਚ ਜਾਂ ਸਰਗਣ ਸਰੂਪ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਅਸੀਂ ਕਹਿੰਦੇ ਪਰਮਾਤਮਾ ਇੱਕ ਹੈ, ਪਰ ਉਹਦੀ ਨਾ ਕੋਈ ਸ਼ਕਲ ਹੈ, ਨਾ ਕੋਈ ਉਹਦਾ ਰੰਗ ਹੈ, ਨਾ ਉਹਦਾ ਰੂਪ ਹੈ। ਜਿਵੇਂ ਹਵਾ ਹੈ, ਹਵਾ ਸਾਰੇ ਪਾਸੇ ਫਿਲ ਰਹੀ ਹੋਈ ਹੈ। ਜਿਵੇਂ ਪਾਣੀ ਆ, ਪਾਣੀ ਬੜੀ ਥਾਂ 'ਤੇ ਬਹਿ ਜਾਂਦਾ ਵਾ, ਇਸੇ ਤਰੀਕੇ ਦੇ ਨਾਲ ਅਸੀਂ ਜਿੰਨੇ ਵੀ ਜੀਵ ਹਾਂ, ਸਾਰਿਆਂ ਦੇ ਵਿੱਚ ਮੰਨਿਆ ਜਾਂਦਾ ਕਿ ਪਰਮਾਤਮਾ ਸਾਡੇ ਸਾਰਿਆਂ ਦੇ ਅੰਦਰ ਵੱਸ ਰਿਹਾ ਹੈ। ਜੇ ਮੈਂ ਕਹਾਂ ਕਿ ਉਹਨੇ ਥੋੜ੍ਹਾ ਥੋੜ੍ਹਾ ਕਰੰਟ ਜਿਹੜਾ ਵਾ ਉਹ ਸਾਡੇ ਸਾਰੇ ਅੰਦਰ ਆਪਣਾ ਜਿਹੜਾ ਵਾ ਪਾਇਆ ਹੋਇਆ ਵਾ, ਅਤੇ ਇਸ ਕਰਕੇ ਉਹ ਸਭ ਥਾਂ 'ਤੇ ਮੌਜੂਦ ਹੈ। ਇੱਕ ਸਵਾਲ ਹੋਰ ਹੈ ਵੀ ਜੀ। ਪਹਿਲਾਂ ਤਾਂ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਜਿਹੜੇ ਬਿਜ਼ੀ ਰੂਟੀਨ ਵਾਲੇ ਲੋਕ ਹੈ ਉਹਨਾਂ ਬਾਰੇ ਹੈ ਕਿ ਜਿਵੇਂ ਜਿਹੜੇ ਜੋਬ ਕਰਦੇ ਆ ਜਾਂ ਜਿਹੜੇ ਬਾਹਰਲੇ ਮੁਲਕਾਂ 'ਚ ਕਮਾਈਆਂ ਕਰਨ ਜਾਂਦੇ ਆ, ਵੀ ਉਹਨਾਂ ਦਾ 5-7 ਦਿਨ ਉਹਨਾਂ ਨੂੰ ਕੰਮ ਕਰਨਾ ਪੈਂਦਾ, ਅਤੇ ਉਹਨਾਂ ਕੋਲ ਕਈ ਵਾਰੀ ਬਾਣੀ ਨਾਲ ਜੁੜਨ ਦਾ ਉਹਨਾਂ ਨੂੰ ਟਾਈਮ ਨਹੀਂ ਨਿਕਲਦਾ। ਅਤੇ ਇਹ ਸਵਾਲ ਮੈਂ ਆਪਦੇ ਉੱਤੇ ਵੀ ਲਊਂਗਾ ਕਿ ਜਿਵੇਂ ਮੇਰੇ ਕੋਲ ਉਹ 5 ਦਿਨ ਜਾਂ 7 ਦਿਨ ਬਾਣੀ ਪੜ੍ਹਨ ਦਾ ਟਾਈਮ ਨਹੀਂ ਨਿਕਲਦਾ, ਅਤੇ ਕਈ ਵਾਰ ਮੇਰੇ ਵਾਈਫ ਜਿਹੜੇ ਇੱਧਰ ਬੈਠੇ ਹੈ ਉਹ ਲਗਭਗ ਦਿਨ ਵਿੱਚ 2 ਵਾਰੀ ਬਾਣੀ ਪੜ੍ਹਦੇ ਆ, ਅਤੇ ਜਦੋਂ ਮੈਂ ਉਹਨੂੰ ਪੁੱਛਦਾ ਕਿ
ਤੇਰੀ ਬਾਣੀ ਦਾ ਮੇਰੇ ਉੱਤੇ ਕੋਈ ਅਸਰ ਹੁੰਦਾ? ਉਹ ਕਹਿੰਦੀ ਵੀ ਮੈਂ ਤੁਹਾਡੀ ਵਾਈਫ ਹਾਂ ਅਤੇ ਅਫਕੋਰਸ ਵੀ ਤੁਹਾਡੀ ਮੈਂ ਜਿਹੜੀ ਬਾਣੀ ਪੜ੍ਹਦੀ ਉਹਦਾ ਅਸਰ ਤੁਹਾਡੇ 'ਤੇ ਵੀ ਹੁੰਦਾ, ਅਤੇ ਮੇਰਾ ਸਵਾਲ ਆਹੀ ਹੈ ਕਿ ਕੀ ਇਹ ਸੱਚ ਹੈ ਕਿ ਉਹਨਾਂ ਦੀ ਪੜ੍ਹੀ ਬਾਣੀ ਦਾ ਅਸਰ ਮੇਰੇ ਉੱਤੇ ਵੀ ਹੁੰਦਾ? ਮੈਨੂੰ ਲੱਗਦਾ ਹੈ ਕਿ ਨਹੀਂ ਹੁੰਦਾ ਜੀ। ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀ ਦਾ ਅਸਰ ਉਹਨਾਂ ਦੇ ਪੁੱਤਰਾਂ 'ਤੇ ਨਹੀਂ ਹੋਇਆ ਸੀ। ਬੀਬੀ ਭਾਨੀ ਦੀ ਬਾਣੀ ਪੜ੍ਹੀ ਦਾ ਅਸਰ ਪ੍ਰਿਥੀ ਚੰਦ 'ਤੇ ਨਹੀਂ ਹੋਇਆ ਸੀ। ਗੁਰੂ ਸਾਹਿਬ ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਆਪਣੇ ਕੀਤੇ ਹੋਏ ਕੰਮਾਂ ਦੇ ਨਾਲ, ਆਪਣੀ ਪੜ੍ਹੀ ਹੋਈ ਬਾਣੀ ਦੇ ਨਾਲ ਇਹ ਅਸਰ ਸਾਨੂੰ ਕਹਿੰਦੇ। ਜੋ ਜਿਹੜਾ ਬੰਦਾ, ਇੱਕ ਮੈਂ ਸਿੰਪਲ ਜਿਹੀ ਉਦਾਹਰਨ ਦੇਵਾਂ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਅਨਾਰਾਂ ਦਾ ਜੂਸ ਪੀ ਕੇ ਜਾਂ ਸੇਬ ਖਾ ਕੇ ਬੰਦਾ ਜਿਹੜਾ ਵਾ ਉਹ ਹੈਲਦੀ ਹੋ ਜਾਂਦਾ। ਇੱਕ ਕੋਟੇਸ਼ਨ ਹੁੰਦੀ ਆ, ਐਨ ਐਪਲ ਆ ਡੇ ਕੀਪਸ ਆ ਡਾਕਟਰ ਆਵੇ। ਅਤੇ ਹੁਣ ਤੁਸੀਂ ਵੇਖੋ, ਤੁਹਾਡੀ ਵਾਈਫ ਸੇਬ ਖਾ ਲੈਂਦੀ ਦਿਨ 'ਚ 4, ਅਤੇ ਤੁਸੀਂ ਕਹਿੰਦੇ ਆ ਤੇਰੇ 'ਤੇ ਅਸਰ ਆਈ ਜਾਂਦਾ, ਮੇਰੇ 'ਤੇ ਆ ਹੀ ਨਹੀਂ ਰਿਹਾ। ਨਹੀਂ, ਜਿਹਨੇ ਸੇਬ ਖਾਧਾ ਵਾ ਅਸਰ ਤਾਂ ਉਸੇ 'ਤੇ ਆਉਣਾ ਵਾ। ਅਤੇ ਜੇ ਤੁਸੀਂ ਰਾਹ 'ਚ ਕਿਸੇ ਗਰੀਬ ਬੰਦੇ ਨੂੰ 50 ਰੁਪਈਏ ਦੇ ਜਾਇਆ ਕਰੋ, ਭਾਈ ਮੇਰੇ ਕੋਲ ਤਾਂ 100 ਦਾ ਟਾਈਮ ਨਹੀਂ ਹੈਗਾ ਸੇਬ ਖਾਣ ਦਾ, ਤੂੰ ਮੇਰੇ ਹਿੱਸੇ ਦਾ ਸੇਬ ਖਾ ਲਿਆ ਕਰ, ਤੂੰ ਵਿਹਲਾ ਬੈਠਾ ਰਹਿੰਦਾ ਵਾ। ਸੇਬ ਦਾ ਅਸਰ ਉਸੇ ਨੂੰ ਆਉਣਾ ਜਿੰਨੇ ਖਾਧਾ ਵਾ, ਬਾਣੀ ਪੜ੍ਹੀ ਦਾ ਅਸਰ ਵੀ ਉਸੇ ਨੂੰ ਆਉਣਾ ਜਿੰਨੇ ਬਾਣੀ ਪੜ੍ਹੀ ਹੈ। ਹਾਂ, ਇੱਕ ਚੀਜ਼ ਜ਼ਰੂਰ ਹੈ ਕਿ ਸਾਨੂੰ ਟਾਈਮ ਮੈਨੇਜ ਕਰਨਾ ਪਏਗਾ। ਸਫ਼ਰ ਕਰ ਰਹੇ ਹਾਂ ਅਸੀਂ, ਸਫ਼ਰ ਦੇ ਦੌਰਾਨ ਬਾਣੀ ਪੜ੍ਹੀ ਜਾ ਸਕਦੀ ਆ। ਵਿਹਲੇ ਬੈਠੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਕੋਈ ਬੰਦਾ ਹੋ ਜਾਏਗਾ ਜਿਹੜਾ ਘੰਟਾ ਡੇਢ ਘੰਟਾ ਸੋਸ਼ਲ ਮੀਡੀਆ 'ਤੇ, ਫੇਸਬੁੱਕ 'ਤੇ, ਵਟਸਐਪ 'ਤੇ ਟਾਈਮ ਨਹੀਂ ਲਾਉਂਦਾ ਹੈਗਾ। ਸੋ ਉਹਦੇ ਵਿੱਚੋਂ ਕੁਛ ਸਮਾਂ ਕੱਢ ਕੇ, ਆਪਣੇ ਰੁਝੇਵਿਆਂ ਭਰੇ ਸਮੇਂ 'ਚੋਂ ਕੁਛ ਸਮਾਂ ਕੱਢ ਕੇ, ਕਿਉਂਕਿ ਸਾਨੂੰ ਇਹ ਲੱਗਦਾ ਕਿ ਬਾਕੀ ਕੰਮ ਸਾਡੇ ਲਈ ਬਹੁਤ ਜ਼ਰੂਰੀ ਹੈ, ਉਹ ਬਾਣੀ ਪੜ੍ਹੀ ਜਾ ਸਕਦੀ ਹੈ ਜੀ। ਮਾਈਕ ਲੈ ਜੀ। ਹੈਲੋ। ਜਿਵੇਂ ਜੀ ਆਪਾਂ ਕੋਈ ਸੰਸਥਾ ਵਿੱਚ ਕੰਮ ਕਰ ਰਹੇ ਹਾਂ ਜੀ, ਉੱਥੇ 4 ਬੰਦੇ ਬਹੁਤ ਹਾਰਡ ਵਰਕਰ ਹੈ ਜੀ, ਤਾਂ ਇੱਕ ਬੰਦਾ ਉਹਦੇ ਵਿੱਚ ਮਤਲਬ ਬਿਲਕੁਲ ਨਹੀਂ ਕੰਮ ਕਰ ਰਿਹਾ ਜੀ, ਤਾਂ ਮਤਲਬ ਅਸੀਂ ਉਹਨੂੰ ਵਾਰੀ ਵਾਰੀ ਜੇ ਸਮਝਾ ਵੀ ਰਹੇ ਹਾਂ ਵੀ ਕੰਮ ਕਰਨਾ ਚਾਹੀਦਾ, ਸਾਨੂੰ ਕੰਮ ਕਰਨਾ ਚਾਹੀਦਾ, ਜਿਵੇਂ ਆਪਾਂ ਕਹਿ ਦਿੰਦੇ ਵੀ ਉਦਾਹਰਣ ਬਣੀਏ ਉਹਨਾਂ ਸਾਹਮਣੇ, ਤਾਂ ਉਦਾਹਰਣ ਬਣਨ ਦੇ ਬਾਵਜੂਦ ਵੀ ਉਹ ਬੰਦੇ 'ਤੇ ਨਹੀਂ ਅਸਰ ਹੋ ਰਿਹਾ, ਤਾਂ ਫਿਰ ਅਸੀਂ ਮਤਲਬ ਉਹਨੂੰ ਕਿਵੇਂ ਐਕਟਿਵ ਕਰ ਸਕਦੇ ਹਾਂ ਜੀ? ਜਿਵੇਂ ਸਾਡੇ ਘਰਾਂ ਦੇ ਵਿੱਚ ਵੀ ਇਹੀ ਸਥਿਤੀ ਆ ਜਾਂਦੀ ਹੈ, ਜਿਵੇਂ ਆਪਾਂ ਆਪ ਉਦਾਹਰਣ ਬਣ ਜਾਂਦੇ ਹਾਂ ਪਰ ਫਿਰ ਵੀ ਉਹ ਮਤਲਬ ਉਹਨਾਂ ਸਲੀਕਾ ਜਾਂ ਉਹਨਾਂ ਮਤਲਬ ਉਹਨਾਂ ਵਿੱਚ ਨਹੀਂ ਉਹ ਗੁਣ ਹੁੰਦਾ, ਤਾਂ ਆਪਾਂ ਕਿਵੇਂ ਵਿਕਸਿਤ ਕਰ ਸਕਦੇ ਹਾਂ ਜੀ ਉਹਨਾਂ ਵਿੱਚ? ਦੇਖੋ, ਇੱਕ ਚੀਜ਼ ਇਹੋ ਜਿਹੀ ਹੈਗੀ ਆ ਕਿ ਕੋਈ ਇਹੋ ਜਿਹੀ ਦਵਾਈ ਨਹੀਂ ਹੈਗੀ ਜਿਹਦੇ ਨਾਲ ਕਿਸੇ ਨੂੰ ਚੇਂਜ ਕੀਤਾ ਜਾ ਸਕੇ, ਕੋਈ ਇਹੋ ਜਿਹਾ ਮੰਤਰ ਨਹੀਂ ਹੈਗਾ ਜਿਹਦੇ ਨਾਲ ਕਿਸੇ ਨੂੰ ਚੇਂਜ ਕੀਤਾ ਜਾ ਸਕੇ। ਗੁਰੂ ਨਾਨਕ ਪਾਤਸ਼ਾਹ ਜਦੋਂ ਹਰਿਦੁਆਰ ਗਏ ਨੇ, ਜਿਹੜੀ ਉਹ ਪਾਣੀ ਵਾਲੀ ਸਾਖੀ ਆਉਂਦੀ ਹੈ ਸੂਰਜ ਨੂੰ ਪਾਣੀ ਦੇਣ ਦੀ, ਜੇ ਆਪਾਂ ਸੋਚੀਏ ਨਾ ਕਿ ਗੁਰੂ ਸਾਹਿਬ ਦੇ ਉਹ ਗੱਲ ਸਮਝਾਉਣ ਤੋਂ ਬਾਅਦ ਸਾਰੇ ਲੋਕਾਂ ਨੇ ਪਾਣੀ ਦੇਣਾ ਬੰਦ ਕਰਤਾ ਸੀ? ਨਹੀਂ ਬੰਦ ਕੀਤਾ ਸੀ, ਕੁਛ ਲੋਕ ਹੀ ਗੱਲ ਨੂੰ ਸਮਝੇ ਸਹੀ। ਗੁਰੂ ਸਾਹਿਬ ਜਗਨਨਾਥਪੁਰੀ ਵਿਖੇ ਜਦੋਂ ਆਰਤੀ ਦਾ ਖੰਡਨ ਕਰਦੇ ਨੇ, ਤੂੰ ਸੋਚੀਏ ਕਿ ਉਸ ਤੋਂ ਬਾਅਦ ਆਰਤੀ ਬੰਦ ਹੋ ਗਈ ਸੀ? ਨਹੀਂ, ਕੁਛ ਲੋਕ ਗੱਲ ਸਮਝੇ ਸੀ। ਸੋ ਜਿਹੜਾ ਸਾਡਾ ਫਰਜ਼ ਹੈ, ਅਸਲ 'ਚ ਸਾਨੂੰ ਸਮੱਸਿਆ ਕਿੱਥੇ ਹੁੰਦੀ ਹੈ? ਸਾਨੂੰ ਇਹ ਲੱਗਦਾ ਕਿ ਜਦੋਂ ਅਸੀਂ ਕੰਮ ਕਰ ਰਹੇ ਹਾਂ, ਮਤਲਬ ਮੈਨੂੰ ਵੀ ਲੱਗਦਾ ਹੈ ਵੀ ਮੈਂ ਇਕੱਲਾ ਖਪੀ ਜਾਂਦਾ ਵਾਂ ਅਤੇ ਬਾਕੀ ਕੋਈ ਬੰਦਾ ਨਾਲ ਹੀ ਨਹੀਂ ਤੁਰਦਾ। ਥੋੜ੍ਹਾ ਜਿਹਾ ਨਾ ਇਹਨੂੰ ਅਸੀਂ ਇਸ ਤਰੀਕੇ ਨਾਲ ਦੇਖੀਏ, ਜਿਵੇਂ ਆਪਾਂ ਸਾਖੀ ਕੀਤੀ ਸੀ ਕਿ ਭਾਈ ਬਚਿੱਤਰ ਸਿੰਘ ਵਾਲੀ, ਜਾਂ ਭਾਈ ਬਚਿੱਤਰ ਸਿੰਘ ਵਾਲੀ ਸਾਖੀ 'ਤੇ ਭਾਈ ਬਚਿੱਤਰ ਸਿੰਘ ਜੇ ਸੋਚਦਾ ਕਿ ਜੇ ਦੁਨੀ ਚੰਦ ਭੱਜ ਗਿਆ, ਦੁਨੀ ਚੰਦ ਕੜਾਹ ਬਹੁਤ ਖਾਂਦਾ ਹੁੰਦਾ ਸੀ, ਕਹਿੰਦੇ ਬਾਕੀਆਂ ਦੇ ਹਿੱਸੇ ਦਾ ਵੀ ਖਾ ਜਾਂਦਾ ਸੀ ਅਤੇ ਮੋਟਾ ਵੀ ਬਹੁਤ ਸੀ। ਹੁਣ ਜੇ ਭਾਈ ਬਚਿੱਤਰ ਸਿੰਘ ਸੋਚਦਾ ਵੀ ਕੜਾਹ ਤਾਂ ਦੁਨੀ ਚੰਦ ਨੂੰ ਖਵਾਉਂਦੇ ਰਹੇ ਜੀ, ਖਾਤੀ ਨਾਲ ਮੈਂ ਲੜਨ ਚੱਲਿਆ ਵਾਂ,
ਐਂ ਥੋੜ੍ਹੀ ਗੱਲ ਬਣਦੀ ਹੈ ਜੀ। ਬਈ ਅਸੀਂ ਦੇਖੋ ਹਰ ਇੱਕ ਦੀ ਆਪਣੇ ਕਰਮ ਨੇ, ਆਪਾਂ ਜਿਵੇਂ ਕਹਿੰਦੇ ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਮੈਨੂੰ ਇਹ ਲੱਗਦਾ ਵਾ ਕਿ ਅਸੀਂ ਸੰਸਥਾ ਲਈ ਕੰਮ ਨਹੀਂ ਕਰ ਰਹੇ, ਮੈਨੂੰ ਤਾਂ ਇਹ ਲੱਗਦਾ ਵਾ ਕਿ ਅਸੀਂ ਸੰਸਥਾ ਨੂੰ ਇੱਕ ਸਾਧਨ ਬਣਾ ਕੇ ਗੁਰੂ ਦੇ ਲਈ ਕੰਮ ਕਰ ਰਹੇ ਹਾਂ। ਸੋ ਜਿਹੜਾ ਉਸ ਪੈਂਡੇ ਦੇ ਵਿੱਚ ਜਿਹੜੇ ਬੰਦੇ ਵੀ ਅੱਗੇ ਤੁਰੇ ਹੋਏ ਨੇ, ਆਪਾਂ ਇੱਕ ਚੀਜ਼ ਸੋਚ ਲਈਏ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ, ਜਿਹੜੇ ਨਾਲ ਹੋਰ ਤੁਰ ਪਏ, ਮੰਨ ਲਈਏ ਕਿ ਉਹ ਸਾਡਾ ਜਿਹੜਾ ਅਸੀਂ ਮਕਸਦ ਲੈ ਕੇ ਚੱਲੇ ਸੀ ਉਹਦੇ ਵਿੱਚ ਕੋਈ ਆਸਾਨ ਕਰ ਰਹੇ ਨੇ ਸਾਡੇ ਉੱਤੇ, ਕਿ ਉਹ ਸਾਡੇ ਸਫ਼ਰ ਨੂੰ ਥੋੜ੍ਹਾ ਜਿਹਾ ਸੁਖਾਲਾ ਬਣਾ ਰਹੇ ਨੇ। ਜਿਹੜੇ ਕਰ ਰਹੇ ਨੇ ਬਹੁਤ ਵਧੀਆ ਵਾ, ਜਿਹੜੇ ਨਹੀਂ ਕਰ ਰਹੇ ਉਹ ਵੀ ਮੁਬਾਰਕ ਨੇ। ਚਲੋ ਘੱਟੋ ਘੱਟ ਨਾਲ ਸਰੀਰ ਖੜ੍ਹੇ ਤਾਂ ਦਿਖਾਈ ਦੇ ਰਹੇ ਨੇ। ਹਾਂ, ਜੇ ਕੋਈ ਬੰਦਾ ਗੁਰਮਤਿ ਦੇ ਵਿਰੁੱਧ ਕਾਰਜ ਨਹੀਂ ਕਰ ਰਿਹਾ, ਚਲੋ ਕਦੇ ਕਦੇ ਸਮਾਗਮ 'ਤੇ ਆ ਜਾਂਦਾ ਵਾ, ਚਲੋ ਮੁਬਾਰਕ ਹੈ ਕਿ ਸਾਡੇ ਜਦੋਂ ਅਸੀਂ ਸਿਰ ਦੇਖਦੇ ਕਿਤੇ ਤਾਂ ਗਿਣੇ ਹੋਏ ਜਾਂਦੇ ਸਿਰਾਂ ਦੇ ਵਿੱਚ ਗਿਣਤੀ ਜਿਹੜੀ ਆ ਸਾਡੀ ਉਹ ਵੱਧ ਰਹੀ ਹੈ। ਧੰਨਵਾਦ ਵੀਰ ਜੀ। ਵੀਰ ਜੀ, ਆਪਣੇ ਕੋਲ ਇੱਕ ਲਿਖਤੀ ਰੂਪ ਵਿੱਚ ਇੱਕ ਹੋਰ ਸਵਾਲ ਆਇਆ ਹੈ। ਜਦੋਂ ਬੱਚਾ ਟੀਨਏਜ ਵਿੱਚ ਹੁਣ ਆਉਂਦਾ ਹੈ, ਉਹ ਫਿਰ ਕਈ ਗੱਲਾਂ 'ਤੇ ਆਪਣੀ ਮਰਜ਼ੀ ਕਰਦਾ ਹੈ, ਉਹ ਆਪਣੇ ਆਪ ਨੂੰ ਹੋਰ ਬੱਚਿਆਂ ਨਾਲ ਕੰਪੈਰੀਜ਼ਨ ਕਰਦਾ ਹੈ ਕਿ ਜਿਸ ਤਰ੍ਹਾਂ ਮੈਂ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਾ ਰਹੇ, ਮੈਂ ਇਸ ਤਰ੍ਹਾਂ ਦੇ ਵਾਲ ਨਹੀਂ ਵਾਹਣੇ, ਅਤੇ ਫਿਰ ਉਸ ਏਜ ਵਿੱਚ ਬੱਚੇ ਨੂੰ ਕਿਸ ਤਰ੍ਹਾਂ ਸਮਝਾਇਆ ਜਾਏ? ਹਾਂ, ਇੱਕ ਚੀਜ਼, ਆਪਾਂ ਸਾਰੇ ਇੱਥੇ ਬੈਠੇ ਹੋਏ ਹਾਂ ਅਤੇ ਮੈਂ ਤੁਹਾਨੂੰ ਕਹਾਂ ਕਿ ਕਿਸੇ ਵੀ ਬੰਦੇ ਨੇ ਰੇਲ ਗੱਡੀ ਬਾਰੇ ਨਹੀਂ ਸੋਚਣਾ, ਕੀ ਹੋਏਗਾ? ਸਾਰਿਆਂ ਦੇ ਦਿਮਾਗ 'ਚ ਕਾਹਦੀ ਫੋਟੋ ਆਏਗੀ? ਰੇਲ ਗੱਡੀ ਦੀ। ਦਿਮਾਗ ਕਦੇ ਵੀ ਨਾਂ ਨੂੰ ਸੁਣਦਾ ਹੀ ਨਹੀਂ ਹੈ। ਮੈਂ ਇੱਕ, ਕਿਉਂਕਿ ਜਦੋਂ ਅਸੀਂ ਕਹਿੰਦੇ ਰੇਲ ਗੱਡੀ ਬਾਰੇ ਨਹੀਂ ਸੋਚਣਾ, ਨਹੀਂ ਤੋਂ ਸਮਝਦਾ ਹੀ ਨਹੀਂ ਹੈ। ਤੁਸੀਂ ਕੁਛ ਵੀ ਕੰਮ ਕਹਿ ਦਿਓ, ਬੱਚੇ ਤੂੰ ਸਿਗਰਟ ਨਹੀਂ ਪੀਣੀ, ਉਹਦੇ ਸਾਹਮਣੇ ਪਤਾ ਕੀ ਆਏਗੀ? ਫੋਟੋ, ਸਿਗਰਟ ਦੀ ਫੋਟੋ ਆ ਜਾਏਗੀ। ਤੂੰ ਸ਼ਰਾਬ ਨਹੀਂ ਪੀਣੀ, ਸ਼ਰਾਬ ਦੀ ਬੋਟਲ ਦਿਖਾਈ ਦੇਵੇਗੀ। ਬੱਚੇ ਨੂੰ ਪਹਿਲੀ ਤਾਂ ਗੱਲ ਆ ਕਿ ਜੋ ਬੱਚਾ, ਜਿਨ੍ਹਾਂ ਦੇ ਬੱਚੇ ਛੋਟੇ ਨੇ ਉਹਨਾਂ ਨੂੰ ਜ਼ਿਆਦਾ ਕੰਮ ਆ ਸਕਦੀ ਗੱਲ। ਬੱਚਾ ਜੋ ਹੋਸ਼ 'ਚ ਸੰਭਾਲਦਾ ਵਾ, ਹਰ ਗੱਲ 'ਤੇ ਇੱਕੋ ਗੱਲ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ, ਆਹ ਵੀ ਨਹੀਂ ਕਰਨਾ। ਉਹ ਕਹਿੰਦਾ ਮੈਂ ਪਾਣੀ ਆਪੇ ਪਾ ਕੇ ਪੀਊਂਗਾ, ਨਹੀਂ ਤੂੰ ਡੋਲ ਦੇਗਾ, ਮੈਂ ਰਸੋਈ 'ਚ ਮਦਦ ਕਰਾਂਗੀ। ਕੁੜੀ ਕਹਿੰਦੀ ਮੈਂ ਰਸੋਈ 'ਚ ਮਦਦ ਕਰਾਂਗੀ, ਮੰਮੀ ਕਹਿੰਦੀ ਤੂੰ ਗੰਦ ਪਾ ਦੇਗੀ। ਹਰ ਗੱਲ 'ਤੇ ਨਾ, ਹਰ ਗੱਲ 'ਤੇ ਨਾ। ਅਤੇ ਜਦੋਂ ਦਾ 14-15 ਸਾਲਾਂ ਦੀ ਏਜ ਹੁੰਦੀ ਹੈ ਉਹਦੀ, ਟੀਨੇਜਰ ਏਜ ਜਿਹੜੀ 13-19 ਸਾਲ ਤੱਕ ਮੰਨੀ ਜਾਂਦੀ ਹੈ, ਜਿੱਥੇ ਮਗਰ ਟੀਨ ਲੱਗਦਾ ਵਾ, 13-19 ਤੱਕ ਉਹਦੇ 'ਚ ਹਾਰਮੋਨਲ ਚੇਂਜਸ ਆਉਂਦੀਆਂ ਵਾ, ਤਾਂ ਉਹਨੂੰ ਐਂ ਲੱਗਦਾ ਵਾ ਕਿ ਇਹ ਜਿਹੜੀ ਕੈਟਾਗਰੀ ਆ ਮੇਰੇ ਮਾਂ ਪਿਓ ਵਾਲੀ, ਇਹਨਾਂ ਦੀ ਇੱਕ ਆਦਤ ਹੀ ਹੈ ਕਿ ਇਹਨਾਂ ਹਰ ਕੰਮ ਦੇ ਵਿੱਚ ਨਾ ਕਰਨੀ ਹੁੰਦੀ ਆ, ਲੱਤੜਾਉਣੀ ਹੁੰਦੀ ਆ। ਅਤੇ ਫਿਰ ਉਸ ਤੋਂ ਬਾਅਦ ਉਹਦੇ ਦਿਮਾਗ 'ਚ ਇੱਕ ਖਿਆਲ ਆਉਂਦਾ ਕਿ ਮੈਂ ਜੋ ਵੀ ਕਰਾਂਗਾ ਮੇਰੀ ਮਰਜ਼ੀ, ਅਤੇ ਜੇ ਤੁਸੀਂ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਥੇ ਨਹਿਰ ਚੱਲੀ ਜਾਂਦੀ ਆ ਅਤੇ ਮੈਂ ਉਹਦੇ 'ਚ ਛਾਲ ਮਾਰ ਦਾਂਗਾ। ਇਸ ਹਾਲਾਤ 'ਚ ਪਹੁੰਚ ਗਏ। ਸਾਨੂੰ ਬੱਚਿਆਂ ਦੇ ਨਾਲ ਬਚਪਨ ਤੋਂ ਹੀ, ਜਿਵੇਂ ਛੋਟਾ ਬੱਚਾ ਵਾ ਉਹਨੂੰ ਆਦਤ ਪਾਈਏ ਹਰ ਇੱਕ ਕੰਮ ਕਰਨ ਦੇਣ ਦੀ ਆਦਤ ਪਾਈਏ। ਪਾਣੀ ਪਾਉਣ ਲੱਗਾ ਜੱਗ 'ਚ, ਫਿਰ ਕੀ ਹੋ ਜਾਏਗਾ? ਜੱਗ 'ਚੋਂ ਪਾਣੀ ਡੁੱਲ ਜਾਏਗਾ, ਸਾਫ਼ ਹੋ ਜਾਏਗਾ। ਘੱਟੋ ਘੱਟ ਉਹਦੇ ਅੰਦਰ ਕੌਨਫੀਡੈਂਸ ਤਾਂ ਆਏਗਾ ਨਾ, ਮੈਂ ਕੁਛ ਕਰ ਰਿਹਾ ਵਾਂ। ਅਤੇ ਉਹਨੂੰ ਇੱਕ ਉਲਟਾ ਆਏਗਾ ਕਿ ਮੇਰੇ ਮੰਮੀ ਪਾਪਾ ਮੇਰੇ ਹਰ ਕੰਮ ਦੇ ਵਿੱਚ ਮਦਦ ਕਰ ਰਹੇ ਆ। ਉਹ ਕਹਿੰਦਾ ਮੈਂ ਸਬਜ਼ੀ ਆਪੇ ਖਾਣੀ ਆ, ਤੁਸੀਂ ਕਿੰਨੇ ਕੱਪੜੇ ਗੰਦੇ ਹੋ ਜਾਣਗੇ, ਕਿੰਨੇ ਨੈਪਕਿਨ ਆਉਂਦੇ ਨੇ ਜਿਹੜੇ ਇੱਥੇ ਬੱਧੇ ਜਾ ਸਕਦੇ, ਬੰਨ ਦਿਓ ਬੇਟੇ ਨੈਪਕਿਨ। ਮੈਂ ਇੱਕ ਵਾਰੀ ਕਿਤੇ ਰਿਸ਼ਤੇਦਾਰ ਦੇ ਘਰ ਗਿਆ ਤਾਂ ਉੱਥੇ ਉਹਨਾਂ ਨੇ ਫੋਰਨ 'ਚੋਂ ਕੋਈ ਆਏ ਹੋਏ ਸੀ ਰਿਸ਼ਤੇਦਾਰ, ਤਾਂ ਜਿਹੜੀ ਲੇਡੀ ਸੀ ਘਰ ਦੀ ਉਹਨੇ ਨਾ ਸਕੰਜਵੀ ਬਣਾ ਕੇ ਲਿਆਂਦੀ ਅਤੇ ਸਾਰਿਆਂ ਨੂੰ ਕੱਚ ਦੇ ਗਲਾਸ 'ਚ ਦੇ ਦਿੱਤੀ, ਅਤੇ ਉਹਨਾਂ ਦੇ ਜਿਹੜੇ ਬਾਹਰੋਂ ਫੋਰਨਰ ਆਏ ਸੀ ਉਹਨੂੰ ਸਟੀਲ ਦੇ ਗਲਾਸ 'ਚ ਪਾ ਕੇ ਦੇ ਦਿੱਤੀ। 5 ਕੁ ਸਾਲਾਂ ਦੀ ਬੱਚੀ ਸੀ, ਕਹਿੰਦੀ ਮੈਂ ਤਾਂ ਨਹੀਂ ਪੀਂਦੀ।
ਕਹਿੰਦੇ ਬੇਟੇ ਤੂੰ ਪੀਂਦੀ ਕਿਉਂ ਨਹੀਂ? ਉਹਦੀ ਮੰਮੀ ਨੂੰ ਕਹਿੰਦੀ ਬਾਕੀ ਸਾਰਿਆਂ ਨੂੰ ਕੰਚ ਦੇ ਗਲਾਸ 'ਚ ਦਿੱਤੀ, ਮੈਨੂੰ ਕਿਉਂ ਵੱਖਰੇ ਗਲਾਸ 'ਚ ਦਿੱਤੀ ਆ? ਅਸੀਂ ਬੱਚਿਆਂ ਦੇ ਫਰੈਂਡ ਬਣੀਏ ਅਤੇ ਸਾਨੂੰ ਪਤਾ ਹੈ ਕਿ ਜਿਹੜੀਆਂ ਸਮੱਸਿਆਵਾਂ ਆਉਣੀਆਂ ਵਾ ਆਉਣ ਵਾਲੇ ਸਮੇਂ ਦੇ ਵਿੱਚ, ਉਹਦੇ ਪ੍ਰਤੀ ਹੌਲੀ ਹੌਲੀ ਉਹਨਾਂ ਨੂੰ ਤਿਆਰ ਕਰਦੇ ਰਹੀਏ। ਅਸੀਂ 22 ਸਾਲ ਦੀ ਉਮਰ ਤੱਕ ਬੱਚੇ ਨੂੰ ਕੁਛ ਨਹੀਂ ਦੱਸਿਆ ਹੁੰਦਾ, 23 ਸਾਲ ਦੀ ਉਮਰ ਦੇ ਵਿੱਚ ਬੱਚਾ ਕਸੂਰ ਹੈ ਤਾਂ ਮਨਜ਼ੂਰ ਕਰ ਲਓ, ਨਹੀਂ ਤਾਂ ਅਸੀਂ ਤਾਂ ਚੱਲੇ ਹੀ ਹਾਂ। ਸੋ ਸਾਨੂੰ ਬੱਚਿਆਂ ਦੇ ਮਾਂ ਬਾਪ ਹੀ ਨਹੀਂ ਬਣਨਾ, ਅਸੀਂ ਬੱਚਿਆਂ ਦੇ ਦੋਸਤ ਬਣਨਾ ਵਾ। ਜਿਵੇਂ ਸ਼ੁਰੂ 'ਚ ਵੀ ਗੱਲ ਕਹੀ ਸੀ, ਜਦੋਂ ਬੱਚਾ ਕੋਈ ਗਲਤੀ ਕਰਦਾ ਵਾ ਜੀ ਉਹ ਆ ਕੇ ਦੱਸਦਾ ਵਾ, ਅਤੇ ਅਸੀਂ ਉਹਦੇ ਹਮਦਰਦ ਬਣੀਏ, ਉਹਨੂੰ ਸਜ਼ਾ ਨਾ ਦੇਈਏ, ਅਤੇ ਜਦੋਂ ਸਾਡਾ ਇੱਕ ਬੱਚੇ ਨਾਲ ਫਰੈਂਡਲੀ ਰਿਲੇਸ਼ਨ ਹੋਏਗਾ, ਆਉਣ ਵਾਲੇ ਸਮੇਂ ਲਈ ਅਸੀਂ ਬੱਚੇ ਨੂੰ ਤਿਆਰ ਕਰ ਰਹੇ ਹਾਂ। ਦੇਖੋ ਉਹੀ ਬੱਚਾ ਜਿਹਨੂੰ ਹਵਾ 'ਚੋਂ ਛਾਲਿਆ ਅਤੇ ਉਹਨੂੰ ਡਰ ਨਹੀਂ ਲੱਗਾ ਕਿ ਮੈਨੂੰ ਪਾਪਾ ਛੱਡ ਦੇਣਗੇ, ਉਹੀ ਬੱਚੇ ਨੂੰ ਕਿਹਾ ਕਿ ਬੇਟੇ ਤੂੰ ਕੱਪੜੇ ਇਹੋ ਜਿਹੇ ਨਾ ਪਾਇਆ ਕਰ, ਉਹ ਕਹਿੰਦਾ ਬਿਨਾਂ ਮਤਲਬ ਤੋਂ ਲੱਤ ਅੜਾਈ ਜਾਂਦੇ ਨੇ। ਮਤਲਬ ਕੁਛ ਤਬਦੀਲੀ ਆਈ ਬੱਚੇ ਦੇ ਵਿੱਚ, ਇਹ 13 ਸਾਲ ਦੀ ਉਮਰ ਤੋਂ ਬਾਅਦ ਹਾਰਮੋਨਲ ਤਬਦੀਲੀ ਆਉਣੀ ਕੁਦਰਤੀ ਹੈ, ਪਰ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਏਗਾ ਕਿ ਉਹਦੇ ਨਾਲ ਅਸੀਂ ਫਰੈਂਡਲੀ ਰਿਲੇਸ਼ਨ ਬਣਾਈਏ। ਦੂਜੀ ਗੱਲ ਹੈ, ਜੇ ਬੱਚਾ ਕੁਛ ਕਰਨਾ ਚਾਹੁੰਦਾ ਹੈ ਉਹਦੇ 'ਤੇ ਦਬਾਅ ਨਾ ਪਾਈਏ, ਉਹਨੂੰ ਮਜਬੂਰ ਨਾ ਕਰੀਏ ਕਿ ਬੱਚਾ ਕੋਈ ਗਲਤ ਸਟੈਪ ਚੱਕ ਜਾਵੇ। ਜਿਹਦੇ ਨਾਲ ਬੱਚੇ ਦੇ ਰਿਲੇਸ਼ਨ ਬਹੁਤ ਵਧੀਆ ਨੇ, ਹੋ ਸਕਦਾ ਬੱਚੇ ਦੇ ਆਪਣੇ ਨਾਨੀ ਨਾਨੇ ਨਾਲ ਰਿਲੇਸ਼ਨ ਬਹੁਤ ਵਧੀਆ ਹੋਣ, ਹੋ ਸਕਦਾ ਆਪਣੇ ਦਾਦੀ ਦਾਦੇ ਨਾਲ ਰਿਲੇਸ਼ਨ ਬਹੁਤ ਵਧੀਆ ਹੋਣ। ਜਿਹਦੇ ਨਾਲ ਰਿਲੇਸ਼ਨ ਵਧੀਆ ਨੇ ਉਹ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਵੇ ਕਿ ਦੇਖੋ ਬੇਟੇ ਤੁਹਾਡੇ ਮੰਮੀ ਪਾਪਾ ਦੀ ਵੀ ਇੱਕ ਇਮੇਜ ਆ ਸੋਸਾਇਟੀ ਦੇ ਵਿੱਚ, ਉਹਨਾਂ ਨੂੰ ਜਦੋਂ ਤੁਸੀਂ ਇਹੋ ਜਿਹੇ ਕੱਪੜੇ ਪਾਉਂਦੇ ਆ ਤੁਹਾਡੇ ਪਾਪਾ ਦੀ ਜਿਹੜੀ ਇਮੇਜ ਆ ਉਹਦੇ 'ਤੇ ਲੋਕ ਜਿਹੜਾ ਨਾ ਗਲਤ ਜਿਹੜਾ ਵਾ ਉਹ ਗੱਲਾਂ ਕਰਦੇ ਨੇ। ਸੋ ਕੀ ਫਰਕ ਪੈਂਦਾ ਵਾ, ਤੂੰ ਦੱਸ ਕਿੱਡਾ ਕੁ ਮਹਿੰਗੀ ਚੀਜ਼ ਚਾਹੀਦੀ ਆ? ਬੱਚੇ ਨੇ ਇਹੀ ਗੱਲ ਕਹਿਣੀ ਹੈ ਨਾ ਵੀ ਦੱਸ ਤੂੰ ਦੱਸ ਦੱਸ ਕਿਹੜੀ ਚੀਜ਼ ਮਹਿੰਗੀ ਚਾਹੀਦੀ ਤੈਨੂੰ, ਮੈਂ ਉਹ ਲੈ ਦਿੰਦਾ ਵਾਂ, ਅਤੇ ਸ਼ਾਇਦ ਬੱਚੇ ਕਨਵਿੰਸ ਹੋ ਜਾਣਗੇ ਜੀ। ਮੈਂ ਇੱਕ ਸਵਾਲ ਗੱਲ ਕਰਕੇ ਫਿਰ ਮੈਂ ਅੱਗੇ ਭੈਣ ਜੀ ਸਵਾਲ ਪੁੱਛਣਗੇ। ਜਦੋਂ ਨਾ ਅਸੀਂ ਕੈਂਪਾਂ 'ਚ ਜਾਂਦੇ ਹਾਂ ਅਤੇ ਬੱਚੇ ਬੜੇ ਸਵਾਲ ਕਰਦੇ ਨੇ, ਅਤੇ ਇੱਕ ਦਿਨ ਇੱਕ ਬੱਚੇ ਨੇ ਕਿਹਾ ਕਿ ਮੇਰੀ ਦਾਦੀ ਮੈਨੂੰ ਮੰਗਲਵਾਰ ਸਿਰ ਨਹੀਂ ਧੋਣ ਦਿੰਦੀ ਅਤੇ ਉਹਨੂੰ ਮੈਂ ਕਿਵੇਂ ਸਮਝਾਵਾਂ। ਮੈਂ ਉਹਨੂੰ ਇੱਕ ਗੱਲ ਕਹੀ, ਮੈਂ ਕਿਹਾ ਵੀ ਜਦੋਂ ਤੁਹਾਡੀ ਦਾਦੀ ਤੁਹਾਡੇ ਵਰਗੀ ਸੀ ਨਾ ਉਹਦੇ ਕੋਲ ਮੌਕਾ ਹੀ ਨਹੀਂ ਸੀ ਕਿਸੇ ਨੂੰ ਸਵਾਲ ਪੁੱਛਣ ਦਾ, ਜਿੰਨੀਆਂ ਗੱਲਾਂ ਉਹਦੇ ਦਿਲ 'ਚ ਬੈਠੀਆਂ ਸੀ ਨਾ ਅੰਦਰ ਹੀ ਬੰਨ੍ਹੀ ਰੱਖੀਆਂ, ਉਹਨੇ 70 ਸਾਲ ਉਹ ਹੰਢਾ ਕੇ ਵੇਖੀਆਂ ਵਾ, ਹੁਣ ਉਹਨੂੰ ਹੋਰ ਗੱਲ ਸੁਣਨੀ ਪਸੰਦ ਹੀ ਨਹੀਂ ਹੈ। ਸਾਡੇ ਕੋਲ ਇੱਕ ਉਮਰ ਹੈ, ਸਾਡੇ ਕੋਲ ਇੱਕ ਸਟੇਜ ਹੈ ਜਿੱਥੇ ਅਸੀਂ ਆਪਣੇ ਮਨ ਦੇ ਵਲਵਲੇ ਜਿਹੜੇ ਨੇ, ਮਨ ਦੇ ਸਵਾਲ ਜਿਹੜੇ ਨੇ, ਪਤਾ ਵੱਡੀ ਸਭ ਤੋਂ ਵੱਡੀ ਕੀ ਗੱਲ ਹੁੰਦੀ ਆ ਵੀ ਜੇ ਮੈਂ ਪੁੱਛਿਆ ਨਾ ਤਾਂ ਬਾਕੀ ਕੀ ਕਹਿਣਗੇ ਇਹਨੂੰ ਆ ਵੀ ਨਹੀਂ ਪਤਾ, ਆਹ ਸਾਦੀ ਜੀ। ਇਸ ਕਰਕੇ ਡਰਦੇ ਅਸੀਂ ਸਵਾਲ ਹੀ ਨਹੀਂ ਪੁੱਛਦੇ, ਅਤੇ ਸਵਾਲ ਸਾਡੇ ਮਨ 'ਚ ਬਹੁਤ ਹੁੰਦੇ ਨੇ। ਵੈਸੇ ਇੱਕ ਜਦੋਂ ਬੰਦਾ ਲੈਕਚਰ ਦਿੰਦਾ ਤਾਂ ਜੇ ਕੋਈ ਸਵਾਲ ਬਹੁਤ ਥੋੜ੍ਹੇ ਹੋਣ ਤਾਂ ਦੋ ਹੀ ਗੱਲਾਂ ਕਨਕਲੂਡ ਕੀਤੀਆਂ ਜਾ ਸਕਦੀਆਂ ਨੇ, ਕਿ ਜਾਂ ਤਾਂ ਸਾਰੀ ਗੱਲ ਹੀ ਬੜੀ ਚੰਗੀ ਤਰ੍ਹਾਂ ਸਮਝ ਆ ਗਈ ਅਤੇ ਜਾਂ ਸਾਰੀ ਗੱਲ ਇੰਨੀ ਉੱਤੋਂ ਲੰਘ ਗਈ ਕਿ ਹੁਣ ਬੰਦਾ ਪੁੱਛੇ ਵੀ ਕੀ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ, ਵੀਰ ਜੀ ਆਪਣੇ ਕੋਲ ਦੋ ਸਵਾਲ ਹੁਣ ਲਿਖਤੀ ਰੂਪ ਵਿੱਚ ਆ ਗਏ ਨੇ, ਮੈਂ ਹੁਣ ਸਮਾਪਤੀ ਵੱਲ ਹੀ ਚੱਲਾਂਗੀ। ਦੋ ਸਵਾਲ ਪੁੱਛਣ ਤੋਂ ਬਾਅਦ ਸੰਗਤ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਸੰਗਤ ਦਾ ਕੋਈ ਵੀ ਸਵਾਲ ਹੈਗਾ ਹੁਣ ਪੁੱਛ ਸਕਦੇ ਹੋ ਜੀ ਆਪਦੀ ਸੀਟ 'ਤੇ ਖੜ੍ਹੇ ਹੋ ਕਰ। ਵੀਰ ਜੀ ਇੱਕ ਸਵਾਲ ਉਸ ਪਾਸਿਓਂ ਆਇਆ ਜੀ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਖਾਲਸਾ, ਜਦੋਂ ਮੈਂ ਇੱਦਾਂ ਦੇ ਚੰਗੇ ਪ੍ਰੋਗਰਾਮ 'ਤੇ ਆਉਣ ਦੀ ਕੋਸ਼ਿਸ਼ ਕਰਦਾ ਕਰਦੇ ਹਾਂ, ਮੈਨੂੰ ਹਮੇਸ਼ਾ ਰੋਕਦੇ, ਹਮੇਸ਼ਾ ਕਦੇ ਨਹੀਂ ਜਾਣਾ, ਮੈਂ ਜਿੱਦ ਕਰਕੇ ਆਉਣਾ, ਮੈਂ ਨਾ ਆਇਆ ਕਰਾਂ,
ਪੇਸ਼ਰ ਹੋ ਤਾਂ ਹਾਂ ਇੱਕ ਚੀਜ਼ ਹੈ ਇਹ ਤਾਂ ਵੀਰ ਜੀ ਬੜੀਆਂ ਥਾਵਾਂ 'ਤੇ ਸਮੱਸਿਆਵਾਂ ਆਉਂਦੀਆਂ ਨੇ ਜਿੱਥੇ ਜਦੋਂ ਗੱਡੀ ਦੇ ਜਿਹੜੇ ਦੋ ਟਾਇਰ ਨੇ ਅਸੀਂ ਕਹਿੰਦੇ ਹਾਂ ਕਿ ਜਿਹੜਾ ਗ੍ਰਸਤ ਹੈ ਉਹ ਗੱਡੀ ਦੇ ਟਾਇਰ ਨੇ ਅਤੇ ਉਹ ਜਦੋਂ ਟਾਇਰਾਂ ਦੀ ਅਲਾਈਨਮੈਂਟ ਵਿਗੜਦੀ ਆ ਅਤੇ ਕੁਦਰਤੀ ਗੱਲ ਹੈ ਕਿ ਉਹਦੇ 'ਚ ਸਮੱਸਿਆਵਾਂ ਆਉਣੀਆਂ ਕੁਦਰਤੀ ਨੇ। ਸੋ ਮੈਨੂੰ ਲੱਗਦਾ ਕਈ ਵਾਰੀ ਜਦੋਂ ਸਾਡੇ ਆਨੰਦ ਕਾਰਜ ਹੁੰਦੇ ਨੇ ਅਤੇ ਉਦੋਂ ਅਸੀਂ ਉਹ ਜਿਹੜਾ ਸੁਭਾਅ ਦਾ ਮੇਲ ਹੈ ਉਦੋਂ ਇਹਦੇ ਵੱਲ ਤਵੱਜੋ ਜਿਹੜੀ ਆ ਜ਼ਿਆਦਾ ਨਹੀਂ ਦਿੱਤੀ ਜਾਂਦੀ। ਪਰ ਹੁਣ ਜਿਹੜੀ ਜਿੱਥੇ ਤੁਸੀਂ ਖੜ੍ਹੇ ਹੋਏ ਆ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਕਿਤੇ ਜਾ ਰਹੇ ਹਾਂ ਅਤੇ ਉਹਦੇ ਜਾਣ ਤੋਂ ਬਾਅਦ ਸਾਡੇ ਸੁਭਾਅ ਦੇ ਵਿੱਚ ਇੱਕ ਸਾਰਥਕ ਜੀ ਤਬਦੀਲੀ ਪਰਿਵਾਰ ਨੂੰ ਜ਼ਰੂਰ ਦਿਖਾਈ ਦਿੰਦੀ ਹੋਵੇ ਕਿ ਜਿਹਦੇ ਨਾਲ ਉਹਨਾਂ ਨੂੰ ਸਾਡਾ ਜਿਹੜਾ ਬਾਹਰ ਜਾਣਾ ਵਾ ਉਹ ਵਾਧਾ ਬੁਰਾ ਨਾ ਲੱਗੇ, ਬੁਰਾ ਲੱਗਣਾ ਹੀ ਲੱਗਣਾ ਵਾ। ਅਤੇ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਆਪਾਂ ਅਰਦਾਸ ਦੀ ਗੱਲ ਕੀਤੀ ਸੀ ਕਿ ਆਪਾਂ ਅਰਦਾਸ ਜ਼ਰੂਰ ਕਰੀਏ ਕਿ ਪਰਮਾਤਮਾ ਤੂੰ ਇਹਨਾਂ ਨੂੰ ਸਮੱਤ ਬਖਸ਼। ਅਤੇ ਦੂਜੀ ਗੱਲ ਗੁਰੂ ਸਾਹਿਬ ਸਾਨੂੰ ਇੱਕ ਸੇਧ ਦਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਆਪਣੇ ਅੰਦਰ ਵੀ ਝਾਤ ਮਾਰ ਕੇ ਜ਼ਰੂਰ ਵੇਖਿਆ ਕਰੀ। ਆਪਾਂ ਸਾਰੇ ਜਾਣੇ, ਮੈਂ ਇਕੱਲੀ ਤੁਹਾਨੂੰ ਨਹੀਂ ਜਵਾਬ ਦੇ ਰਿਹਾ, ਮੈਂ ਸਾਰਿਆਂ ਨੂੰ ਜਵਾਬ ਦੇ ਰਿਹਾ ਕਿ ਅੰਦਰ ਝਾਤ ਮਾਰ ਕੇ ਜ਼ਰੂਰ ਦੇਖਿਆ ਕਰੀਏ ਕਿ ਜਿੱਥੇ ਜਿੱਥੇ ਸਮੱਸਿਆ ਆ ਰਹੀ ਹੈ ਉੱਥੇ ਸਾਡਾ ਉਹਦੇ ਵਿੱਚ ਅਸੀਂ ਕਿੰਨੇ ਕੁ ਗੁਨਾਹਗਾਰ ਹੈਗੇ ਹਾਂ। ਅਤੇ ਸ਼ਾਇਦ ਮੈਨੂੰ ਲੱਗਦਾ ਕਿ ਅੰਦਰ ਝਾਤ ਮਾਰ ਦੇ ਨਾਲ ਦੇਖੋ ਗੁਰੂ ਸਾਹਿਬ ਦੇ ਜਿਹੜੇ ਫਰਮਾਨ ਨੇ ਅਸੀਂ ਕਹਿੰਦੇ ਜੁਗੋ ਜੁਗ ਅਟਲ, ਪਰਮਾਤਮਾ ਜਿਹੜਾ ਗੁਰੂ ਆ ਸਾਡਾ ਜੁਗੋ ਜੁਗ ਅਟਲ ਹੈ। ਜੇ ਉਹ ਕਹਿ ਰਹੇ ਨੇ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਅਤੇ ਦੂਜੀ ਚੀਜ਼ ਹੈਗੀ ਆ ਕਿ ਮੈਨੂੰ ਇੱਕ ਚੀਜ਼ ਹੋਰ ਹੈਗੀ ਕਿ ਜਦੋਂ ਵੀ ਮੈਂ ਨਾ ਇੱਕ ਜਦੋਂ ਸ਼ੁਰੂ 'ਚ ਬਾਹਰ ਲੈਕਚਰ ਦੇਣ ਜਾਂਦਾ ਹੁੰਦਾ ਸੀ ਅਤੇ ਕਈ ਵਾਰੀ ਰਾਤ ਨੂੰ ਬੜਾ ਲੇਟ ਹੋ ਜਾਣਾ ਅਤੇ ਮੰਮੀ ਡੈਡੀ ਨੂੰ ਬੜੀ ਟੈਨਸ਼ਨ ਹੁੰਦੀ ਸੀ ਵੀ ਰਾਤ ਨੂੰ ਅੱਧੀ ਰਾਤ ਮੋਟਰਸਾਈਕਲਾਂ 'ਤੇ ਜਾਂਦੇ ਸੀ ਅਤੇ ਜਦੋਂ ਮੈਂ ਰਾਤ ਨੂੰ ਆਉਣਾ ਅਤੇ ਮੈਂ ਵੇਖਣਾ ਵੀ ਹੁਣ ਪਾਰਾ ਬੜਾ ਚੜਿਆ ਹੋਏਗਾ ਅਤੇ ਮੈਂ ਬਾਹਰੋਂ ਸ਼ਬਦ ਪੜ੍ਹਦੇ ਆਉਣਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਬੋਲੀ ਜਾਂਦੇ ਨੇ ਜਾਂ ਕੁਛ ਕਹਿ ਵੀ ਰਹੇ ਨੇ ਅਤੇ ਮੈਂ ਇੰਨਾ ਕੁ ਕਰਕੇ ਨਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਅਤੇ ਜਦੋਂ ਮੇਰੀ ਮੰਮੀ ਨੇ 3-4 ਵਾਰੀ ਸੁਣਨਾ ਤੁੱਕ ਨੂੰ ਅਤੇ ਉਹਨਾਂ ਵੀ ਅੱਗੋਂ ਸਮਾਈਲ ਕਰ ਦੇਣੀ ਵੀ ਚੱਲ ਹੁਣ ਵਿਚਾਰੇ ਨੂੰ ਅਹਿਸਾਸ ਤਾਂ ਹੈਗਾ ਵਾ ਮੇਰਾ ਲੇਟ ਆਉਣਾ ਗਲਤ ਸੀ ਪਰ ਹੁਣ ਦੀ ਮਜਬੂਰੀ ਆ ਜਾਣਾ ਜੀ। ਹਾਂਜੀ ਵੀਰ ਜੀ, ਮੇਰਾ ਹੁਣ ਇਹ ਆਖਰੀ ਸਵਾਲ ਹੀ ਹੈ, ਸੰਗਤ ਨੂੰ ਬੇਨਤੀ ਕਰਦੀ ਹਾਂ ਕਿ ਲੰਗਰ ਸਾਰੀ ਸੰਗਤ ਛਕ ਕਰ ਜਾਏ ਜੀ। ਮੇਰਾ ਸਵਾਲ ਹੈ ਵੀਰ ਜੀ, ਮਨੁੱਖ ਜੋ ਵੀ ਕਰਮ ਕਰ ਚੰਗਾ ਕਰਦਾ ਜਾਂ ਬੁਰਾ ਕਰਦਾ ਉਸ ਦਾ ਉਹਨੂੰ ਫਲ ਜ਼ਰੂਰ ਮਿਲਦਾ ਹੈ, ਪਰ ਜੇਕਰ ਕੋਈ ਬੱਚਾ ਬੋਰਨ ਹੁੰਦਾ ਹੈ ਉਹ ਹੈਂਡੀਕੈਪ ਹੁੰਦਾ ਜਾਂ ਮੱਧ ਬੁੱਧੀ ਪੈਦਾ ਹੁੰਦਾ ਹੈ ਉਸ 'ਤੇ ਕਿਹੜੇ ਕਰਮਾਂ ਦਾ ਫਲ ਉਸਨੂੰ ਮਿਲਿਆ ਹੈ? ਜੇ ਇਹ ਫਲ ਉਸਦੇ ਮਾਤਾ ਪਿਤਾ ਦੇ ਕਰਮਾਂ ਕਰਕੇ ਹੈ ਜਾਂ ਉਸ ਬੱਚੇ ਦੇ ਕਰਮਾਂ ਕਰਕੇ ਹੈ? ਹਾਂ ਵੈਸੇ ਇਹਨੂੰ ਬੜਾ ਔਖਾ ਹੁੰਦਾ ਸਮਝਣਾ ਜੇ ਅਸੀਂ ਗੁਰੂ ਸਾਹਿਬ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਸਾਹਿਬ ਨਾਲ 'ਚ ਕੁਛ ਲੋਕਾਂ ਬਾਰੇ ਵਰਣਨ ਕਰਦੇ ਨੇ ਜਿਹੜੇ ਭਗਤੀ ਕਰਨ ਦੇ ਲਈ ਘਰੋਂ ਛੱਡ ਕੇ ਬਾਹਰ ਚਲੇ ਗਏ ਅਤੇ ਉੱਥੇ ਜਾ ਕੇ ਨਾ ਉਹਨਾਂ ਨੇ ਹੁਣ ਵਿਹਲੇ ਸੀ ਘਰ ਬਾਹਰ ਛੱਡਿਆ ਵਾ ਜੰਗਲ 'ਚ ਬੈਠੇ ਹੋਏ ਨੇ ਸਵੇਰੇ ਭਗਤੀ ਕੀਤੀ ਬਾਅਦ ਵਿਹਲੇ ਨੇ ਅਤੇ ਬਾਹਰ 'ਚ ਬੈਠੇ ਅੰਦਾਜ਼ੇ ਲਾਈ ਜਾਂਦੇ ਨੇ ਧਰਤੀਆਂ ਕਿੰਨੀਆਂ ਹੋਣਗੀਆਂ ਕਿੱਦਣ ਬਣਿਆ ਹੋਊਗੀ ਧਰਤੀ ਅਤੇ ਗੁਰੂ ਸਾਹਿਬ ਨਾ ਉਹਨਾਂ ਦੇ ਬਾਰੇ ਫਿਰ ਉਹ ਪੂਰੀ ਪੌੜੀ ਦੇ ਵਿੱਚ ਵਰਣਨ ਕਰਦੇ ਨੇ ਕਿ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਅਤੇ ਅਖੀਰ ਦੇ ਉੱਤੇ ਗੁਰੂ ਸਾਹਿਬ ਕਹਿੰਦੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੇ।
ਵੀ ਜੇ ਕੋਈ ਸੋਚਦਾ ਨਾ ਮੈਂ ਜਾਣ ਲੂੰਗਾ ਇਸ ਗੱਲ ਨੂੰ, ਤਾਂ ਉਹਨੂੰ ਪਰਮਾਤਮਾ ਦੇ ਦਰ ਦੇ ਉੱਤੇ ਕੋਈ ਪ੍ਰਾਪਤੀ ਨਹੀਂ ਹੈ। ਹੁਣ ਜਦੋਂ ਅਸੀਂ ਆਸਾ ਕੀ ਵਾਰ ਦੀ ਬਾਣੀ ਪੜ੍ਹਦੇ ਹਾਂ, ਉਹਦੇ 'ਚ ਨਾ ਇੱਕ ਜਿਹੜੀ ਸਲੋਕ ਦੇ ਵਿੱਚ ਆਉਂਦਾ ਵਾ ਕਿ ਵਿਸਮਾਦ ਵਾਲੀ ਗੱਲ ਆਉਂਦੀ ਸਾਰੀ, ਉਹਦੇ 'ਚ ਇੱਕ ਆਉਂਦਾ ਹੈ ਕਿ ਵਿਸਮਾਦ ਸੰਯੋਗ ਵਿਸਮਾਦ ਵਿਯੋਗ, ਵਿਸਮਾਦ ਭੁੱਖ ਵਿਸਮਾਦ ਭੋਗ। ਅਖੀਰ ਦੇ ਉੱਤੇ ਗੁਰੂ ਸਾਹਿਬ ਕਹਿੰਦੇ ਦੇਖ ਵਿਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ। ਜਿਹੜੀਆਂ ਪਰਮਾਤਮਾ ਦੀਆਂ ਖੇਡਾਂ ਨੇ, ਜਿਵੇਂ ਨਾ ਲੋਕ ਟੀ ਵੀ ਦੇਖਦੇ ਨੇ, ਟੀ ਵੀ ਦੇ ਕੋਈ ਲੋਕ ਬੜੇ ਜਿਹੜੇ ਟ੍ਰੈਜਿਕ ਸੀਰੀਅਲ ਜਿਹਨਾਂ ਟ੍ਰੈਜਡੀ ਬੜੀ ਹੁੰਦੀ ਆ ਉਹ ਦੇਖਦੇ ਨੇ, ਉਹਨਾਂ ਨਾਲੇ ਤਾਂ ਸੀਰੀਅਲ ਦੇਖੀ ਜਾਣਗੇ, ਨਾਲੇ ਅੱਖਾਂ 'ਚੋਂ ਪਾਣੀ ਲਈ ਆਉਣਗੇ ਕਿਸੇ ਐਕਟ ਹੀਰੋ ਰੋਲ ਜਿਹੜਾ ਹੀਰੋ ਆ ਜਾਂ ਹੀਰੋ ਨਾਲ ਉਹਦੇ ਨਾਲ ਬੜਾ ਧੱਕਾ ਹੋ ਰਿਹਾ ਵਾ, ਅਤੇ ਨਾਲ ਦੀ ਨਾਲ ਨਾ ਬੋਲੀ ਉਹਨੂੰ ਡਿਸਕਸ ਕਰਨਗੇ। ਇਹ ਦੱਸਦਾ ਕਿਉਂ ਨਹੀਂ ਵੀ ਮੈਂ ਝੂਠਾ ਫਸਿਆ ਆ ਵਾਂ, ਉਹ ਭਈ ਉਹ ਕਿਵੇਂ ਦੱਸਿਆ, ਉਹਨੂੰ ਡਾਇਰੈਕਟਰ ਦਾ ਹੁਕਮ ਹੈ, ਇਹ ਐਂ ਕਿਉਂ ਕਰੀ ਜਾਂਦਾ ਵਾ, ਪਾਗਲ ਹੀ ਹੈ, ਥੱਪੜ ਮਾਰੇ। ਉਹਨੂੰ ਡਾਇਰੈਕਟਰ ਨੇ ਹੁਕਮ ਹੀ ਨਹੀਂ ਕੀਤਾ ਹੋਇਆ ਥੱਪੜ ਮਾਰਨ ਦਾ, ਉਹਨੂੰ ਡਾਇਰੈਕਟਰ ਨੇ ਦੱਸਿਆ ਵਾ ਵੀ ਆਹ ਗੱਲ ਸਸਪੈਂਸ ਬਣਾ ਕੇ ਰੱਖਣੀ ਆ। ਇਸੇ ਤਰੀਕੇ ਦੇ ਨਾਲ ਪਰਮਾਤਮਾ ਜਿਹੜਾ ਵਾ ਉਹ ਸਾਡਾ ਇੱਕ ਡਾਇਰੈਕਟਰ ਹੈ, ਅਤੇ ਗੁਰੂ ਸਾਹਿਬ ਉਸ ਡਾਇਰੈਕਟਰ ਦੇ ਕੰਮਾਂ ਬਾਰੇ ਦੱਸਦੇ ਨੇ। ਆਪਾਂ ਕਾਰ ਖਰੀਦ ਲੈਂਦੇ ਨਵੀਂ, ਤਾਂ ਉਹਦੇ ਉੱਤੇ ਲਿਖ ਦਿੰਦੇ ਹਾਂ ਏ ਬੀ ਦਾਤ ਤੇਰੀ ਦਾ ਤਾਰ, ਕੋਠੀ ਦੇ ਬਾਹਰ ਇੱਕ ਪਾਸੇ ਨੇਮ ਪਲੇਟ ਹੈ, ਦੂਜੇ ਪਾਸੇ ਏ ਬੀ ਦਾਤ ਤੇਰੀ ਦਾ ਤਾਰ। ਅੱਧੀ ਗੱਲ ਸਮਝੀ ਹੈ, ਉਸ ਤੋਂ ਪਹਿਲਾਂ ਅੱਧੀ ਕੀ ਹੈ, ਕੇਤਿਆਂ ਦੂਕ ਭੂਕ ਸਦ ਮਾਰ ਏ ਪੇ ਦਾਤ ਤੇਰੀ ਦਾ ਤਾਰ। ਪਰਮਾਤਮਾ ਇਹ ਤੇਰਾ ਹੁਕਮ ਹੈ, ਅਸੀਂ ਕਹਿੰਦੇ ਹੁਕਮ ਨਾ ਕਹਿਆ ਜਾਈ, ਅਸੀਂ ਹੁਕਮ ਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚਾ ਜੰਮਦਾ ਕਿਉਂ ਜਿਹੜਾ ਸੀ ਹੈਂਡੀਕੈਪਟ ਪੈਦਾ ਹੋਇਆ, ਇਹ ਛੋਟੇ ਜਿਹੇ ਬੱਚੇ ਦੀ ਮੌਤ ਕਿਉਂ ਹੋ ਗਈ, ਉਸ ਬੰਦੇ ਨੇ ਕਦੇ ਕਿਸੇ ਨਾਲ ਮਾੜਾ ਨਹੀਂ ਕੀਤਾ ਸੀ, ਉਹਦੇ ਨੌਜਵਾਨ ਬੱਚੇ ਦੀ ਮੌਤ ਕਿਉਂ ਹੋ ਗਈ, ਇਹ ਗੱਲਾਂ ਸਾਡੀ ਸਮਝ ਤੋਂ ਪਰੇ ਨੇ। ਜਿਵੇਂ ਕਿ ਇੱਕ ਉਦਾਹਰਣ ਦੇ ਤੌਰ 'ਤੇ ਤੁਸੀਂ ਬੱਚੇ ਨੂੰ ਊੜਾ ਊੜਾ ਲਿਖਣਾ ਸਿਖਾ ਰਹੇ ਹਾਂ, ਅਤੇ ਬੱਚੇ ਨੇ ਪੈਨਸਲ ਫੜੀ ਅਤੇ ਪੈਨਸਲ ਫੜ ਕੇ ਪੁੱਛਦਾ ਮੰਮੀ ਇਹ ਸਿੱਕਾ ਲੱਕੜ ਦੇ ਵਿੱਚ ਵੜ ਕਿਵੇਂ ਗਿਆ ਹੋਏਗਾ, ਤੁਸੀਂ ਕਹਿੰਦੇ ਤੂੰ ਲਿਖਣ ਵੱਲ ਧਿਆਨ ਦੇ, ਇਹ ਸਿੱਕਾ ਲੱਕੜ 'ਚ ਕਿਵੇਂ ਵੜਿਆ ਸੀ, ਆਪੇ ਬਾਅਦ 'ਚ ਵੱਡੇ ਹੋ ਕੇ ਪਤਾ ਲੱਗੇਗਾ। ਸੋ ਜਿਹੜੀ ਇਹ ਇੱਕ ਗੁਰੂ ਦੀ ਅਵਸਥਾ ਹੈ ਜਿੱਥੇ ਜਾ ਕੇ ਇਹਨਾਂ ਚੀਜ਼ਾਂ ਦੀ ਸਮਝ ਲੱਗਦੀ, ਮੈਂ ਇਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਕਿ ਕਿਸੇ ਬੰਦੇ ਨੂੰ ਨਾਲ ਇਹ ਮਾੜੀ ਘਟਨਾ ਕਿਉਂ ਵਾਪਰਦੀ ਹੈ ਕਿਸੇ ਨੇ, ਕਿਉਂਕਿ ਸਾਨੂੰ ਤਾਂ ਦੁਨਿਆਵੀ ਤੌਰ 'ਤੇ ਸਜ਼ਾਵਾਂ ਦਾ ਪਤਾ ਵਾ ਕਿ ਬੱਚੇ ਨੇ ਗਲਤੀ ਕੀਤੀ ਅਤੇ ਉਹਦਾ ਥੱਪੜ ਮਾਰਤਾ, ਬੱਚੇ ਨੇ ਗਲਾਸ ਭੰਨਤਾ, ਜਿੱਡੀ ਮਹਿੰਗੀ ਚੀਜ਼ ਤੋੜੀ ਹੋਊਗੀ ਉਨੇ ਜ਼ਿਆਦਾ ਥੱਪੜ ਪੈਣਗੇ, ਜਿੱਡੀ ਸਸਤੀ ਚੀਜ਼ ਤੋੜੀ ਹੋਊਗੀ ਉਨੀ ਘੱਟ ਸਜ਼ਾ ਮਿਲੇਗੀ, ਸਾਡੀ ਤਾਂ ਸਜ਼ਾ ਦੇਣ ਦਾ ਇਹ ਆ। ਅਤੇ ਗੁਰੂ ਸਾਹਿਬ ਦਾ ਕਹਿੰਦੇ ਆ ਕਿ ਉਹ ਜਿਹੜਾ ਬਖਸ਼ੰਦ ਹੈ ਉਹ ਨਾਲ ਕਹਿੰਦੇ ਲਿਖ ਹੈ ਕਤੂ ਨਾ ਛੋਟੀ ਹੈ ਕਿਨ ਕਿਨ ਭੁੱਲਣ ਹਾਰ, ਵੀ ਅਸੀਂ ਤਾਂ ਥਾਂ ਥਾਂ 'ਤੇ ਜਿਹੜੀ ਗਲਤੀਆਂ ਕਰੀ ਜਾਂਦੇ ਹਾਂ। ਹਾਂ ਵੀਰ ਜੀ, ਇੱਕ ਸਵਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਸੀਂ ਮਤਲਬ ਸਾਰਾ ਕੁਛ ਦੱਸ ਰਹੇ ਹੋ, ਸਾਰੀਆਂ ਗੱਲਾਂ ਦੱਸ ਰਹੇ ਹੋ, 80% ਲੋਕ ਸੋਚਦੇ ਨੇ ਵੀ ਅਸੀਂ ਇਹਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਉਤਾਰਾਂਗੇ, ਪਰ 2-3 ਦਿਨਾਂ ਬਾਅਦ ਸਾਨੂੰ ਪਤਾ ਲੱਗਦਾ ਵੀ ਉਹ ਗੱਲਾਂ ਸਾਡੇ ਦਿਮਾਗ 'ਚੋਂ ਵੈਨਿਸ਼ ਹੋ ਗਈਆਂ। ਮਤਲਬ ਬੇਸਿਕਲੀ ਆਪਦੀ ਵਿਲ ਪਾਵਰ ਨੂੰ ਸਟਰੋਂਗ ਕਿਵੇਂ ਕਰੀਏ ਅਸੀਂ, ਵੀ ਇਹ ਗੱਲਾਂ ਨੂੰ ਆਪਦੀ ਲਾਈਫ ਸਟਾਈਲ ਦੇ ਵਿੱਚ ਪੂਰੀ ਤਰ੍ਹਾਂ ਉਤਾਰੀਏ ਕਿਵੇਂ? ਭੈਣ ਜੀ 5 ਮਿੰਟ ਹੈਗੇ ਨੇ। ਹਾਂਜੀ ਹਾਂਜੀ, ਮੈਂ ਇੱਕ ਸਾਖੀ ਸੁਣਾਵਾਂਗਾ ਜੀ, ਉਹਦੇ ਨਾਲ ਮੈਨੂੰ ਲੱਗਦਾ ਗੱਲ ਜ਼ਿਆਦਾ ਸਮਝ ਆ ਜਾਏਗੀ। ਇੱਕ ਬੰਦਾ ਵੱਖ ਵੱਖ ਦੇਸ਼ ਥਾਂ 'ਤੇ ਘੁੰਮ ਰਿਹਾ ਅਤੇ ਇੱਕ ਪਿੰਡ 'ਚ ਪਹੁੰਚਦਾ ਹੈ ਜਿੱਥੇ ਮੁਸਲਮਾਨਾਂ ਦਾ ਪਿੰਡ ਹੈ, ਉੱਥੇ ਬਾਹਰ ਕਬਰਸਤਾਨ ਹੈ। ਉਹ ਜਦੋਂ ਕਬਰਸਤਾਨ 'ਚ ਵੜਦਾ ਤਾਂ ਉਹਨੂੰ ਐਂ ਲੱਗਦਾ ਕਿ ਜਿਹੜੇ ਨੋਰਮਲੀ ਕਬਰਸਤਾਨ ਜਾਂ ਸ਼ਮਸ਼ਾਨ ਘਾਟ 'ਚ ਬੜਾ ਸੁੰਨਸਾਨ ਹੁੰਦਾ ਹੈ, ਕਹਿੰਦਾ ਇੱਥੇ ਜ਼ਿੰਦਗੀ ਦੀ ਰੌਂ ਪਸਰ ਰਹੀ ਹੈ।
ਉਹ ਕਬਰਸਤਾਨ ਦੇ ਮੰਦਰ ਵੜਦਾ, ਕਬਰ ਦੇਖਦਾ, ਕਬਰ ਦੀ ਪਹਿਲੀ ਲਾਈਨ ਦੇ ਉੱਤੇ ਲਿਖਿਆ ਹੁੰਦਾ ਕਿ ਉਸ ਬੰਦੇ ਦਾ ਨਾਮ ਜਿਸ ਦੀ ਕਬਰ ਹੈ, ਦੂਜੀ ਲਾਈਨ ਦੇ ਉੱਤੇ ਲਿਖਿਆ ਵਾ ਕਿ ਉਸ ਬੰਦੇ ਦਾ ਜਨਮ ਕਦੋਂ ਹੋਇਆ ਸੀ, ਅਤੇ ਤੀਜੀ ਲਾਈਨ ਸਾਡੇ ਦਿਮਾਗ 'ਚ ਆਏਗੀ ਕਿ ਉਸਦੀ ਮੌਤ ਕਦੋਂ ਹੋਈ ਸੀ, ਪਰ ਉਹਦੀ ਇਹ ਨਹੀਂ ਲਿਖਿਆ ਸੀ ਮੌਤ ਕਦੋਂ ਹੋਈ ਸੀ, ਉਹਦੇ ਉੱਤੇ ਲਿਖਿਆ ਸੀ ਕਿ ਬੰਦਾ ਜ਼ਿੰਦਗੀ ਕਿੰਨਾ ਸਮਾਂ ਜਿਉਇਆ ਸੀ, ਉਹ ਲਿਖਿਆ 3 ਮਹੀਨੇ, ਛੋਟੇ ਬੱਚੇ ਦੀ ਕਬਰ ਹੈ, ਉਹਨੂੰ ਅਹਿਸਾਸ ਲੱਗਾ ਮਹਿਸੂਸ ਹੋਇਆ, ਦੂਜੀ ਕਬਰ ਦੇਖਦਾ 6 ਮਹੀਨੇ, ਤੀਜੀ ਕਬਰ 2 ਸਾਲ, 7 ਸਾਲ, 5 ਸਾਲ, ਕਿਸੇ ਵੀ ਕਬਰ ਦੇ ਉੱਤੇ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਲਿਖਿਆ, ਬੜਾ ਹੈਰਾਨ ਹੋਇਆ, ਬਾਹਰ ਨਿਕਲਦਾ ਹੈ ਅਤੇ ਬਾਹਰ ਉਹਨੂੰ ਉਸ ਪਿੰਡ ਦਾ ਮੌਲਵੀ ਮਿਲਦਾ ਹੈ, ਕਹਿੰਦਾ ਮੈਨੂੰ ਤੇਰੀ ਪਰੇਸ਼ਾਨੀ ਦਾ ਕਾਰਨ ਸਮਝ ਲੱਗ ਗਿਆ, ਜਿਹੜਾ ਵੀ ਸਾਡੀ ਕਬਰਸਤਾਨ 'ਤੇ ਜਾਂਦਾ ਹੈ ਪਰੇਸ਼ਾਨ ਹੀ ਆਉਂਦਾ ਹੈ, ਕਹਿੰਦਾ ਹਾਂ ਮੈਨੂੰ ਦੱਸ ਕੀ ਕਾਰਨ, ਕੀ ਕਿਉਂ ਸਾਰੇ ਬੱਚੇ ਕਿਉਂ ਮਰ ਰਹੇ ਤੁਹਾਡੇ ਪਿੰਡ 'ਚ, ਕਹਿੰਦਾ ਮੇਰੇ ਨਾਲ ਚੱਲ ਮੈਂ ਤੈਨੂੰ ਘਰੇ ਜਾ ਕੇ ਦੱਸਾਂ, ਉਹਨੂੰ ਘਰੇ ਲੈ ਜਾਂਦਾ ਹੈ, ਮੌਲਵੀ ਕਹਿੰਦਾ ਕਿ ਮੇਰੇ ਦਾਦਾ ਜੀ ਇਸ ਪਿੰਡ ਦੇ ਮੌਲਵੀ ਹੁੰਦੇ ਸੀ, ਇੱਕ ਦਿਨ ਉਹ ਨਮਾਜ਼ ਅਦਾ ਕਰਨ ਗਏ ਅਤੇ ਉੱਥੇ ਸੰਗੀਤ ਦੀ ਆਵਾਜ਼ ਆਉਣ ਲੱਗ ਪਈ ਦੂਰੋਂ, ਅਤੇ ਦਾਦਾ ਜੀ ਸਾਡੇ ਕਹਿੰਦਾ ਧਰਮ ਦੇ ਵਿੱਚ ਸੰਗੀਤ ਨੂੰ ਹਰਾਮ ਮੰਨਿਆ ਜਾਂਦਾ, ਫਿਰ ਸੰਗੀਤ ਉਹ ਵੀ ਨਮਾਜ਼ ਦੇ ਸਮੇਂ 'ਤੇ, ਬਹੁਤ ਹੀ ਮਾੜੀ ਗੱਲ ਹੈ, ਕਹਿੰਦਾ ਉਹਨਾਂ 2-3 ਬੰਦਿਆਂ ਨੂੰ ਕਿਹਾ ਵੀ ਤੁਸੀਂ ਜਾਓ ਅਤੇ ਜਾ ਕੇ ਜਿੱਧਰ ਉਹ ਸੰਗੀਤ ਆ ਰਿਹਾ ਵਾ ਆਵਾਜ਼ ਬੰਦ ਕਰਾ ਕੇ ਆਓ, ਕਹਿੰਦੇ ਦਾਦਾ ਜੀ ਨਮਾਜ਼ ਅਦਾ ਕਰਦੇ ਰਹੇ, ਸੰਗੀਤ ਉਵੇਂ ਹੀ ਚੱਲਦਾ ਰਿਹਾ, ਦਾਦਾ ਜੀ ਨੂੰ ਖਿੱਚ ਚੜ ਰਹੀ ਸੀ ਕਿ ਬੰਦੇ ਪਤਾ ਨਹੀਂ ਕੀ ਕਰਕੇ ਨਾ ਮੁੜ ਕੇ ਆਏ ਨੇ, ਕਹਿੰਦੇ ਜਦੋਂ ਉਹਨਾਂ ਨੇ ਨਮਾਜ਼ ਦੀ ਸਮਾਪਤੀ ਕੀਤੀ ਅਤੇ ਸਮਾਪਤੀ ਕਰਨ ਤੋਂ ਬਾਅਦ ਦਾਦਾ ਜੀ ਨੇ ਜਲਦੀ ਜਲਦੀ ਸਮਾਨ ਸੰਭਾਲਿਆ ਅਤੇ ਨਾਲੇ ਉਹਨਾਂ ਬੰਦਿਆਂ ਨੂੰ ਗਾਲਾਂ ਕੱਢੀਆਂ ਕਿ ਜਿਹੜੇ ਨਮਾਜ਼ ਬੰਦ ਕਰਾਉਣ ਸੰਗੀਤ ਬੰਦ ਕਰਾਉਣ ਗਏ ਸੀ, ਕਹਿੰਦੇ ਦਾਦਾ ਜੀ ਆਪ ਸੰਗੀਤ ਬੰਦ ਕਰਾਉਣ ਚੱਲ ਪਏ, ਕਹਿੰਦੇ ਮੇਰੇ ਦਾਦਾ ਜੀ ਦੱਸਦੇ ਨੇ ਕਿ ਜਦੋਂ ਮੈਂ ਅੱਧਾ ਕੁ ਪੈਂਡਾ ਕਰ ਲਿਆ ਤਾਂ ਮੈਨੂੰ ਲੱਗ ਰਿਹਾ ਸੀ ਕਿ ਹੁਣ ਮੈਂ ਸੰਗੀਤ ਬੰਦ ਕਰਾਉਣ ਨਹੀਂ ਜਾ ਰਿਹਾ, ਸੰਗੀਤ ਮੈਨੂੰ ਆਪਣੇ ਵੱਲ ਖਿੱਚ ਕੇ ਲੈ ਕੇ ਜਾ ਰਿਹਾ ਵਾ, ਕਹਿੰਦਾ ਮੈਂ ਉਹ ਦਾਦਾ ਜੀ ਉੱਥੇ ਪਹੁੰਚ ਕੇ ਇੱਕ ਬੰਦਾ ਕੁਛ ਗਾ ਰਿਹਾ ਸੀ ਅਤੇ ਦੂਜਾ ਬੰਦਾ ਇੱਕ ਸਾਜ਼ ਵਜਾ ਰਿਹਾ ਸੀ, ਲੋਕ ਆਸੇ ਪਾਸੇ ਬੈਠੇ ਹੋਏ ਸਨ, ਉਹ ਸਨ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ, ਕਹਿੰਦੇ ਦਾਦਾ ਜੀ ਵੀ ਉੱਥੇ ਬੈਠ ਕੇ ਜਦੋਂ ਸਮਾਪਤੀ ਹੋਈ ਤਾਂ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਪਿੰਡ ਚੱਲੋ, ਦੇਖੋ ਰੋਕਣ ਗਏ ਸੀ ਪਿੰਡ ਲੈ ਆਏ, ਗੁਰੂ ਸਾਹਿਬ 2 ਰਾਤਾਂ 2 ਪਿੰਡ ਉਸ ਵਿੱਚ ਰਹੇ ਅਤੇ ਕਹਿੰਦੇ 2 ਦਿਨ ਅਤੇ 2 ਰਾਤਾਂ ਦੇ ਵਿੱਚ ਲੋਕਾਂ ਦੇ ਵਿਵਹਾਰ ਦੇ ਵਿੱਚ ਬੜੀ ਤਬਦੀਲੀ ਆ ਗਈ, ਹੁਣ ਲੋਕ ਕਿਸੇ ਦਾ ਬੁਰਾ ਨਹੀਂ ਸੋਚ ਰਹੇ, ਲੋਕ ਸੱਚ ਬੋਲ ਰਹੇ ਨੇ, ਕਹਿੰਦੇ ਵੀ ਦਾਦਾ ਜੀ ਕਹਿੰਦੇ ਸੀ ਕਿ ਮੈਂ ਵਹਿਸ਼ਤ ਦੀਆਂ ਗੱਲਾਂ ਸੁਣਦਾ ਹੁੰਦਾ ਸੀ ਪਰ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਵਹਿਸ਼ਤ ਤਾਂ ਸਾਡੇ ਪਿੰਡ ਦੇ ਵਿੱਚ ਹੀ ਆ ਗਈ ਹੈ, 2 ਦਿਨਾਂ ਬਾਅਦ ਗੁਰੂ ਸਾਹਿਬ ਚਲੇ ਗਏ, ਗੁਰੂ ਸਾਹਿਬ ਨੇ ਜਦੋਂ ਜਾਣ ਲੱਗੇ ਲੋਕਾਂ ਨੇ ਰੋਕਿਆ ਵੀ ਤੁਸੀਂ ਰੁਕੋ ਜੀ ਸਾਡੇ ਤਾਂ ਬਹੁਤ ਆਨੰਦ ਆ ਰਿਹਾ ਵਾ, ਉਹ ਕਹਿੰਦੇ ਨਹੀਂ ਬਸ ਤੁਸੀਂ ਨਾ ਹੁਣ ਅੰਦਰ ਝਾਤੀ ਮਾਰਿਆ ਕਰੋ, ਕਹਿੰਦੇ ਸਾਨੂੰ ਸੰਗਤ ਕਿੱਥੋਂ ਮਿਲਿਆ ਕਰੇਗੀ, ਕਹਿੰਦੇ ਬਸ ਤੁਸੀਂ ਨਾ ਅੰਦਰ ਝਾਤੀ ਮਾਰ ਦਿਆ ਕਰੋ, ਰੱਬ ਨੂੰ ਯਾਦ ਰੱਖਿਆ ਕਰੋ, ਕਹਿੰਦੇ ਗੁਰੂ ਸਾਹਿਬ ਚਲੇ ਗਏ ਅਤੇ ਲੋਕਾਂ ਦੇ ਸੁਭਾਅ ਦੇ ਵਿੱਚ ਫਿਰ ਤਬਦੀਲੀ ਆਉਣ ਲੱਗ ਪਈ, ਉਵੇਂ ਝੂਠ ਹੌਲੀ ਹੌਲੀ ਲੋਕਾਂ ਨੇ ਬੋਲਣਾ ਸ਼ੁਰੂ ਕਰਤਾ, ਹੌਲੀ ਹੌਲੀ ਠੱਗੀਆਂ ਵਾਲੇ ਸਿਸਟਮ 'ਤੇ ਵੀ ਆਉਣ ਲੱਗ ਪਏ, ਕਹਿੰਦੇ ਮੇਰੇ ਦਾਦਾ ਜੀ ਬੜੇ ਪਰੇਸ਼ਾਨ ਹੋਏ, ਉਹਨਾਂ ਨੇ ਇੱਕ ਦਿਨ ਪਿੰਡ ਦੇ ਮੋਹਤਵਾਰ ਬੰਦਿਆਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਇਕੱਠੇ ਕਰਕੇ ਇਹ ਗੱਲ ਕਹੀ ਕਿ ਮੈਨੂੰ ਇਸ ਚੀਜ਼ ਨੇ ਬੜੀ ਪਰੇਸ਼ਾਨੀ ਆ, ਕਹਿੰਦੇ ਉਸ ਦਿਨ ਲੋਕਾਂ ਨੇ ਫੈਸਲਾ ਕੀਤਾ ਕਿ ਹਰ ਇੱਕ ਬੰਦਾ ਆਪਣੇ ਕੋਲ ਇੱਕ ਕਾਪੀ ਰੱਖੇਗਾ, ਉਹ ਦਿਨ ਦੇ ਵਿੱਚ ਰਾਤ ਨੂੰ ਸੌਣ ਲੱਗਿਆ ਸਾਰੇ ਦਿਨ 'ਚ ਕਿੰਨਾ ਸਮਾਂ ਉਹਨੇ ਆਪਣੇ ਅੱਲਾ ਨੂੰ ਸਮਰਪਿਤ ਕੀਤਾ ਹੈ ਜਾਂ ਕਿੰਨਾ ਸਮਾਂ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਉਹ ਕਾਪੀ 'ਚ ਰਾਤ ਨੂੰ ਨੋਟ ਕਰ ਦੇਗਾ, ਕਹਿੰਦੇ ਹੁਣ ਜਦੋਂ ਸਾਡੇ ਪਿੰਡ ਕਿਸੇ ਬੰਦੇ ਦੀ ਮੌਤ ਹੁੰਦੀ ਹੈ ਤਾਂ ਅਸੀਂ ਉਹਦੀ ਕਾਪੀ ਫੜਦੇ ਹਾਂ ਅਤੇ ਜਿੰਨਾ ਸਮਾਂ ਉਹਨੇ ਅੱਲਾ ਨੂੰ ਸਮਰਪਿਤ ਕੀਤਾ ਹੁੰਦਾ ਹੈ ਉਹ ਸਮਾਂ ਅਸੀਂ ਉਹਦੀ ਕਬਰ 'ਤੇ ਦਰਜ ਕਰ ਦਿੰਦੇ ਹਾਂ, ਸੋ ਜੀਵਿਆ ਜਿਨ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ, ਹੁਣ ਜਿੱਥੇ ਸਾਡੇ ਕੋਲ ਹੈ ਜੀ
ਅਸੀਂ ਪ੍ਰੋਗਰਾਮ ਦੇਖਿਆ ਤਾਂ ਸਾਨੂੰ ਚੰਗਾ ਲੱਗਾ ਅਤੇ ਸਾਡੇ 'ਚ ਗੱਲ ਆ ਗਈ ਕਿ ਅਸੀਂ ਇਹਨੂੰ ਆਪਣੇ ਅੰਦਰ ਲੈ ਕੇ ਆਉਣਾ ਵਾ। ਦੇਖੋ ਗੁਰੂ ਸਾਹਿਬ ਨੇ ਤੁਹਾਨੂੰ ਤਿੰਨ ਸੱਸੇ ਦਿੱਤੇ ਨੇ, ਇੱਕ ਸੇਵਾ, ਇੱਕ ਸਿਮਰਨ, ਇੱਕ ਸੰਗਤ। ਅਸਲ ਦੇ ਵਿੱਚ ਅਸੀਂ ਸੰਗਤ ਛੱਡ ਗਏ। ਜਿੰਨਾ ਚਿਰ ਅਸੀਂ ਸੰਗਤ ਵਾਲੇ ਸੰਕਲਪ ਨੂੰ ਦੁਬਾਰਾ ਨਹੀਂ ਲੈ ਕੇ ਆਵਾਂਗੇ, ਉਨਾ ਚਿਰ ਸਾਡੇ ਅੰਦਰ ਜਿਹੜਾ ਵਾ, ਦੇਖੋ ਸੰਗਤ ਕੀ ਪ੍ਰੇਰਣਾ ਕਰਦੀ ਹੈ। ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ, ਜਦੋਂ ਮੈਂ 91 'ਚ ਜੁਆਇਨ ਕੀਤਾ ਸੀ, ਡਾਕਟਰ ਸਾਹਿਬ ਡਾਕਟਰ ਵਰਿੰਦਰਪਾਲ ਸਿੰਘ ਅਸੀਂ ਸਾਰੇ ਉੱਥੇ ਇਕੱਠੇ ਹੁੰਦੇ ਸੀ। ਉਹਨਾਂ ਦਿਨਾਂ ਦੇ ਵਿੱਚ ਨੌਜਵਾਨ ਜਿਹੜੇ ਕਿ ਦਾੜੀਆਂ ਕਤਲ ਕਰਾਉਣ ਲੱਗ ਪਏ ਸੀ। ਉੱਥੇ ਇੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਹਰ ਬੁੱਧਵਾਰ ਨੂੰ ਕਲਾਸ ਲੱਗਦੀ ਸੀ। ਜਿਹੜੇ ਮੁੰਡਿਆਂ ਨੇ ਅੰਮ੍ਰਿਤ ਛਕੇ ਹੁੰਦੇ ਸੀ, ਉਹ ਸਾਰਿਆਂ ਦਾ ਇੱਕ ਵੱਖਰਾ ਇੱਕ ਹੁੰਦਾ ਸੀ ਕਿ ਹਰ ਬੁੱਧਵਾਰ ਨੂੰ ਉਹਨਾਂ ਨੇ ਇਕੱਠੇ ਹੋਣਾ। ਹੁਣ ਦੇਖੋ ਉਮਰ ਹੈ ਤੁਹਾਡੀ 22-23 ਸਾਲ ਦੀ, ਤੁਸੀਂ ਤੁਰੇ ਜਾਂਦੇ ਆ, ਤੁਹਾਡੇ ਨਾਲ ਦਿਆਂ ਨੇ ਤੁਰੇ ਜਾਂਦਿਆਂ ਨੇ ਕਿਸੇ ਕੁੜੀ ਨੂੰ ਟੀਚਰ ਕਰਤੀ, ਤੁਹਾਡੇ ਨਾਲ ਜਿਹੜੇ ਤੁਰੇ ਜਾਂਦੇ ਆ, ਤੁਹਾਨੂੰ ਸ਼ਰਮ ਆ ਰਹੀ ਆ ਕਿ ਬਲਾਨਾ ਬੰਦਾ ਮੇਰੇ ਸਾਹਮਣੇ ਤੁਰਿਆ ਆਉਂਦਾ ਵਾ, ਉਹ ਜਾ ਕੇ ਬਾਕੀਆਂ ਨੂੰ ਦੱਸ ਦੇਗਾ ਵੀ ਵੇਖ ਤੇਰੇ ਦੇ ਨਾਲ ਜਿਨ੍ਹਾਂ ਦੇ ਨਾਲ ਤੁਰਿਆ ਜਾਂਦਾ ਸੀ, ਕੁੜੀਆਂ ਨੂੰ ਟੀਚਰਾਂ ਕਰਦਾ ਤੁਰਿਆ ਜਾਂਦਾ ਸੀ। ਇਹ ਸੰਗਤ ਨੇ ਫਿਰ ਇੱਕ ਇਹੋ ਜਿਹੀ ਚੀਜ਼ ਦੱਸੀ ਕਿ ਇਹੋ ਜਿਹੇ ਬੰਦਿਆਂ ਦੇ ਨਾਲ ਅੱਜ ਤੋਂ ਬਾਅਦ ਆਪਾਂ ਚੱਲਣਾ ਹੀ ਨਹੀਂ। ਉਹਨਾਂ ਦੇ ਨਾਲ ਇੱਕ ਗੱਲ ਹੋ ਗਈ ਵੀ ਦੇਖੋ ਤਾਂ ਜਾਵਾਂਗਾ ਜੇ ਤੁਸੀਂ ਬਕਵਾਸ ਨਹੀਂ ਮਾਰਨੀ, ਜੇ ਬਕਵਾਸ ਮਾਰੋਗੇ ਫਿਰ ਨਹੀਂ ਜਾਣਾ ਮੈਂ ਤੁਹਾਡੇ ਨਾਲ। ਹੌਲੀ ਹੌਲੀ ਤੁਸੀਂ ਜਦੋਂ ਇੱਕ ਫਿਰ ਸਾਨੂੰ ਸਿਖਾਇਆ ਗਿਆ ਕਿ ਤੁਹਾਡੇ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਕੁੜੀ ਜਾਂ ਮੁੰਡਾ ਜਿਹੜਾ ਵਾ, ਸਟੱਡੀ ਸਰਕਲ ਦੇ ਮੈਂਬਰਾਂ ਨੇ ਕੁੜੀਆਂ ਮੁੰਡਿਆਂ ਨੂੰ ਵੀਰ ਜੀ ਅਤੇ ਭੈਣ ਜੀ ਕਹਿ ਕੇ ਬੁਲਾਉਣਾ ਵਾ, ਹੁਣ ਤੁਸੀਂ ਵੀਰ ਜੀ ਅਤੇ ਭੈਣ ਜੀ ਕਹਿ ਕੇ ਬੁਲਾ ਰਹੇ ਆ। ਤੁਸੀਂ ਤੁਰੇ ਜਾਂਦੇ ਆ ਅਤੇ ਤੁਰੇ ਜਾਂਦੇ ਆ, ਕੁਦਰਤੀ ਤੁਸੀਂ ਕਿਤੇ ਪਾਸੇ ਵੇਖਿਆ, ਤੁਹਾਡੇ ਨਾਲ ਦੋਸਤ ਨੇ ਉੱਥੋਂ ਕਿਤੇ ਕੁਦਰਤੀ ਕੁੜੀਆਂ ਜਾ ਰਹੀਆਂ ਨੇ, ਜਿਹੜੇ ਤੁਹਾਡੇ ਦੋਸਤ ਜਿਹੜੇ ਗੁਰਸਿੱਖ ਨਹੀਂ ਹੈਗੇ, ਉਹ ਕਹਿੰਦੇ ਬਾਬਾ ਤੂੰ ਗਾਤਰਾ ਪਾ ਕੇ ਕਿੱਧਰ ਕੁੜੀਆਂ ਵੱਲ ਵੇਖਦਾ ਤੁਰਿਆ ਜਾਂਦਾ ਵਾ। ਸੰਗਤ ਨੇ ਇੱਕ ਅਜਿਹੀ ਤਬਦੀਲੀ ਲਿਆਉਂਦੀ ਹੈ ਕਿ ਜਿਹਦੇ ਨਾਲ ਮਨੁੱਖ ਜਿਹੜਾ ਵਾ ਉਹ ਪਰ ਤਿੰਨ ਚੀਜ਼ਾਂ ਜਿਹੜੀਆਂ ਨੇ, ਸੇਵਾ, ਸਿਮਰਨ ਅਤੇ ਸੰਗਤ। ਸਿਮਰਨ ਜਿਹੜਾ ਵਾ, ਸਿਮਰਨ ਤੋਂ ਬਾਅਦ ਬਗੈਰ ਇਕੱਲੀ ਸੇਵਾ ਕੀਤੀ ਜਿਹੜੀ ਹੈ ਉਹ ਅਫਸਰ ਅੰਦਰ ਹੋਮੇ ਲੈ ਕੇ ਆਉਂਦੀ ਹੈ। ਸਿਮਰਨ ਸਾਡੀ ਕਮਾਈ ਹੈ, ਸੇਵਾ ਸਾਡੀ ਖਰਚ ਹੈ, ਅਤੇ ਸੰਗਤ ਜਿਹੜੀ ਆ ਉਹ ਸਾਡੀ ਪ੍ਰੇਰਣਾ ਸਰੋਤ ਹੈ। ਜੇ ਅਸੀਂ ਇਹ ਤਿੰਨ ਸੱਸੇ ਆਪਣੇ ਜ਼ਿੰਦਗੀ 'ਚ ਲੈ ਆਈਏ ਅਤੇ ਉਸ ਤੋਂ ਬਾਅਦ ਘਰ ਦੇ ਵਿੱਚ ਜਿਹੜੀ ਚੀਜ਼ ਵੀ ਦੇਖ ਰਹੇ ਹਾਂ, ਜਿੱਥੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੇਧ ਦਿੱਤੀ ਹੈ ਨਾ ਕਿ ਬਾਬਾ ਹੋਰ ਖਾਣਾ ਕੁਛ ਇੱਕ ਵਾਰ, ਬਾਬਾ ਜਿੱਥੇ ਬੋਲਣ ਦੀ ਜਿੱਥੇ ਸਵਾਰੀ ਦੀ ਗੱਲ ਕੀਤੀ ਹੋਈ ਹੈ, ਉੱਥੇ ਅਸੀਂ ਇਹ ਗੱਲ ਸੋਚੀਏ ਕਿ ਉਹ ਚੀਜ਼ਾਂ ਸਾਡੀਆਂ ਸਾਰੇ ਜਿਹੜੇ ਟੀ ਵੀ 'ਤੇ ਅਸੀਂ ਕੀ ਦੇਖ ਰਹੇ ਹਾਂ, ਕੁਛ ਮੋਬਾਈਲ 'ਤੇ ਅਸੀਂ ਕੁਛ ਦੇਖ ਰਹੇ ਹਾਂ, ਸਾਡਾ ਦੇਖਣ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਾ ਹੋਵੇ ਜਿਹੜੀ ਸਾਡੇ ਮਨ ਦੇ ਵਿੱਚ ਵਿਕਾਰ ਲੈ ਕੇ ਆ ਸਕਦੀ ਹੋਵੇ। ਸੋ ਸਮਾਪਤੀ ਜੀ, ਹਾਂਜੀ, ਇਹਦੇ ਨਾਲ ਹੀ ਇਹਦੀ ਸਮਾਪਤੀ ਹੈ ਜੀ। ਫਿਰ ਇੱਕ ਅਖੀਰ ਦਿੱਤੇ ਹੋਈਆਂ ਭੁੱਲਾਂ ਗਲਤੀਆਂ ਦੇ ਲਿਖੇ ਮਾਧਾ ਜਾਚਕਾਂ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ ਹੋਰਾਂ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਵਿੱਚ ਪਹੁੰਚ ਕੇ ਬਹੁ ਮੁੱਲੇ ਵਿਚਾਰ ਸਾਂਝੇ ਕੀਤੇ ਹਨ। ਉਮੀਦ ਕਰਦੇ ਹਾਂ ਕਿ ਸੰਗਤ ਨੂੰ ਵੀ ਇੰਨੀਆਂ ਹੋਈਆਂ ਸਾਰੀਆਂ ਵਿਚਾਰਾਂ ਦਾ ਪੂਰਾ